ਇੱਕ ਵਾਰਾਂ ਫਿਰ ਤੋਂ ਹਾਜ਼ਰੀ ਜੀ ਤੁਹਾਡੇ ਨਾਲ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੇ ਗੱਲ ਇਹ ਆ ਕਿ ਵੀ ਅੱਜ ਇੱਕ ਵਾਰਾਂ ਫਿਰ ਤੋਂ ਮੇਰਾ ਖਾਲ ਵਾਵਾ ਦੇ ਨਾਲ ਤੋਂ ਲਗਾਤਾਰ ਅਸੀਂ ਤਕਨੀਕ ਵਾਲਾ ਕੰਮ ਹੀ ਕਰ ਰਹੇ ਹਾਂ ਉਹਦੇ ਪਿੱਛੇ ਕਾਰਨ ਇਹ ਨਹੀਂ ਹੈਗਾ ਵੀ ਇੱਥੇ ਗਰਮੀ ਜੀ ਪੈਣ ਲੱਗੀ ਉਹਦੇ ਪਿੱਛੇ ਕਾਰਨ ਇਹ ਵੀ ਨਹੀਂ ਹੈਗਾ ਵੀ ਮਤਲਬ ਕੋਈ ਬੱਤੀ ਬੁੱਤੀ ਦੀ ਪ੍ਰੋਬਲਮ ਹੈ ਇਸ ਕਰਕੇ ਕੁੰਡੀ ਬਾਹਰ ਨੂੰ ਲਾਉਣੀ ਪੈਂਦੀ ਹੈ ਉਹਦੇ ਪਿੱਛੇ ਕਾਰਨ ਇਹ ਹੈ ਵੀ ਮਤਲਬ ਅਸੀਂ ਦੋਵੇਂ ਜਣੇ ਅਲੱਗ-ਅਲੱਗ ਸ਼ਹਿਰਾਂ 'ਚ ਬੈਠੇ ਹਾਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਤੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਵੀ ਅੱਜ ਵੀ ਕੱਲਾ ਬਾਤਾਂ ਜਿਹੜੀਆਂ ਕਰਾਂਗੇ ਇੱਕ ਤਾਂ ਜਿਹੜਾ ਸਮਰੂਰ ਵਾਲਾ ਨਤੀਜਾ ਆ ਉਸ ਤੋਂ ਬਾਅਦ ਸਿਆਸਤ ਕੀ ਕਹਿੰਦੀ ਹੈ ਫਿਰ ਉਸ ਤੋਂ ਬਾਅਦ ਬਜਟ ਜਿਹੜਾ ਜੀ ਉਹ ਨਵਾਂ ਪੇਸ਼ ਕੀਤਾ ਪਹਿਲਾ ਬਜਟ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਹਦੇ ਬਾਰੇ ਵੀ ਗੱਲਬਾਤ ਕਰ ਲਵਾਂਗੇ ਫਿਰ ਇਹ ਸਾਰੇ ਕੁਝ ਤੋਂ ਬਾਅਦ ਜਿਹੜੀਆਂ ਕੁਝ ਇੱਕ ਅਫਵਾਹਾਂ ਨੇ ਜਾਂ ਕੁਝ ਇੱਕ ਹੋਰ ਨਵੀਆਂ ਅਪਡੇਟਸ ਨੇ ਉਹ ਚਾਹੇ ਕਿ ਕੇਂਦਰ ਸਰਕਾਰ ਦੇ ਪੱਖ ਤੋਂ ਹੋਣ ਜਾਂ ਪੰਜਾਬ ਸਰਕਾਰ ਦੇ ਪੱਖ ਤੋਂ ਹੋਣ ਉਹਨਾਂ ਦਾ ਜ਼ਿਕਰ ਵੀ ਕਰ ਲਵਾਂਗੇ ਤੇ ਫਿਰ ਉੱਥੇ ਆਵਾਂ ਨਾਲ ਬੰਦਾ ਜਿਹੜਾ ਇਸ ਵਕਤ ਜੁੜਿਆ ਸੀ ਪਤ ਨਹੀਂ ਆਵਾਜ਼ ਆਈ ਕਿ ਨਹੀਂ ਆਈ ਹੈਲੋ ਹੈਲੋ ਹਾਂਜੀ ਹਾਂਜੀ ਸੰਧਾਲੀਆ ਸਾਹਿਬ ਵਾਜਪੂਰੀ ਆਉਂਦੀ ਆ ਜੀ ਐਨ ਚੜਦੀ ਕਲਾ ਸਤਿ ਸ਼ਕਾਲ ਸਾਸਤ੍ਰੀਕਾਲ ਮਹਾਰਾਜ ਅੱਜ ਤੇ ਬੜਾ ਚਿਕਾਂ ਵਾਲਾ ਕੋਟ ਪਾਇਆ ਏ ਇਹ ਮਾਰੇ ਮੈਂ ਅਦਕੀ ਨਾਲ ਲੈ ਕੇ ਗਿਆ ਸੀ ਮੈਂ ਕਿਹਾ ਫਿਰ ਇਧਰ ਉਧਰ ਜਾਓ ਮੰਗਵਾ ਕੋਟ ਖੁੱਲਾ ਹੁੰਦਾ ਤੇ ਉਹਦੇ ਨਾਲ ਚੰਗਾ ਕਿ ਆਪਦੇ ਲੈ ਜਾਓ ਚਾਹੇ ਦੋ ਤਿੰਨ ਦਿਨ ਇੱਕੋ ਹੀ ਪਾਉਣਾ ਪੈ ਜਾਏ ਨਹੀਂ ਇਹ ਇਹ ਗੱਲ ਹੈਗੀ ਆ ਵੀ ਆਪਣੀ ਘਰ ਦੀ ਸ਼ੈਦ ਆ ਇਹ ਹੋ ਆਦਾ ਹੈ ਨਾ ਵੀ ਆਪਣੇ ਕੋਲ ਚ ਹੈ ਸ਼ੈ ਹੋਵੇ ਬੰਦਾ ਵਸ ਜਿਵੇਂ ਮਰਜੀ ਆ ਨੇ ਮਹਾਰਾਜ ਸਾਰਿਆਂ ਦੇ ਕੋਲ ਘਰ ਦੀ ਸ਼ੈ ਕਰੇ ਜੀ ਅਸੀਂ ਇਹ ਆ ਸਰਦਾਸ ਕਰਦੇ ਆ ਸਾਰਿਆਂ ਨੂੰ ਇੱਥੇ ਗੱਲ ਕਿਹੜੀ ਆ ਸਾਰਿਆਂ ਦੇ ਕੋਲੇ ਕਰਮੀ ਭਾਗੀ ਕਰੇ ਮਹਾਰਾਜ ਆ ਮਹਾਰਾ ਹੀ ਕਰੂਗਾ ਚਲੋ ਜੀ ਇਹਦਾ ਗੱਲ ਆ WhatsApp ਭਾਈ ਕਹਿੰਦੇ ਆ ਭਈ ਕਰੋੜਾ ਰੁਪਈਆ ਦਾ ਹਾਲ ਤਾਬ ਕਹਿੰਦੇ ਵੀ ਕਰਤਾ ਤੇ ਕਰੋੜਾ ਰੁਪਈਆ ਕਹਿੰਦੇ ਰੱਖ ਲਿਆ ਹੁਣ ਮੈਂ ਸੋਚਦਾ ਸੀ ਵੀ ਇਹਨੇ ਇਹਨੇ ਪੈਸੇ ਰੱਖ ਲਏ ਇਹਨਾਂ ਨੇ ਪੰਜਾਬ ਸਰਕਾਰ ਨੇ ਵੀ ਕਹਿੰਦੇ ਵੀ ਪੰਜਾਬ ਵਾਲਿਆਂ ਤੇ ਵਰਤਦੇ ਆ ਪੰਜਾਬ ਵਾਲਿਆਂ ਤੇ ਲਾਉਣੇ ਦੇਖੋ ਵਟ ਕਿਦਾਂ ਕੱਢਦੀ ਮੈਨੂੰ ਐਂ ਲੱਗਦਾ ਹੁੰਦਾ ਵੀ ਇਹ ਇਹਨਾ ਚਲੋ ਅਜੀ ਵਰਤਨਗੇ ਗਾਂ ਚੱਲੂਗਾ ਸਾਰਾ ਕੁਝ ਫਿਰ ਦੇਖੀ ਜਾਊ ਹਰੇਕ ਸਾਲ ਹੀ ਬਜਟ ਹੁੰਦਾ ਹੈ ਇੱਕ ਸਟੇਟ ਵਾਲੀ ਸਰਕਾਰ ਕਰਦੀ ਹੈ ਇੱਕ ਕੇਂਦਰ ਵਾਲੀ ਸਰਕਾਰ ਕਰਦੀ ਉਹ ਜੁਨੇ ਜੁਨੇ ਪੈਸੇ ਰੱਖ ਲੈਂਦੇ ਨੇ ਆਮ ਬੰਦੇ ਦੀ ਜ਼ਿੰਦਗੀ ਤੇ ਮੈਂ ਕਦੀ ਦੇਖਿਆ ਨਹੀਂ ਕਿ ਤੇ ਰੁਪਈਏ ਦਾ ਵੀ ਕੋਈ ਫਰਕ ਪੈਂਦਾ ਹੋਵੇ ਤੇ ਫਿਰ ਇਹ ਬਜਟ ਬੁਜਟ ਕੀ ਕਿੱਥੇ ਚੱਲਦਾ ਰਿਹਾਦਾ ਕੰਮ ਸਾਰਾ ਕੁਝ ਸੰਧਾਲਿਆ ਸਭ ਸਵਾਲ ਤਾਂ ਤੁਹਾਡਾ ਬਹੁਤ ਵਾਜਬ ਹੈ ਕਿਉਂਕਿ ਸ਼ਹਿ ਦੇ ਇਸੇ ਕਰਕੇ ਆਪਾਂ ਕਦੇ ਵੀ ਪੰਜਾਬ ਦੇ ਆਮ ਲੋਕਾਂ ਦੇ ਵਿੱਚ ਬਜਟ ਦੀ ਚਰਚਾ ਨਹੀਂ ਸੁਣੀ ਕਿ ਲੋਕ ਉਡੀਕਦੇ ਹੁਣ ਜਿਹੜੀ ਕਿ ਬਜਟ ਪੇਸ਼ ਕਰਨਾ ਹੈ ਜੀ ਐਨੀ ਤਰੀਕ ਨੂੰ ਬਜਟ ਪੇਸ਼ ਕਰਨਾ ਹੈ ਆਪਾਂ ਕਦੇ ਲੋਕਾਂ ਦੀ ਜਗਿਆਸਾ ਜਿਹੜੀ ਹੈ ਇਸ ਤਰੀਕੇ ਦੀ ਦੇਖੀ ਨਹੀਂ ਕਿ ਉਹ ਦੇਖੋ ਜੀ ਵਿੱਤ ਮੰਤਰੀ ਸਾਹਿਬ ਜਾਂਦੇ ਆ ਅਟੈਚੀ ਲੈ ਕੇ ਜਾਂਦੇ ਆ ਜਾਂ ਮੋਬਾਈਲ ਦੀ ਐਪ ਦੇ ਵਿੱਚ ਬਜਟ ਹੈ ਉਸ ਬਜਟ ਨੂੰ ਇਦਾਂ ਨਹੀਂ ਕਿ ਸਾਰਾ ਪੰਜਾਬ ਸਾਰ ਰੁੱਕ ਕੇ ਸੁਣਦਾ ਜਿੱਦਾਂ ਸੰਗਰੂਰ ਤੀ ਲੋਕ ਸਭਾ ਹਲਕੇ ਦੀ ਜ਼ਿਮਨੀ ਚੋੜਨੀ ਵੋਟਾਂ ਦੀ ਗਿਣਤੀ ਨੂੰ ਸਾਰ ਰੁੱਕ ਕੇ ਦੇਖਿਆ ਇਦਾਂ ਕੱਖ ਨਹੀਂ ਲੋਕਾਂ ਲਈ ਉਹ ਇੱਕ ਖਬਰ ਹੈ ਕਿ ਅੱਜ ਬਜਟ ਪੇਸ਼ ਕੀਤਾ ਜਾਣਾ ਲੋਕਾਂ ਲਈ ਇੱਕ ਖਬਰ ਹੈ ਕਿ ਬਜਟ ਦੇ ਵਿੱਚ ਆ ਆ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਰੱਖੀਆਂ ਗਈਆਂ ਸ਼ਾਇਦ ਉਹਦਾ ਇੱਕ ਬਹੁਤ ਵੱਡਾ ਕਾਰਨ ਸੰਧ ਵਾਲੀ ਆ ਸਭ ਇਹ ਵੀ ਹੈ ਕਿ ਲੋਕਾਂ ਨੂੰ ਲੱਗਦਾ ਹੁੰਦਾ ਕਿ ਇਹ ਐਲਾਨ ਹੀ ਆ ਮੁੜ ਕੇ ਪਤਾ ਨਹੀਂ ਕਿਆ ਜਿਹੜੀਆਂ ਚੀਜ਼ਾਂ ਕਈਆਂ ਬਜਟ ਕਿਹੜਾ ਕਾਨੂੰਨੀ ਦਸਤਾਵੇਜ਼ ਹੁੰਦਾ ਕਿ ਕਿਹਾ ਜੀ ਆਪਾਂ ਇੱਕ ਸਾਲ ਦੇ ਵਿੱਚ ਆ ਕੰਮ ਕਰਨਾ ਜੇ ਨਹੀਂ ਕਰਦੇ ਤਾਂ ਕਿਹੜਾ ਕਿਸੇ ਨੇ ਲੱਤ ਪੰਨ ਲੈਣੀ ਆ ਦੋ ਤਿੰਨ ਮੋਟੀਆਂ ਮੋਟੀਆਂ ਉਦਾਹਰਨਾਂ ਨੇ ਜਦੋਂ ਹਰ ਵਾਰ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲੂ ਰੀ ਕਹਿੰਦੇ ਹੁੰਦੇ ਸੀ ਕਿ ਇੰਨੇ ਕਰੋੜ ਰੁਪਏ ਰੱਖ ਦਿੱਤੇ ਮੁਫਤ ਸਮਾਰਟਫੋਨ ਦੇਣ ਦੇ ਲਈ ਉਹ ਕੰਮ ਉੱਥੇ ਹੀ ਹੁੰਦਾ ਸੀ ਆ ਬੁੱਢੇ ਨਾਲੇ ਦੇ ਨਵੀਨੀਕਰਨ ਦੇ ਲਈ ਉਹਦੀ ਸਫਾਈ ਦੇ ਲਈ ਅੱਜ ਤੱਕ ਪਤਾ ਨਹੀਂ ਕਿੰਨੇ ਕਰੀ ਰੁਪਏ ਰੱਖਿਆ ਇਹ ਹੁਣ ਬੁੱਢੇ ਨਾਲੇ ਤੇ ਕੰਡੇ-ਕੰਡੇ ਰਹਿਣ ਵਾਲੇ ਲੋਕ ਦੱਸਦੇ ਹੋਣਗੇ ਉਹ ਹੁਣ ਦੱਸਣ ਕਿ ਭਾਈ ਬੁੱਢਾ ਨਾਲਾ ਸਾਫ਼ ਹੋ ਗਿਆ ਕਿ ਨਹੀਂ ਹੋ ਗਿਆ ਹਰ ਵਾਰੀ ਆਪਾਂ ਸੁਣਦੇ ਆ ਬਜਟ ਦੇ ਵਿੱਚ ਕਿ ਜੀ ਸਕੂਲਾਂ ਨੂੰ ਵਧੀਆ ਬਣਾਉਣ ਦੇ ਲਈ ਇੰਨੇ ਪੈਸੇ ਯਾਰ ਸਕੂਲ ਅਜੇ ਵਧੀਆ ਬਣੇ ਹੀ ਨਹੀਂ ਗਿਣਤੀ ਸਕੂਲਾਂ ਦੀ ਘਟੀ ਜਾਂਦੀ ਹੈ ਸਰਕਾਰੀ ਸਕੂਲਾਂ ਦੀ ਹਰ ਵਾਰੀ ਆਪਾਂ ਕਹਿੰਦੇ 200 ਸਕੂਲ 500 ਸਕੂਲ 1000 ਸਕੂਲ ਆਪਾਂ ਇਦਾਂ ਦਾ ਕਰ ਦੇਣਾ ਹਰ ਵਾਰੀ ਬਜਟ ਦੇ ਵਿੱਚ ਫੇਰ ਪੈਸੇ ਰੱਖਣੇ ਪੈਂਦੇ ਇਹਦਾ ਮਤਲਬ ਕਿ ਜਾਂ ਤਾਂ ਉਹ ਪੈਸੇ ਲਾਏ ਨਹੀਂ ਜਾਂਦੇ ਜੇ ਲਾਏ ਜਾਂਦੇ ਆ ਤਾਂ ਬਹੁਤਾ ਕਰਕੇ ਖੇ ਖਰਾਬ ਕੀਤੇ ਜਾਂਦੇ ਆ ਇਸ ਕਰਕੇ ਲੋਕਾਂ ਦਾ ਬਜਟ ਤੋਂ ਯਕੀਨ ਜਿਹਾ ਉੱਠ ਗਿਆ ਆਮ ਬੰਦਾ ਕਹਿੰਦਾ ਯਾਰ ਮੈਂ ਤਾਂ ਉਸੇ ਸਾਈਕਲ ਦੇ ਉੱਤੇ ਜਾਣਾ ਜਿਹਦਾ ਮੜਗਾੜ ਹਿਲਦਾ ਤੇ ਠਕ ਠਕ ਕਰਦਾ ਇਹ ਗੱਲ ਤੁਹਾਡੀ ਠੀਕ ਹੈ ਵਾਟਸਐਪ ਮੈਨੂੰ ਵੀ ਇਹੋ ਜਿਹਾ ਆਪਦੀ ਗੱਲ ਵੀ ਉਪਰੋਂ ਜੇ ਮੰਨ ਲਓ ਵੀ ਪਹਿਲੀਆਂ ਸਰਕਾਰਾਂ ਜਾਂ ਹੁਣ ਵਾਲੀ ਸਰਕਾਰ ਉਹਨਾਂ ਨੇ ਇਹ ਮੰਨ ਲਿਆ ਵੀ ਅਹੀਂ 100 ਰੁਪਏ ਫਲਾਨੀ ਚੀਜ਼ ਤੇ ਖਰਚਣਾ ਹੁਣ ਕਾਰਨ ਇਹ ਆ ਵੀ 100 ਰੁਪਏ ਰੱਖਿਆ ਜਾਂਦਾ ਬਾਦ ਜਿਹੜੀ ਚੀਜ਼ 100 ਰੁਪਏ ਦੀ ਬਣਾਉਣੀ ਹੁੰਦੀ ਆ ਉਹ ਤੁਸੀਂ ਇਹ ਮੰਨ ਕੇ ਚੱਲੋ ਵੀ ਆਮ ਤੌਰ ਤੇ ਜਦੋਂ ਟੈਂਡਰ ਹੁੰਦੇ ਆ ਜਾਂ ਕਿਸੇ ਵੀ ਚੀਜ਼ ਲਈ ਹੁੰਦੇ ਆ ਤਾਂ ਉਹਦੇ ਵਿੱਚ ਜਿਹੜਾ ਬੰਦਾ ਸਭ ਤੋਂ ਵਾਜਬ ਰੇਟ ਦੇ ਵਿੱਚ ਕੋਈ ਚੀਜ਼ ਬਣਾ ਕੇ ਦਿੰਦਾ ਉਹਨੂੰ ਟੈਂਡਰ ਮਿਲਦਾ ਹੁਣ 100 ਰੁਪਏ ਦੀ ਚੀਜ਼ ਆ ਜਿਹੜਾ ਬੰਦਾ 100 ਦੇ ਹਿਸਾਬ ਨਾਲ ਕਰੂਗਾ ਉਹ ਕਹਿੰਦਾ ਵੀ ਯਾਰ ਕਿਰਸਾ-ਕੁਰਸਾਈਆਂ ਕਰਕੇ ਤੇ ਮੈਂ ਬਣਾ ਦੂੰ ਹੁਣ ਚਲੋ ਇੱਕ ਤਾਂ ਤੁਸੀਂ ਪਹਿਲਾਂ ਹੀ ਕਿਰਸ ਕਰਕੇ ਚੀਜ਼ ਬਣਾਈ ਫੇਰ ਟੈਂਡਰ ਵੀ ਕਿਰਸ ਵਾਲਾ ਹੋ ਗਿਆ ਇਹ ਦਾ ਮਤਲਬ ਵੀ ਉਹ ਘੱਟੋ ਘੱਟ ਕੀਮਤ ਹੈ ਜਿਹਦੇ ਨਾਲ ਉਹ ਚੀਜ਼ ਇਹੋ ਜਿਹੀ ਬਣ ਜੂਗੀ ਜਿਹੜੀ ਕਿ ਕੋਈ ਸਾਲ ਖੰਡ ਕੋਈ ਕੱਢ ਜਵੇ ਟਾਈਮ ਤੇ ਲੋਕਾਂ ਨੂੰ ਲੱਗੇ ਵੀ ਹਾਂ ਯਾਰ ਇਹ ਬਣੀ ਪਰ ਇਹਦੇ 'ਚ ਮੈਨੂੰ ਨਹੀਂ ਲੱਗਦਾ ਵੀ ਕਦੀ ਕੋਈ ਜ਼ਿਕਰ ਹੁੰਦਾ ਹੋਵੇ ਪਰ ਇਹ ਜ਼ਰੂਰ ਕਰਨਾ ਚਾਹੀਦਾ ਚਲੋ ਹੋਣ ਵਾਲੀ ਸਰਕਾਰ ਨੇ ਨਹੀਂ ਕੀਤਾ ਗਾ ਅਗਲੀਆਂ ਕੋ ਸਰਕਾਰਾਂ ਸੋਚ ਲੈਣ ਜਾਂ ਅਗਲੇ ਸਾਲ ਇਹੀ ਸੋਚ ਲੈਣ ਵੀ ਜੇ ਹੁੰਦਾ ਤਾਂ ਯਾਰ ਇਹਦੇ 'ਚ ਫਿਰ ਕ腐ਪਸ਼ਨ ਦਾ ਵੀ ਕੋਈ ਨਾ ਕੋਈ ਹਿੱਸਾ ਪੱਤੀ ਕੱਢ ਲੀਏ ਕਿਉਂਕਿ ਆਪ ਦੀ ਚੱਕਰ ਚੱਲਦਾ ਹੀ ਹੈ ਇਸ ਤੋਂ ਪਹਿਲਾਂ ਕਈ ਲੀਡਰ ਕਹੜੇ ਵੀ 100 ਦੀ ਚੀਜ਼ ਚੱਲੀ ਉਹ ਕਹਿੰਦੇ ਪਹਿਲਾਂ 15 ਉੱਤੇ ਫਿਰ 5 ਉਦੋਂ ਥੱਲੇ ਫਿਰ 5 ਉਦੋਂ ਥੱਲੇ ਫਿਰ 5 ਉਦੋਂ ਥੱਲੇ ਫਿਰ 3 ਫਿਰ 2.5 ਫਿਰ 2 ਫਿਰ ਅੱਧਾ ਕਰਦਿਆਂ ਕਰਦਿਆਂ ਜਦੋਂ 100 ਚੋਂ 30-35 ਰੁਪਏ ਉੱਡ ਜਾਂਦੇ ਆ ਫਿਰ ਸੋਚਣ ਵਾਲੀ ਗੱਲ ਇਹ ਆ ਵੀ ਜਿਹੜੀ ਚੀਜ਼ ਅੱਗੇ ਹੀ ਕਰਸ ਕਰਕੇ ਮਸਾਂ 100 ਦੀ ਬਣਨੀ ਸੀ ਉਹਨੂੰ ਜਦੋਂ ਤੁਸੀਂ ਲੈ ਹੀ ਆਉਂਗੇ ਵੀ 65ਾਂ ਤੇ 70ਾਂ ਤੇ ਬਣਾਉਣ ਦੇ ਲਈ ਤੇ ਫਿਰ 65-70 ਚ ਬਣਾਉਣ ਵਾਲਾ ਬੰਦਾ ਕਹਿੰਦਾ ਵੀ ਯਾਰ 5-10 ਦੇ ਫਿਰ ਮੈਨੂੰ ਹੀ ਹੁਣ ਬਚਣੇ ਚਾਹੀਦੇ ਆ ਨਾ ਇਹਦਾ ਮਤਲਬ ਆ ਗਈ ਗੱਲ 50-55 ਦੇ ਤੇ ਫਿਰ ਉਹ ਜਿਹੜੀ ਚੀਜ਼ ਜਦੋਂ ਜਿੱਦ ਉਹਨੂੰ ਫਿਰ ਜਦੋਂ ਲੋਕ ਵੇਖਦੇ ਆ ਤੇ ਫਿਰ ਉਹ ਕਹਿੰਦੇ ਯਾਰ ਪਿਆ ਦੇ ਨਾਲੋਂ ਤਾਂ ਨਾ ਹੀ ਬਣਾਉਂਦੇ ਯਾਰ ਕਿ ਨਹੀਂ ਨਹੀਂ ਇਹ ਗੱਲ ਤੁਹਾਡੀ ਠੀਕ ਹੈ ਕਿ ਜਦੋਂ ਥੱਲੇ ਤੱਕ ਆਉਂਦੇ ਆਉਂਦੇ ਚੁੰਡੀਆਂ ਵੱਡ ਹੋਈ ਜਾਂਦੀਆਂ ਕਦੇ ਦਰਖਤ ਦੇ ਵਿੱਚੋਂ 500 ਖਾ ਲਿਆ ਕਦੇ ਉਹਦੇ ਵਿੱਚੋਂ 500 ਖਾ ਲਿਆ ਕਦੇ ਕਣਕ ਖਾ ਲਈ ਉਹਦੇ ਵਿੱਚੋਂ ਪਾਣੀ ਗਿੱਲਾ ਕਰਕੇ ਪਾਣੀ ਨਾਲ ਗਿੱਲੀ ਕਰਕੇ ਉਹਦਾ ਭਾਰ ਵਧਾਤਾ ਫਿਰ ਕੰਮ ਥੋੜਾ ਜਿਹਾ ਖਰਾਬ ਹੋ ਜਾਂਦਾ ਹਾਂ ਮੰਨਣਾ ਇਹਨਾਂ ਦੇ ਲਈ ਸੰਧਾਲੀਆ ਸਭ ਓੱਖਾ ਕਿਦਾਂ ਕਹਿਣਗੇ ਜੀ 100 ਦੀ ਚੀਜ਼ ਐ ਰੁਪਈਏ 170 ਲੱਗਣੇ ਕਿਉਂਕਿ 70 80 ਉੱਪਰਲੇ ਖਾਣੇ ਆ ਤੇ ਅਸੀਂ ਉਮੀਦ ਕਰਦੇ ਆਂ ਭਾਈ ਕਿ ਪੰਜਾਬ ਦੇ ਲੋਕਾਂ ਦਾ ਜੇ ਯਕੀਨ ਤੇ ਵਿਸ਼ਵਾਸ ਤੁਸੀਂ ਮਾੜਾ ਮੋਟਾ ਦੁਬਾਰਾ ਬਹਾਲ ਕਰਨਾ ਇਧਰਲੇ ਪਾਸੇ ਨੂੰ ਕੰਮ ਤੋੜਨਾ ਤਾਂ ਠੀਕ ਤਰੀਕੇ ਦੇ ਨਾਲ ਅਗਲੇ ਪਾਸੇ ਨੂੰ ਚੱਲੋ ਸੰਧਾਲੀਆ ਸਾਹਿਬ ਮੈਂ ਦੋ ਗੱਲਾਂ ਦਾ ਜ਼ਿਕਰ ਕਰ ਦਿੰਨਾ ਇੱਕ ਉਹ ਗੱਲ ਹੈ ਜਿਹੜੀ ਕਿ ਅੱਜ ਜਦੋਂ ਹਰਪਾਲ ਸਿੰਘ ਚੀਮਾ ਸਾਹਿਬ ਨੇ ਪੰਜਾਬ ਦਾ ਬਜਟ ਪੇਸ਼ ਕੀਤਾ ਫਾਈਨੈਂਸ ਮਿਨਿਸਟਰ ਆਫ ਪੰਜਾਬ ਉਹਦੇ ਵਿੱਚੋਂ ਇੱਕ ਗੱਲ ਤੇ ਲੋਕਾਂ ਦਾ ਰੋਸਾ ਬਹੁਤ ਹੈ ਤੇ ਇੱਕ ਗੱਲ ਦੇ ਉੱਤੇ ਲੋਕ ਖੁਸ਼ ਨੇ ਰੋਸਾ ਇਸ ਗੱਲ ਦੇ ਉੱਤੇ ਆ ਕਿ ਹਜ਼ਾਰ ਹਜ਼ਾਰ ਰੁਪਈਆ ਬੀਬੀਆਂ ਨੂੰ ਗਰੰਟੀ ਦੇ ਰੂਪ ਦੇ ਵਿੱਚ ਭਗਵੰਤਮਾਨ ਸਾਹਿਬ ਤੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਐਲਾਨ ਕੀਤਾ ਸੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਿ ਸਰਕਾਰ ਲਿਆਓ ਹਜ਼ਾਰ ਰੁਪਈਆ ਮਹੀਨੇ ਦਾ ਹਰ ਇੱਕ ਘਰ ਦੀ ਔਰਤ ਨੂੰ ਆਪਾਂ ਦੇਣਾ ਹੈ ਬੀਬੀ ਨੇ ਸੂਟ ਸਵਾਣਾ ਸੂਟ ਸਵਾਲਵੇ ਕੋਈ ਦੋਤਾ ਦੋਤੀ ਕੋਈ ਪੋਤੀ ਪੋਤਾ ਸਾਹਮਣੇ ਆਏ ਆ ਕੋਈ ਪਿਆਰ ਦੇਣਾ ਪੈਂਦਾ 10-20 ਰੁਪਈਏ ਮੁਠੀ 'ਚ ਘੁੱਟ ਕੇ ਉਹਦੇ ਮੁਠੀ ਦੇ ਵਿੱਚ ਫੜਾਉਣੇ ਹੁੰਦੇ ਆ ਤੇ ਜੇ ਉਹਦਾ ਜ਼ਿਕਰੇ ਉਹ ਇਦਾਂ ਕਰ ਲਵੇ ਉਹਨੂੰ ਕਿਸੇ ਦੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਹੁਣ 3 ਕੁ ਮਹੀਨੇ ਅਜੇ ਹੋਏ ਸਰਕਾਰ ਬਣੀ ਨੂੰ ਬਹੁਤਾ ਸਮਾਂ ਨਹੀਂ ਹੋਇਆ ਪਰ ਕਿਤੇ ਨ ਕਿਤੇ ਵਿਰੋਧੀ ਇਸ ਮੁੱਦੇ ਦੇ ਉੱਤੇ ਟੀਚਰਾਂ ਕਰਦੇ ਸੀ ਪੰਜਾਬ ਦੇ ਲੋਕ ਕੁੜੀਕਦੇ ਸੀ ਕਿ ਭਾਈ ਜੇ ਗਰੰਟੀ ਦਿੱਤੀ ਆ ਤਾਂ ਇਸ ਬਜਟ ਦੇ ਵਿੱਚ ਪੂਰੀ ਹੋਣੀ ਚਾਹੀਦੀ ਆ ਪਰ ਉਹਦਾ ਕਿਤੇ ਨਾਂ ਨਿਸ਼ਾਨ ਨਹੀਂ ਇਸ ਮੁੱਦੇ ਤੇ ਸਰਕਾਰ ਦੀ ਹੋ ਰਹੀ ਆ ਠੋਕ ਬਜਾ ਕੇ ਆਲੋਚਨਾ ਕਿ ਭਾਈ ਜੇ ਗਰੰਟੀ ਦਿੱਤੀ ਸੀ ਜੇ ਵਾਦਾ ਕੀਤਾ ਸੀ ਤਾਂ ਮਾੜਾ ਮੋਟਾ ਨਿਭਾ ਲਓ ਪਰ ਦੂਸਰੇ ਪਾਸੇ ਇੱਕ ਫਰਿਸ਼ਤਾ ਨਾਂ ਦੀ ਜਿਹੜੀ ਸਕੀਮ ਹੈ ਉਹ 바ਵਾ ਦੇਲ ਨੂੰ ਲੱਗੀ ਕਹਿੰਦੇ ਜੇ ਅਸੀਂ ਦਿੱਲੀ ਚ ਪਹਿਲਾਂ ਲਾਗੂ ਕੀਤੀ ਹੈ ਬੜੇ ਵਧੀਆ ਨਤੀਜੇ ਨੇ ਹੁਣ ਆਪਾਂ ਆਮ ਹੀ ਦੇਖਦੇ ਹਾਂ ਕਿ ਪੰਜਾਬ ਦੀਆਂ ਸੜਕਾਂ ਕਦੇ ਕਦੇ ਖੂਨੀ ਸੜਕਾਂ ਵੀ ਕਿਹਾ ਜਾਂਦਾ ਕਿ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਲੋਕ ਜਾਨਾਂ ਗਵਾਉਂਦੇ ਆ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਲੋਕ ਨਕਾਰਾ ਹੋ ਜਾਂਦੇ ਆ ਜ਼ਖਮੀ ਹੋ ਜਾਂਦੇ ਆ ਅੰਗ ਪੈਰ ਕੱਟੇ ਵੱਢੇ ਜਾਂਦੇ ਆ ਪਰ ਬਹੁਤੀ ਵਾਰੀ ਬੰਦਾ ਸੜਕ ਤੇ ਹਾਦਸੇ ਦੇ ਨਾਲ ਜ਼ਖਮੀ ਹੋਇਆ ਤੜਫਦਾ ਹੁੰਦਾ ਹਮਦਰਦੀ ਸਾਰੇ ਹੀ ਕਰਦੇ ਆ ਇਨੂੰ ਕੋਈ ਚੱਕ ਕੇ ਲੈ ਜਾਓ ਏ ਇਹਨੂੰ ਕੋ ਹਸਪਤਾਲ ਲੈ ਜਾਓ ਏ ਕੋਈ ਗੱਡੀ ਰੋਕੋ ਏ ਐਂਬੂਲੈਂਸ ਨੂੰ ਟੈਲੀਫੋਨ ਕਰੋ ਹਿੰਮਤ ਕੋਈ ਨਹੀਂ ਕਰਦਾ ਲੋਕਾਂ ਨੂੰ ਡਰ ਹੁੰਦਾ ਕਿ ਪਾਈ ਹਸਪਤਾਲ ਲੈ ਕੇ ਜਾਵਾਂਗੇ ਅਗਲਾ ਸਾਡਾ ਨਾਂ ਪਤਾ ਲਿਖ ਲੂ ਕੱਲੂ ਕੋਈ ਜਾ ਜਾਂਦੀ ਹੋਊਗੀ ਸਾਨੂੰ ਘੜੀਸਣਗੇ ਅਗਲਾ ਡਰਦਾ ਹੁੰਦਾ ਭੜਕ ਨੂੰ ਪੁਲਿਸ ਕੇਸ ਹੋ ਗਿਆ ਪੁਲਿਸ ਸਾਨੂੰ ਭੱਜੀ ਫਿਰੂ ਅਦਾਲਤਾਂ ਕਚਹਿਰੀਆਂ ਚ ਗਵਾਈਆਂ ਦਿੰਦੇ ਫਿਰਾਂਗੇ ਇਹਦੇ ਨਾਲ ਚੰਗਾ ਮਹਾਰਾਜੇ ਨੂੰ ਆਪ ਹੀ ਠੀਕ ਕਰੇ ਇਸ ਕਰਕੇ ਬਹੁਤ ਸਾਰੇ ਲੋਕ ਸੜਕਾਂ ਦੇ ਦਮ ਤੋੜ ਜਾਂਦੇ ਸੀ ਪਰ ਹੁਣ ਅੱਜ ਦੇ ਬਜਟ ਦੇ ਵਿੱਚ ਇਸ ਗੱਲ ਦਾ ਐਲਾਨ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਕਿ ਅਸੀਂ ਫਰਿਸ਼ਤਾ ਨਾਂ ਦੀ ਸਕੀਮ ਲੈ ਕੇ ਆ ਰਹੇ ਹਾਂ ਕਿ ਜੇ ਕੋਈ ਬੰਦਾ ਕਿਸੇ ਜ਼ਖਮੀ ਨੂੰ ਹਸਪੀਟਲ ਪਹੁੰਚਾਉ ਉਹ ਖੱਜਲ ਨਹੀਂ ਹੋ ਉਹ ਫਸੂ ਨਹੀਂ ਉਹਨੂੰ ਡਰ ਨਹੀਂ ਲੱਗੂ ਸਗੋਂ ਸਰਕਾਰ ਆਪਣੇ ਤੌਰ ਤੇ ਉਹਦਾ ਸਨਮਾਨ ਕਰੂ ਉਹਨੂੰ ਆਨਰ ਕਰੂ ਕਿ ਆ ਤੂੰ ਬਹੁਤ ਚੰਗਾ ਕੀਤਾ ਇਹ ਭਾਰਤ ਦਾ ਪੰਜਾਬ ਦਾ ਨਾਗਰਿਕ ਹੈ ਬੰਦਾ ਤੂੰ ਇਹਦੀ ਜਾਨ ਬਚਾਈ ਆ ਤੇ ਆ ਲੈ ਫਰ ਆਪਣਾ ਸਨਮਾਨ ਮੁਫਤ ਲਾਜੂਗਾ ਇਦਾਂ ਵੀ ਨਹੀਂ ਕੋਈ ਬੰਦਾ ਆਖੂ ਕਿ ਮੈਂ ਲੈ ਕੇ ਗਿਆ ਮੈਂ ਉੱਥੇ ਆਪਣਾ ਆਈ ਕਾਰਡ ਦਿਖਾਤਾ ਉਹਨਾਂ ਨੂੰ ਐਡਰੈਸ ਲਿਖਾਤਾ ਤੇ ਮੁੜ ਕੇ ਬਿੱਲ ਭਲਕ ਨੂੰ ਮੈਨੂੰ ਭੇਜਣਗੇ ਇਲਾਜ ਵੀ ਕਹਿੰਦੇ ਬਿਲਕੁਲ ਮੁਫਤ ਹੋਊਗਾ ਸੰਧਾਲੀਆ ਸਾਹਿਬ ਜੇ ਐਲਾਨਾਂ ਤੋਂ ਜ਼ਮੀਨੀ ਹਕੀਕਤ ਤੱਕ ਦਾ ਸਫ਼ਰ ਇਸ ਫਰਿਸ਼ਤਾ ਸਕੀਮ ਨੇ ਤੈਅ ਕਰ ਲਿਆ ਫਾਇਦਾ ਜ਼ਰੂਰ ਹੋਊਗਾ ਨਹੀਂ ਫਾਇਦਾ ਛੱਡ ਕੇ ਮੈਨੂੰ ਲੱਗਦਾ ਵੀ ਇਹ ਉਹ ਚੀਜ਼ ਹੈ ਜਿਹੜੀ ਲੋਕਾਂ ਦਾ ਲੱਕ ਟੁੱਟਣੋਂ ਬਚਾ ਸਕਦੀ ਹੈ ਕਿਉਂਕਿ ਆਪਾਂ ਅਕਸਰ ਦੇਖਦੇ ਆ ਕਿ ਜਦੋਂ ਆਪਾਂ ਸੜਕਾਂ ਦੇ ਉੱਪਰ ਇਹੋ ਜਿਹਾ ਕੋਈ ਨਾ ਕੋਈ ਹਾਦਸਾ ਵੇਖਦੇ ਨਾ ਤੇ ਆਮ ਤੌਰ ਤੇ ਪਰਿਵਾਰਾਂ ਦੇ ਕੁਝ ਕਮਾਊ ਜੀ ਹੁੰਦੇ ਆ ਤੇ ਕਮਾਊ ਜੀ ਕਈ ਵਾਰਾਂ ਸਾਈਕਲਾਂ ਤੇ ਹੁੰਦੇ ਆ ਕਈ ਵਾਰਾਂ ਸਕੂਟਰ ਮੋਟਰਸਾਈਕਲਾਂ ਤੇ ਹੁੰਦੇ ਆ ਉਹ ਹੁਣ ਜਾਂ ਤਾਂ ਚਾਰਾ ਇਕੱਲਾ-ਦਕੱਲਾ ਜੀ ਹੁੰਦਾ ਤੇ ਜਾਂ ਕਹਿ ਲੂ ਕਿ ਬਈ ਦੋ ਜਣੇ ਹੁੰਦੇ ਆ ਕਿਸੇ ਵੇਲੇ ਆਪਾਂ ਪੋਤੇ-ਪੁੱਤ ਜਾਂ ਕੋਈ ਦੋ ਭਰਾਵਾਂ ਦੀ ਜੋੜੀ ਵੀ ਕੋਈ ਸੁਣ ਲਿਨੀ ਉਹੋ ਜੀ ਗੱਲ ਹੁਣ ਤੁਸੀਂ ਇਹ ਦੇਖੋ ਵੀ ਇੱਕ ਤੇ ਮਾਤਰਤ ਮਾਰਤੜ ਪਰਿਵਾਰ ਹੋਵੇ ਦੂਸਰਾ ਜਦੋਂ ਕੁਛ ਨਾ ਕੁਛ ਇਹੋ ਜੀ ਜਾ ਜਾਂਦੀ ਹੋ ਜਾਂਦੀ ਆ ਵੀ ਮੰਨ ਲ ਜਿਹੜਾ ਬੰਦਾ ਜੀ ਉਹਦੇ ਛੱਟ ਪੇਟ ਲੱਗ ਗਈ ਕਿਸੇ ਵੀ ਹਸਪਤਾਲ ਚ ਲੈ ਜਾਓ ਤੇ ਉਸ ਤੋਂ ਬਾਅਦ ਉਹਦੇ ਇਲਾਜ ਤੇ ਜਿੰਨਾ ਖਰਚਾ ਆਉਂਦਾ ਨਾ ਉਹਦੇ ਤੇ ਨਾਲ ਜਿਹੜਾ ਕਰਜ਼ਾ ਚੜਦਾ ਉਹਦੇ ਤੋਂ ਬਾਅਦ ਉੱਠਣ ਦੇ ਵਿੱਚ ਉਹ ਪਰਿਵਾਰ ਜਾਣਦਾ ਹੁੰਦਾ ਜਾਂ ਉਹਦੇ ਕੋਈ ਨੇੜਲੇ ਰਿਸ਼ਤੇਦਾਰ ਜਾਣਦੇ ਹੁੰਦੇ ਵੀ ਬਣਿਆ ਕੀ ਉਹਨਾਂ ਦੇ ਨਾਲ ਆਹ ਜਿਹੜੀ ਚੀਜ਼ ਮੇਰੇ ਖਿਆਲ ਨਾਲ ਸਰਕਾਰ ਨੇ ਕੀਤੀ ਇੱਕ ਫਰਿਸ਼ਤਾ ਸਕੀਮ ਇਹਨੂੰ ਜੇ ਇਮਾਨਦਾਰੀ ਦੇ ਨਾਲ ਲਾਗੂ ਕਰ ਲਿਆ ਜਾਵੇ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਬਚਣੀ ਆ ਉਹ ਆ ਲੋਕਾਂ ਦੀ ਜਾਨ ਤੇ ਸਭ ਤੋਂ ਵੱਡੀ ਗੱਲ ਲੋਕਾਂ ਦਾ ਵਿਸ਼ਵਾਸ ਕਿਉਂਕਿ ਇਹ ਗੱਲ ਤੁਹਾਡੀ ਠੀਕ ਹੈ ਕਿ ਕਿਸੇ ਵੇਲੇ ਹੁੰਦਾ ਵੀ ਡਾਕਟਰ ਕਹਿ ਦਿੰਦਾ ਵੀ ਯਾਰ ਜੇ ਤੁਸੀਂ ਅੱਧਾ ਘੰਟਾ ਪਹਿਲਾਂ ਲੈ ਆਉਂਦੇ ਨਾ ਤੇ ਇਹਨੇ ਬਚ ਜਾਣਾ ਸੀ ਤੇ ਉਹ ਅੱਧੇ ਘੰਟੇ ਦੀ ਦੇਰੀ ਇਸੇ ਕਰਕੇ ਹੋ ਜਾਂਦੀ ਵੀ ਕੋਈ ਨਾ ਕੋਈ ਬੰਦਾ ਉਹੋ ਜਿਹਾ ਮਿਲੇ ਜਿਹਦੇ ਕੋਲੇ ਕੋਈ ਸਾਧਨ ਹੋਵੇ ਜਾਂ ਫਿਰ ਕੋਈ ਬੰਦਾ ਵੈਸੇ ਹੀ ਆਕੇ ਵੀ ਨਹੀਂ ਯਾਰ ਜੋ ਜੋ ਕੁਝ ਹੁੰਦਾ ਹੋ ਜਵੇ ਮੈਂ ਇਹਨੂੰ ਬਚਾਉਣਾ ਪਰ ਜਦੋਂ ਲੋਕਾਂ ਤੱਕ ਆਹ ਗੱਲ ਪਹੁੰਚ ਗਈ ਵੀ ਯਾਰ ਜੇ ਮੈਂ ਉੱਥੇ ਜਾਵਾਂ ਕੋ 500000 2000 ਨਾਲ ਇਹ ਤਾਂ ਮੈਨੂੰ ਮਿਲ ਜਾਣਾ ਨਾਲੇ ਮੈਂ ਬੰਦਾ ਉੱਥੇ ਭਰਤੀ ਕਰਾਉਣਾ ਤੇ ਜਿਹੜੇ ਹਸਪਤਾਲ ਤੇ ਅਗਲਾ ਲੈ ਕੇ ਜਾਓ ਹਸਪਤਾਲ ਵਾਲਿਆਂ ਨੂੰ ਸਰਕਾਰ ਵੱਲੋਂ ਪਤਾ ਵੀ ਵੀਰ ਅਸੀਂ ਇਹਨੂੰ ਇਹ ਨਾ ਪੁੱਛੀਏ ਵੀ ਪੈਸੇ ਹੈਗੇ ਜਾਂ ਇਹਨੇ ਪੈਸੇ ਪਹਿਲਾਂ ਕਾਊਂਟਰ ਤੇ ਜਮ੍ਹਾਂ ਕਰਾ ਲਓ ਸਰਕਾਰ ਨੇ ਸਾਨੂੰ ਇਹਦਾ ਬਿੱਲ ਦੇ ਦੇਣਾ ਅਸੀਂ ਇਹਨੂੰ ਬੰਦੇ ਨੂੰ ਬਚਾ ਲਈਏ ਇਹ ਵਧੀਆ ਗੱਲ ਆ ਇਹ ਚੰਗੀ ਗੱਲ ਆ ਇਹਨੂੰ ਜੇ ਭਗਵੰਤ ਮਾਨ ਸਰਕਾਰ ਇਮਾਨਦਾਰੀ ਨਾਲ ਕਰ ਲਵੇ ਤੇ ਮੇਰੇ ਖਿਆਲ ਨਾਲ ਇਹਦੇ ਤੋਂ ਵੱਡੀ ਸ਼ਾਬਾਸ਼ੀ ਕੋਈ ਨਹੀਂ ਜੀ ਇਹ ਗੱਲ ਥੋੜੀ ਠੀਕ ਹੈ ਕਿ ਇਧਰਲੇ ਪਾਸੇ ਨੂੰ ਤੁਰਨਾ ਚਾਹੀਦਾ ਵਿਰੋਧੀ ਪਾਰਟੀਆਂ ਰਾਜਾ ਵਡਿੰਗ ਸਾਹਿਬ ਨੇ ਵੀ ਕਿਹਾ ਕਹਿੰਦੇ ਜੀ ਆ ਚੰਗੀ ਸਕੀਮ ਹੈ ਜਿਹੜੀ ਗੱਲ ਚੰਗੀ ਆ ਅਸੀਂ ਉਹਨੂੰ ਚੰਗੀ ਆਨੇ ਹੁਣ ਦੇਖੋ ਜਿਹੜੀ ਯੋਜਨਾ ਦੇ ਉੱਤੇ ਵਿਰੋਧੀ ਧਿਰ ਵੀ ਆ ਕੇ ਪਿੱਠ ਥਾਪੜਦੀ ਐ ਉਹ ਯੋਜਨਾ ਤਾਂ ਵਧੀਆ ਸੀ ਫੇਰ ਚਾਹੁੰਦੇ ਆ ਕਿ ਪਾਈ ਇਹ ਜ਼ਮੀਨੀ ਹਕੀਕਤ ਦਾ ਰੂਪ ਧਾਰਨ ਕਰ ਲਵੇ ਕਾਗਜ਼ਾਂ ਪੱਤਰਾਂ ਦੇ ਵਿੱਚ ਇਹਨਾਂ ਰਹਿ ਜਵੇ ਕਿ ਪਾਈ ਆ ਫਾਈਲ ਕਦੀ ਐ ਇਹ ਉਹੀ ਜੀ ਵਿਰਸ਼ਤਾ ਸਕੀਮ ਦੀ ਫਾਈਲ ਆ 2022 ਦੇ ਵਿੱਚ ਜੂਨ ਮਹੀਨੇ ਦੇ ਵਿੱਚ ਬਜਟ ਪੇਸ਼ ਕੀਤਾ ਸੀ ਉਦੋਂ ਅਨਾਉਂਸ ਕੀਤੀ ਸੀ ਆ ਫਾਈਲ ਜੀ ਆ ਜੀ ਕਹਿੰਦੇ ਯੋਜਨਾ ਕਿੱਥੇ ਆ ਹਵਾ ਫਾਈਲ ਜੀ ਆ ਇਦਾਂ ਨਾ ਹੋ ਜਵੇ ਅਸੀਂ ਨਹੀਂ ਕਹਿੰਨੇ ਕਿ ਮੌਜੂਦਾ ਸਰਕਾਰ ਨੇ ਇਦਾਂ ਕਰਨੀ ਐ ਪਰ ਪਹਿਲਾਂ ਪੰਜਾਬ ਦੇ ਲੋਕਾਂ ਦੇ ਨਾਲ ਇਦਾਂ ਹੁੰਦੀ ਰਹੀ ਐ ਇਸ ਕਰਕੇ ਤੋਖਲਾ ਦੂਸਰੀ ਗੱਲ ਸੰਦਾਲੀਆ ਸਭ ਕਾਲਜ ਬਣੇ ਸੀ ਪਿਛਲੀ ਤੋਂ ਪਿਛਲੀ ਸਰਕਾਰ ਦੇ ਵੇਲੇ ਅਨਾਉਂਸਮੈਂਟਾਂ ਹੋਈਆਂ ਨੀ ਪੱਥਰ ਰੱਖੇ ਗਏ ਸਰਕਾਰੀ ਕਾਲਜ ਖੁੱਲੇ ਪਤ ਨਹੀਂ ਕੰਟੀਨੈਂਟਲ ਕਿਹੜੇ ਕਾਲਜ ਉਹਨਾਂ ਨੂੰ ਕਹਿੰਦੇ ਆ ਉਹ ਹੁਣ ਉਹ ਜਦੋਂ ਕਾਲਜ ਖੁੱਲੇ ਬੜੀ ਚਰਚਾ ਚੱਲੀ ਕੋਈ ਜੀ ਸਕੂਲ ਦੇ ਹੱਥ ਤੇ ਚੱਲੀ ਜਾਂਦਾ ਕੋਈ ਕਿਸੇ ਹੋਰ ਥਾਂ ਤੋਂ ਬਿਲਡਿੰਗ ਪਾੜੇ ਤੇ ਲੈ ਕੇ ਚੱਲੀ ਜਾਂਦਾ ਫਿਰ ਉਹਨਾਂ ਦੇ ਅਧਿਆਪਕਾਂ ਦਾ ਰੌਲਾ ਰੱਪਾ ਪੈ ਗਿਆ ਕਿ ਉੱਥੇ ਕਿੰਨੇ ਕੁ ਟੀਚਰ ਨੇ ਦਾਖਲੇ ਸ਼ੁਰੂ ਕਰਤੇ ਕਮਰੇ 3 ਨੇ ਕਿ 4 ਨੇ ਹੁਣ ਜਦੋਂ ਇਦਾਂ ਦੀ ਸਥਿਤੀ ਹੁੰਦੀ ਆ ਫਿਰ ਬੰਦੇ ਨੂੰ ਲਾਇਬ੍ਰੇਰੀ ਦਾ ਚੇਤਾ ਆਉਂਦਾ ਲੈਬੋਰਾਟਰੀ ਦਾ ਚੇਤਾ ਆਉਂਦਾ ਕਿ ਹਾਇਰ ਐਜੂਕੇਸ਼ਨ ਲੈ ਰਹੇ ਨੇ ਬੱਚੇ ਸਰਕਾਰੀ ਕਾਲਜ ਦੇ ਵਿੱਚ ਜੇ ਇਹਨਾਂ ਬੇਸਿਕ ਜੀਆਂ ਚੀਜ਼ਾਂ ਦੀ ਉੱਥੇ ਥੋੜ ਰਹੀ ਤਾਂ ਫਿਰ ਕਹਾਣੀ ਕਿੱਥੇ ਜਾਊ 30 ਕਰੋੜ ਰੁਪਏ ਪੰਜਾਬ ਸਰਕਾਰ ਨੇ ਇਧਰਲੇ ਪਾਸੇ ਰੱਖਿਆ ਕਿ ਆਪਾਂ ਨਵੇਂ بڑے ਸਰਕਾਰੀ ਕਾਲਜਾਂ ਦੇ ਵਿੱਚ ਲਾਇਬ੍ਰੇਰੀਆਂ ਖੋਲਣੀਆਂ ਜਿਦੇ ਨਾਲ ਕੇ ਬੱਚੇ ਅਧਿਐਨ ਕਰਕੇ ਕੁਝ ਸਿੱਖ ਸਕਣ ਤੇ 200 ਕਰੋੜ ਰੁਪਏ ਦਾ ਬਜਟ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਰੱਖਿਆ ਉੱਥੇ ਤਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਬਣੇ ਸ਼ਾਇਦ ਪਹਿਲਾ ਸਮਾਗਮ ਹੀ ਉਹਨਾਂ ਦਾ ਉੱਥੇ ਸੀ ਜਨਤਕ ਸਮਾਗਮ ਉੱਥੇ ਅਨਾਉਂਸ ਕਰਕੇ ਆਏ ਸੀ ਕਿ ਭਾਈ ਤੁਹਾਨੂੰ ਵਿੱਤੀ ਸੰਕਟ ਚ ਨਹੀਂ ਰਹਿਣ ਦਿੰਦੇ ਹੁਣ 200 ਕਰੋੜ ਰੁਪਏ ਬਜਟ ਚ ਰੱਖ ਲਿਆ ਮਿਲ ਜਵੇ ਚੰਗਾ ਇਹ ਬਹੁਤ ਵਧੀਆ ਗੱਲ ਆ ਕਿਉਂਕਿ ਐਤਕੀ ਸਿੱਖਿਆ ਦੇ ਉੱਪਰ ਕਾਫੀ ਸਾਰਾ ਬਜਟ ਰੱਖਿਆ ਚਾਹੇ ਉਹ ਆਪਾਂ ਸਕੂਲਾਂ ਦੀ ਗੱਲ ਕਰ ਲਈਏ ਜਿਹਦੇ ਵਿੱਚ 100 ਦੇ ਕਰੀਬ ਸਕੂਲ ਐਸੇ ਬਣਾਉਣੇ ਨੇ ਵੀ ਜਿਹੜੇ ਵਾਕਈ ਮਾਡਲ ਸਕੂਲ ਹੋਣਗੇ ਸਿਰੇ ਦੇ ਜਿਦਾਂ ਹੁਣ ਇੱਥੋਂ ਕਹਿੰਦੇ ਵੀ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਦਿੱਲੀ ਵਾਲੇ ਸਕੂਲ ਵੇਖਣ ਆਉਂਦੇ ਇਦਾਂ ਹੀ ਉਸ 100 ਸਕੂਲ ਇਹੋ ਜਿਹਾ ਹੋਊਗਾ ਪੰਜਾਬ ਦਾ ਜਿਹਨੂੰ ਲੋਕ ਦੇਖਣ ਆਇਆ ਕਰਨਗੇ ਫਿਰ ਜਿਹੜੇ ਹੋਰ ਕਹ ਲੋ ਕਿ ਮੈਡੀਕਲ ਕਾਲਜ ਖੋਲਣੇ ਨੇ ਉਹਨਾਂ ਦਾ ਜ਼ਿਕਰ ਹੋ ਗਿਆ ਇੱਕ ਚੀਜ਼ ਇਹਦੇ ਵਿੱਚ ਮੈਨੂੰ ਲੱਗਦਾ ਆਪਾਂ ਉਹ ਵੀ ਜ਼ਿਕਰ ਕਰ ਲਈਏ ਕਿ ਵੀ ਕੋਕੋ ਪਿਛਲੀ ਗੱਲ ਦੇ ਨਾਲ ਹੀ ਜੁੜਦੀ ਆ ਕਿ ਜਿਹੜੇ ਜਿਹੜੀ ਫਰਿਸ਼ਤਾ ਸਕੀਮ ਹੈ ਕਿ ਲੋਕਾਂ ਦਾ ਇਲਾਜ ਕਰਾਉਣਾ ਉਹ ਤਾਂ ਹੋ ਗਿਆ ਐਕਸੀਡੈਂਟ ਵਾਲੀ ਗੱਲ ਦੂਸਰਾ ਸੀ ਮੁਹੱਲਾ ਕਲੀਨਿਕ ਵਾਲੀ ਗੱਲ ਜਾਂ ਪਿੰਡ ਕਲੀਨਿਕ ਵਾਲੀ ਗੱਲ ਐਸ 15 ਅਗਸਤ ਤੱਕ 75 ਦੇ ਕਰੀਬ ਮੁਹੱਲਾ ਕਲੀਨਿਕ ਜਾਂ ਪਿੰਡ ਕਲੀਨਿਕ ਖੋਲ੍ਹ ਜਾਣ ਦਾ ਐਲਾਨ ਆਲਰੇਡੀ ਸਰਕਾਰ ਕਰ ਚੁੱਕੀ ਹੈ ਤੇ ਜੀਮਾ ਸਾਹਿਬ ਦੀ ਜੇਕਰ ਗੱਲ ਮੰਨੀਏ ਤੇ ਉਹ ਕਹਿੰਦੇ ਵੀ 117 ਆਪਾਂ ਇਸ ਸਾਲ ਦੇ ਵਿੱਚ ਕਰ ਦਨੇ ਇਹਦਾ ਮਤਲਬ ਲਗਭਗ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਇੱਕ ਇੱਕ ਹੋ ਗਿਆ ਕਿ 75 ਹੁਣ ਖੁੱਲ ਜਾਣੇ ਆ ਤੇ 42 ਬਾਕੀ ਰਹਿ ਕੇ ਆਪਾਂ ਆਸ ਕਰ ਸਕਦੇ ਆਂ ਵੀ ਦਸੰਬਰ ਤੱਕ ਜਾਂਦੇ ਜਾਂਦੇ ਉਹ ਜਣੇ ਉਹ ਵੀ ਖੁੱਲ ਜਾਣਗੇ ਸੋ ਜੇ ਸਾਲ ਦੇ ਅਖੀਰ ਤੱਕ ਜਾਂਦਿਆਂ ਇਹ ਹੁਣ ਮੇਰੇ ਕੱਲ 6 ਮਹੀਨੇ ਰਹਿ ਗਏ ਬਾਕੀ 6 ਮਹੀਨਿਆਂ ਦੇ ਵਿੱਚ ਵਿੱਚ ਜੇ ਇਹ ਦੋ ਤਿੰਨ ਚੀਜ਼ਾਂ ਮੋਟੀਆਂ ਮੋਟੀਆਂ ਇਹ ਮੰਨ ਲਓ ਵੀ ਮਹੱਲਾ ਕਲੀਨਿਕ ਦਾ ਕਰਕੇ ਲੋਕਾਂ ਨੂੰ ਆਮ ਸਧਾਰਨ ਬਿਮਾਰੀਆਂ ਦੇ ਲਈ ਇਲਾਜ ਮਿਲਣ ਲੱਗ ਜਵੇ ਦੂਸਰੇ ਪਾਸੇ ਫਰਿਸ਼ਤਾ ਸਕੀਮ ਆ ਜਵੇ ਤੀਸਰੇ ਪਾਸੇ ਸਕੂਲਾਂ ਤੇ ਹੋਰ ਜਿਹੜੇ ਬਹੁਤ ਤਕਨੀਕੀ ਕਾਲਜ ਨੇ ਆ ਜਿਹੜੇ ਇਸ ਤਰ੍ਹਾਂ ਦੇ ਇੰਸਟੀਚਿਊਟ ਨੇ ਉਹਨਾਂ ਦੀ ਹਾਲਤ ਸੁਧਰ ਜਵੇ ਤੇ ਨਿਆਣਿਆਂ ਨੂੰ ਉੱਥੇ ਸੌਖੀ ਤੇ ਚੰਗੀ ਇੱਕਿਆ ਮੈਣ ਲੱਗ ਪੇ ਹੋ ਸਕਦਾ ਕਿ ਥੋੜਾ ਥੋੜਾ ਕੰਮ ਲਈ ਤੇ ਆਜ ਵੀ ਕਿ ਨਹੀਂ ਨਹੀਂ ਕਾਫੀ ਲਈ ਤੇ ਆ ਸਕਦਾ ਜੀ ਜੇ ਦੇਖੋ ਵੈਸੇ ਤਾਂ ਵਿਰੋਧੀ ਪਾਰਟੀਆਂ ਲੋ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਕਿਹਾ ਕਿ ਸਾਡੇ ਕੋਲ ਡਿਸਪੈਂਸਰੀਆਂ ਹੈ ਨਹੀਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੀ ਕਿਹਾ ਕਿ ਇਹ ਚੀਜ਼ਾਂ ਤਾਂ ਪਹਿਲਾਂ ਹੈ ਨਹੀਂ ਤੇ ਇਹਨਾਂ ਦੇ ਉੱਤੇ ਹੁਣ ਤੁਸੀਂ ਸਿਆਸਤ ਕਿਉਂ ਕਰਦੇ ਆ ਇਹਦੇ ਵਿੱਚ ਕੋਈ ਦੂਰਾਈ ਨਹੀਂ ਸੰਧਾਲੀਆ ਸਾਹਿਬ ਕਿ ਪੰਜਾਬ ਦੇ ਕੋਲੇ ਸਰਕਾਰੀ ਹਸਪਤਾਲ ਬਹੁਤ ਨਹੀਂ ਡਿਸਪੈਂਸਰੀਆਂ ਬਹੁਤ ਨਹੀਂ ਬਿਲਡਿੰਗਾਂ ਉਹਨਾਂ ਦੀਆਂ ਖੜੀਆਂ ਉਹ ਸਾਰਾ ਕੁਝ ਹੈਗਾ ਕਾਗਜ਼ਾਂ ਪੱਤਰਾਂ ਦੇ ਵਿੱਚ ਤਾਂ ਚੱਲਦਾ ਕਿ ਪੰਜਾਬ ਦਾ ਸਿਹਤ ਵਿਭਾਗ ਬੜੇ ਦੁਰਸਤ ਤਰੀਕੇ ਨਾਲ ਚੱਲਦਾ ਪਰ ਸਵਾਲ ਉਹੀ ਹੈ ਕਿ ਕਿਤੇ ਇੱਕ ਹੋਰ ਬਿਲਡਿੰਗਾਂ ਦਾ ਮੁਹੱਲਾ ਕਲੀਨਿਕ ਦੇ ਨਾਂ ਤੇ ਖੜੀਆਂ ਹੋ ਜਾਣ ਉਹ ਲੋਕਾਂ ਦੇ ਘਰ ਦੇ ਨੇੜੇ ਆ ਜਾਂ ਲੋਕਾਂ ਦੇ ਘਰ ਦੇ ਦੂਰ ਆ ਇੱਕ ਵੱਖਰੀ ਗੱਲ ਹੈ ਕਿਉਂਕਿ ਪਹਿਲਿਆਂ ਨੇ ਕਿਹਾ ਸੀ ਕਿ ਸਹੂਲਤ ਹੈਗੀ ਆ ਪਰ ਜਿਹੜੇ ਬੰਦੇ ਦੀ ਜੇਬ ਦੇ ਵਿੱਚ ਚਾਰ ਪੈਸੇ ਹੈਗੇ ਆ ਉਹ ਸਰਕਾਰੀ ਹਸਪਤਾਲੋਂ ਟੀਕਾ ਲਵਾਉਣ ਨਹੀਂ ਜਾਂਦਾ ਉਹ ਸਰਕਾਰੀ ਹਸਪਤਾਲੋਂ ਚੈੱਕ ਕਰਾਉਣ ਨਹੀਂ ਜਾਂਦਾ ਉਹ ਸਰਕਾਰੀ ਹਸਪਤਾਲੋਂ ਦਵਾਈ ਲੈਣ ਨਹੀਂ ਜਾਂਦਾ ਉਹ ਕਹਿੰਦਾ ਯਾਰ ਪ੍ਰਾਈਵੇਟ ਹਸਪਤਾਲ ਚੱਲਦੇ ਆ ਉੱਥੇ ਪਤਾ ਨਹੀਂ ਸਰਕਾਰੀ ਦੇ ਵਿੱਚ ਕੁਝ ਲੱਭਣਾ ਕਿ ਨਹੀਂ ਲੱਭਣਾ ਕਦੇ ਦਵਾਈ ਮੁੱਕੀ ਹੁੰਦੀ ਹੈ ਕਦੇ ਮਸ਼ੀਨ ਖਰਾਬ ਹੁੰਦੀ ਹੈ ਕਦੇ ਡਾਕਟਰ ਸਾਹਿਬ ਜਾਂ ਹੋਰ ਕਰਮਚਾਰੀ ਨਹੀਂ ਆਏ ਹੁੰਦੇ ਇਹ ਆਮ ਚਰਚਾ ਲੋਕਾਂ 'ਚ ਮੈਂ ਆਪਾਂ ਨਹੀਂ ਕਹਿੰਦੇ ਕਿ ਇਹਨਾਂ ਹਸਪਤਾਲਾਂ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਮਿਹਨਤੀ ਨਹੀਂ ਜਾਂ ਉਹ ਐਵੇਂ ਹੀ ਛੁੱਟੀਆਂ ਲਈ ਜਾਂਦੇ ਆਪਾਂ ਬਿਲਕੁਲ ਨਹੀਂ ਕਹਿੰਦੇ ਪਰ ਲੋਕਾਂ ਦਾ ਯਕੀਨ ਤੇ ਵਿਸ਼ਵਾਸ ਅੱਜ ਦੀ ਤਰੀਕ ਦੇ ਵਿੱਚ ਤਾਂ ਹੈ ਨਹੀਂ ਜੇ ਉਹਨਾਂ ਦੇ ਕੋਲੇ ਪੈਸੇ ਹੋਣ ਤੇ ਉਹਨਾਂ ਦੀ ਤਰਜੀਹ ਜਿਹੜੀ ਹੈ ਉਹ ਬਾਹਰੋਂ ਹੀ ਇਲਾਜ ਕਰਾਉਣ ਦੀ ਹੁੰਦੀ ਆ ਇਹ ਸਾਰੇ ਜਾਣਦੇ ਆ ਕੋਈ ਇਹਦੇ ਤੋਂ ਮੁੱਕਰੀ ਜਾਵੇ ਤੇ ਕੋਈ ਨਾ ਮੁੱਕਰੀ ਜਾਵੇ ਹੁਣ ਅਸੀਂ ਉਮੀਦ ਕਰਦੇ ਆ ਠੀਕ ਹੈ ਬਾਜਵਾ ਸਭ ਤੁਹਾਡੀ ਗੱਲ ਪ੍ਰਤਾਪ ਸਿੰਘ ਬਾਜਵਾ ਜੀ ਕਿ ਹੈ ਨੇ ਸਾਰੀਆਂ ਚੀਜ਼ਾਂ ਪਰ ਹੈਗੀਆਂ ਆ ਪਰ ਲੋਕ ਜਾ ਕੇ ਰਾਜ਼ੀ ਨਹੀਂ ਤੇ ਜੇ ਮੁਹੱਲਾ ਕਲੀਨਿਕ ਬਣਦੇ ਆ ਚਾਹੇ ਵਿਧਾਨ ਸਭਾ ਹਲਕੇ ਚੱਲਦੀ ਘੜੀ ਇੱਕ ਹੀ ਸਹੀ ਇੱਕ ਹਲਕੇ ਦੇ ਵਿੱਚ ਪਰ ਜੇ ਉੱਥੇ ਡਾਕਟਰ ਉੱਥੇ ਟੈਸਟ ਦਾ ਪ੍ਰਬੰਧ ਉੱਥੇ ਦਵਾਈ ਦੇਣ ਦਾ ਪ੍ਰਬੰਧ ਸਾਰਾ ਕੁਝ ਇੱਕੋ ਛੱਤ ਹੇਠ ਫਿਕਸ ਟਾਈਮ ਦੇ ਵਿੱਚ ਹੋਵੇ ਤਾਂ ਫਿਰ ਸੰਧਾ ਵਾਲੀ ਆ ਸਾ ਪੰਜਾਬ ਦੇ ਲੋਕ ਤਾੜੀਆਂ ਮਾਰਨਗੇ ਤੇ ਜੇ ਪਹਿਲਿਆਂ ਵਾਂਗੂ ਇੱਕ ਇੱਕ ਬਿਲਡਿੰਗ ਹੋਰ ਖੜੀ ਕਰਤੀ ਨਾਂ ਲਿਖ ਕੇ ਮੋਟਾ ਜਿਹਾ ਉੱਥੇ ਤੇ ਫੋਟੋ ਲਾਤੀਆਂ ਕਿ ਪਾਈ ਇਹਨਾਂ ਨੇ ਮਹੱਲਾ ਕਲੀਨਿਕ ਸ਼ੁਰੂ ਕਰਾਈ ਉੱਥੇ ਕਰਮਚਾਰੀ ਡਾਕਟਰਾਂ ਦੀ ਘਾਟ ਹੋਈ ਦਵਾਈਆਂ ਮਿਲਦੀਆਂ ਨਾ ਹੋਈਆਂ ਫਿਰ ਪੰਜਾਬ ਦੇ ਲੋਕਾਂ ਨੇ ਇਦਾਂ ਦਾ ਸਿਸਟਮ ਲੈ ਕੇ ਰਗੜ ਕੇ ਗੋਡੇ ਤੇ ਲਾਉਣਾ ਇਹ ਗੱਲ ਸਹੀ ਹੈ ਦੇਖੋ ਕਾਰਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜੇ ਪਹਿਲੀਆਂ ਸਰਕਾਰਾਂ ਸੀ ਚਾਹੇ ਕਾਂਗਰਸ ਪਾਰਟੀ ਦੀ ਰਹੀ ਚਾਹੇ ਅਕਾਲੀਆਂ ਦੀ ਰਹੀ ਜਾਂ ਅਕਾਲੀ ਭਾਜਪਾ ਗੱਠ ਜੋੜਦੀ ਰਹੀ ਵੀ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਕੰਮ ਕੀਤਾ ਮੁਸ਼ਕਿਲ ਸਿਰਫ ਇੱਥੇ ਹੀ ਆਉਂਦੀ ਆ ਵੀ ਉਦਾਂ ਹੀ ਜਿੱਦਾਂ ਬੰਦਾ ਆਖੇ ਨਾ ਵੀ ਯਾਰ ਆਪਾਂ ਨਾ ਹੁਣ ਮੁੰਡਾ ਕਹਿੰਦਾ ਵੀ ਆਪਾਂ ਦਾ ਪਪਾ ਜੀ ਟਰਾਲੀ ਲੈਣੀ ਨਵੀਂ ਤੇ ਉਤੋਂ ਬਿਨਾ ਵਾਈ ਨਹੀਂ ਆਪਣੀ ਹੋਣੀ ਆਪਾਂ ਟਰੈਕਟਰ ਵੀ ਲੈ ਲੈਣਾ ਨਵਾਂ ਤੇ ਟਰੈਕਟਰ ਟਰਾਲੀ ਦੇ ਨਾਲ ਫਿਰ ਇੱਕ ਨਾ ਕੰਮ ਚੱਲੂਗਾ ਜਦੋਂ ਸਾਧ ਨਹੀਂ ਨੇ ਹੋਣਗੇ ਤੇ ਫਿਰ ਆਪਾਂ ਕਾਦੀ ਵਾਈ ਕਰਨੀ ਆ ਇਹਨੂੰ ਉਧਰੋਂ ਫਿਆਂਡੋਂ ਗਵਾਂਡੋਂ ਗੱਲ ਚੱਲਦੀ ਆ ਟਰਾਲੀ ਲੈਣੀ ਆ ਤੇ ਕਹਾ ਆਪਾਂ ਲਾ ਗੱਡਾ ਉੱਥੇ ਖਲੋਤਾ ਤੇ ਹੈਗਾ ਉਹਦੇ ਨਾਲ ਕੋਈ ਵੀਂਦਾ ਨਹੀਂਗਾ ਹੁਣ ਗੱਲ ਆ ਵੀ ਗੱਡਾ ਜਿਹੜਾ ਜੇ ਤੁਸੀਂ ਆਲਰੇਡੀ ਉਹਦੇ ਚੱਕੇ ਲਾ ਕੇ ਤੇ ਇਟਾਂ ਤੇ ਕੀਤਾ ਉਦੋਂ ਬਾਅਦ ਭੱਟੇ ਉਹਦੇ ਨਿਕਲਿਆ ਤੇ ਕੇਲੋ ਦੇ ਜੰਗਾਲੇ ਆ ਜਾਂ ਤੇ ਉਹ ਗੱਡੀ ਨੂੰ ਵਰਤਦੇ ਜੇ ਤੇ ਉਹਨੂੰ ਵਰਤਿਆ ਜਿਆਦਾ ਹੁੰਦਾ ਉਹ ਕੰਮ ਚੱਲਦਾ ਹੁੰਦਾ ਤੇ ਆਪੇ ਉਹਨੂੰ ਲੱਗਦਾ ਵੀ ਨਹੀਂ ਯਾਰ ਇਹ ਚੰਗਾ ਭਲਾ ਇਹਨੂੰ ਕਿਹਾ ਇਹਨੂੰ ਮਾੜੀ ਜੀ ਗਰੀਸ ਕਰਾਉ ਤੇ ਆਪਾਂ ਤੋਰੀਏ ਹਰ ਕਿਸੇ ਰਪਏ ਹੋਈ ਪਿਆ ਵੀ ਜਿਹੜੀਆਂ ਚੀਜ਼ਾਂ ਜਦੋਂ ਬਣਦੀਆਂ ਰਹੀਆਂ ਜਾਂ ਤੇ ਉਹਨੂੰ ਬਣਾਉਣ ਵੇਲੇ ਦਾ ਹਿਸਾਬ ਆਪਾਂ ਅੱਗੇ ਦੱਸ ਹਟੇ ਵੀ 100 ਦੀ ਚੀਜ਼ ਬਣਨੀ ਹੈ ਤੇ 60ਾਂ 50ਾਂ 55ਾਂ 'ਚ ਬਣਦੀ ਰਹੀ ਕੌਮ ਬਣਦੀ ਰਹੀ ਇਹਦਾ ਵੀ ਪਤਾ ਕਰ ਲਿਆ ਜਾਵੇ ਦੂਜੀ ਗੱਲ ਇਹ ਵੀ ਜੇ ਆਪਾਂ ਮੰਨ ਲਓ ਆਪਣਾ ਕੋਈ ਘਰ ਮਕਾਨ ਵੀ ਬਣਾਉਨੇ ਆ ਆਪਾਂ ਨੂੰ ਹੀ ਪਤਾ ਹੁੰਦਾ ਕਿ ਅੱਜ ਮਕਾਨ ਬਣ ਗਿਆ ਤੇ ਇਹਨੇ ਹੋ ਸਕਦਾ ਸਦਾ ਜੀ ਹੋਰ ਦੋ ਤਿੰਨ ਸਾਲਾਂ ਤੱਕ ਰੰਗ ਮੰਗਣਾ ਹੋਰ ਦੋ ਤਿੰਨ ਸਾਲ ਨਿਕਲ ਗਏ ਤੇ ਫਿਰ ਮਾੜੀ ਮੋੜ ਕੋ ਟੀਪ ਟੂ ਵੀ ਕਿਤੇ ਉੱਧੜੀ ਨਹੀਂ ਆ ਕਿਤੇ ਕਿਤੇ ਸਲਾਬ ਆਉਣੀ ਉਹਨੂੰ ਦੁਬਾਰੇ ਨੂੰ ਦਰੁਸਤ ਕਰਨਾ ਪੈਣਾ ਉਹ ਜਿਹੜਾ ਮਰਮਮਤ ਵਾਲਾ ਖਰਚਾ ਨਹੀਂ ਹੁੰਦਾ ਜਾਂ ਉਹਨੂੰ ਦੁਬਾਰਾ ਮੇਨਟੇਨ ਨਹੀਂ ਕੀਤਾ ਜਾਂਦਾ ਤੇ ਹੌਲੀ ਹੌਲੀ ਉਹ ਕਿਰਦੀ ਕਿਰਦੀ ਚੀਜ਼ ਖਤਮ ਹੋ ਜਾਂਦੀ ਆ ਉਹ ਵੀ ਇੱਕ ਬਹੁਤ ਵੱਡਾ ਕਾਰਨ ਆ ਜਿਹਦਾ ਕਰਕੇ ਆਪਾਂ ਨੂੰ ਉਹ ਚੀਜ਼ਾਂ ਬਣੀਆਂ ਜ਼ਰੂਰ ਨਜ਼ਰ ਆਉਂਦੀਆਂ ਨੇ ਔਰ ਹਾਂ ਜੀ ਅੱਜ ਵੀ ਕਿਤੇ ਤੁਸੀਂ ਦੂਰ ਦਰਾਡੇ ਪਿੰਡਾਂ ਥਾਵਾਂ ਤੇ ਜਾ ਕੇ ਵੇਖ ਲਓ ਤੇ ਬਾਹਰ ਜ਼ਰੂਰ ਲਿਖਿਆ ਹੁੰਦਾ ਜੰਗਾਲੇ ਜੇ ਬੋਰਡ ਦੇ ਉੱਪਰ ਵੀ ਫਲਾਨਾ ਫਲਾਨਾ ਸਿਹਤ ਕੇਂਦਰ ਤੇ ਬੰਦਾ ਸੋਈਦਾ ਵੀ ਯਾਰ ਇਹ ਕੇਂਦਰ ਦੀ ਸਿਹਤ ਦਾ ਕੀ ਹਾਲ ਹੈ ਬਲ ਸਿਹਤ ਕੇਂਦਰ ਤਾਂ ਹੈਗਾ ਪਰ ਇਹ ਕੇਂਦਰ ਦੀ ਸਿਹਤ ਦਾ ਕੀ ਹਾਲ ਹੈ ਆਪ ਇਹ ਸਿਹਤ ਕੇਂਦਰ ਨੂੰ ਆਪ ਨਮੂਨੀਆਂ ਹੋਇਆ ਲੱਗਦਾ ਜਿੰਨਾ ਕਿ ਯਾਰੀ ਸਿਹਤ ਕੇਂਦਰ ਦੇ ਅੰਦਰ ਪਾਣੀ ਖੜਾ ਹੁੰਦਾ ਲੱਗਦਾ ਹੁੰਦਾ ਇੱਥੇ ਮਲੇਰੀਆ ਇਹਨੂੰ ਵੀ ਹੋਣੇ ਨੇ ਬਾਕੀਆਂ ਨੂੰ ਵੀ ਕਰ ਦੇਣਾ ਚਲੋ ਉਮੀਦ ਕਰਦੇ ਆਂ ਆਪਾਂ ਕਿ ਸਾਰਾ ਕੁਝ ਸੰਧਾਲੀਆ ਸਭ ਦਰਸਤ ਹੋਵੇ सीएम ਦਫ਼ਤਰ ਖੁੱਲਣੇ ਆ ਜੀ ਮੁੱਖ ਮੰਤਰੀ ਦਫ਼ਤਰ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਹਦਾ ਐਲਾਨ ਭਗਵੰਤ ਸਿੰਘ ਸਾਬ ਨੇ ਪਿਛਲੇ ਸਮੇਂ 'ਚ ਵੀ ਕੀਤਾ ਸੀ ਤੇ ਹੁਣ ਬਜਟ ਦੇ ਵਿੱਚ ਵੀ ਕਰ ਦਿੱਤਾ ਗਿਆ ਇਹਦੇ ਤੋਂ ਇਲਾਵਾ ਵਪਾਰੀਆਂ ਦਾ ਇੱਕ ਜਿਹੜੀ ਉਹ ਸੰਸਥਾ ਬਣਾ ਦੇਣੀ ਆ ਸਰਕਾਰ ਨੇ ਕਿ ਵਪਾਰੀਆਂ ਨੂੰ ਜਿਹੜੀ ਮੁਸ਼ਕਲ ਆਏਗੀ ਉਹਨੂੰ ਦੂਰ ਕਰਨਾ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਇਹ ਦਾਵਾ ਕੀਤਾ ਗਿਆ ਸੀ ਗਰੰਟੀ ਹੁੰਦੀ ਆ ਆਮ ਆਦਮੀ ਪਾਰਟੀ ਦੀ ਉਹ ਕਹਿੰਦੇ ਜੀ ਗਰੰਟੀ ਦਿੰਨੇ ਆ ਵਪਾਰੀਆਂ ਨੂੰ ਮਿਲ ਕੇ ਥੋਡੀਆਂ ਸਮੱਸਿਆਵਾਂ ਕੀ ਨੇ ਮਾੜਾ ਮੋਟਾ ਦੱਸਿਆ ਕਰੋ ਆਪਾਂ ਕਰਾਵਾਂਗੇ ਸੂਤ ਆਪਾਂ ਕਰਾਵਾਂਗੇ ਹੱਲ ਗੱਲ ਕਿਹੜੀ ਆ ਹੁਣ ਉਹ ਸਾਰੀਆਂ ਗੱਲਾਂ ਆਖਤਾ ਦਿੱਤੀਆਂ ਕਹਿਤਾ ਦਿੱਤੀਆਂ ਸੀ ਕਿ ਵਪਾਰੀਆਂ ਨੂੰ ਰਿਸ਼ਵਤ ਦੇ ਕਮਿਸ਼ਨ ਦੇ ਚੱਕਰਾਂ ਚੋਂ ਬਚਾਉਣਾ ਹੈ ਆ ਜਿਹੜੀਆਂ ਬੇਲੁੜੀਆਂ ਸਰਕਾਰੀ ਰਿਕਾਵਟਾਂ ਨੇ ਉਹ ਆਪਾਂ ਦੂਰ ਕਰ ਦੇਣੀਆਂ ਪਰ ਉਡੀਕ ਰਹੀ ਸੀ ਵਪਾਰੀ ਕਿ ਆਖਰਕਾਰ ਕਦੋਂ ਕਰਨੀਆਂ ਸੋ ਬਜਟ ਦੇ ਵਿੱਚ ਇਸ ਗੱਲ ਦਾ ਵੀ ਫੈਸਲਾ ਕਰ ਦਿੱਤਾ ਕਿ ਵਪਾਰੀਆਂ ਦਾ ਇੱਕ ਮੰਡਲ ਬਣਾਵਾਂਗੇ ਉਹ ਵਪਾਰੀਆਂ ਦੇ ਮਸਲੇ ਸਰਕਾਰ ਤੱਕ ਲੈ ਕੇ ਆਊਗਾ ਤੇ ਸਰਕਾਰ ਉਹਨੂੰ ਹੱਲ ਕਰੂ ਦੇਖਦੇ ਆ ਵਪਾਰੀ ਕਹਿੰਦੇ ਹੁੰਦੇ ਅਫਸਰशाही ਸਾਨੂੰ ਤੰਗ ਬਹੁਤ ਕਰਦੀ ਐ ਅਫਸਰਾਂ ਦਾ ਰਾਜ ਉਹ ਕਹਿੰਦੇ ਹੁੰਦੇ ਸੀ ਕਿ ਅਫਸਰਾਂ ਦੀ ਚਾਂਦੀ ਐ ਭਾਈ ਸਾਨੂੰ ਕੌਣ ਪੁੱਛਦਾ ਹੁਣ ਉਹਦੇ ਚੋਂ ਕਿਸ ਨੇ ਕਿਸੇ ਨੂੰ ਬਾਹਰ ਕੱਢਣ ਚ ਕਾਮਯਾਬ ਹੋ ਕੇ ਵਪਾਰ ਦਬਲ ਕੇ ਕਰਾਉਣ ਚ ਕਾਮਯਾਬ ਹੋਣਗੇ ਕਿ ਨਹੀਂ ਹੋਣਗੇ ਉਹ ਬਜਟ ਦੀ ਇੰਪਲੀਮੈਂਟੇਸ਼ਨ ਦੱਸੋ ਜੀ ਜੀ ਇੱਕ ਆਪਾਂ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਨਾਮ ਦੇ ਉੱਪਰ ਜਿਹੜੀ ਇੱਕ ਹਰੀਆਵਲ ਲਹਿਰ ਦੇ ਨਾਮ ਤੋਂ ਇੱਕ ਨਵੀਂ ਕੀਮ ਲਿਆਉਣ ਦੀ ਗੱਲ ਕੀਤੀ ਐ ਉਹਦਾ ਜ਼ਿਕਰ ਵੀ ਕਰ ਲਈ ਕਿਉਂਕਿ ਜਦੋਂ ਵੀ ਆਪਾਂ ਜ਼ਿਕਰ ਕਰਦੇ ਆਂ ਆਪਾਂ ਇਹ ਗੱਲ ਕਰਦੇ ਆਂ ਵੀ ਯਾਰ ਪੰਜਾਬ ਦੇ ਵਿੱਚ ਗਰਮੀ ਗਰਮੀ ਹਾਏ ਗਰਮੀ ਤੇ ਹਰ ਕੋ ਕਰਦਾ ਪਰ ਗਰਮੀ ਤੋਂ ਬਚਾਉਣ ਲਈ ਜਿਹੜੇ ਰੁੱਖ ਚਾਹੀਦੇ ਉਹ ਕੋਈ ਲਾ ਕੇ ਰਾਜ਼ੀ ਨਹੀਂ ਪਤਾ ਨਹੀਂ ਹੁਣ ਆ ਪਿਛਲੇ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਗੁਰਪੁਰ ਬਾਇਆ ਸੀ ਉਦੋਂ ਪੰਜਾਬ ਸਰਕਾਰ ਨੇ ਬੱਸਾਂ ਦੇ ਪਿੱਛੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਹੋਲਡਿੰਗ ਲਾ ਕੇ ਦੱਸਿਆ ਸੀ ਕਿ ਅਸੀਂ ਹਰੇਕ ਪਿੰਡ ਦੇ ਵਿੱਚ 550 ਬੂਟੇ ਲਾਏ ਜੀ ਹੁਣ ਉਹ ਕਿਹੜੇ ਕਿਹੜੇ ਪਿੰਡ 'ਚ ਕਿੰਨੇ ਕਿੰਨੇ ਬੂਟੇ ਲੱਗੇ ਇਹਦਾ ਜੇ ਕੋਈ ਜਾਂਚ ਪੜਤਾਲ ਕਰ ਲੂਗਾ ਤੇ ਸ਼ਾਇਦ ਉਹ ਵੀ ਗੱਲ ਸਾਹਮਣੇ ਆ ਜਵੇ। ਦੂਸਰੇ ਪਾਸੇ ਹੀ ਗੱਲ ਐ ਵੀ ਹੁਣ ਪੰਜਾਬ ਸਰਕਾਰ ਕਹਿੰਦੀ ਵੀ 60 ਲੱਖ ਸੀ ਬੂਟੇ ਲਾਉਣੇ ਆ। ਬਾ ਮੋਟਾ ਮੋਟਾ ਜਿਹਾ ਅੰਦਾਜ਼ਾ ਲਾਉਂਦਾ ਸੀ ਵਾਟਸਐਪ ਵੀ ਜੇ 3 ਕਰੋੜ ਆਬਾਦੀ ਆਪਾਂ ਮੰਨ ਲਈਏ ਤੇ ਇਹਦਾ ਮਤਲਬ ਪੰਜਾਂ ਜੀਆਂ ਪਿੱਛੇ ਇੱਕ ਰੁੱਖ ਲੱਗ ਜਾਣਾ। ਜੇ ਇਮਾਨਦਾਰੀ ਨਾਲ ਲੱਗੇ ਤਾਂ ਤੇ ਜੇ ਪੰਜਾਂ ਜੀਆਂ ਪਿੱਛੇ ਵੀ ਇੱਕ ਰੁੱਖ ਨਵਾਂ ਲੱਗ ਜਵੇ ਪਹਿਲੇ ਜਿਹੜੇ ਹੈਗੇ ਨੇ ਉਹ ਤੇ ਹੈਗੇ ਹੈਗੇ ਨੇ ਤੇ ਸ਼ਾਇਦ ਪੰਜਾਬ ਵਾਕੇ ਕੋ ਹਰਿਆ ਭਰਿਆ ਲੱਗਣ ਲੱਗ ਨੀ ਸੰਧਾਲੀਆ ਸਭ ਗੱਲ ਤੁਹਾਡੀ ਠੀਕ ਆ ਜਿਹੜਾ 60 ਲੱਖ ਦਾ ਤੁਸੀਂ ਅੰਕੜਾ ਦੱਸਿਆ ਨਾ ਪੌਣੇ ਇੱਕ 3 ਕਰੋੜ ਕਹਿੰਦੇ ਆਪਾਂ 3 ਕਰੋੜ ਆਬਾਦੀ ਮੰਨ ਕੇ ਚੱਲਦੇ ਆ ਤੁਸੀਂ 6 ਜੀਆਂ ਪਿੱਛੇ ਕਹਤਾ ਨਾ ਕਿ 6 ਜੀਆਂ ਪਿੱਛੇ ਇੱਕ ਪੰਜਾਂ ਪੰਜਾਂ ਪਿੱਛੇ ਮੈਂ ਅੰਦਾਜ਼ਾ ਲਾਉਂਦਾ ਪੰਜਾਂ ਪਿੱਛੇ ਪੰਜਾਂ ਦਾ ਹੀ ਲਾ ਦਿਓ ਪੰਜਾਂ ਜਾਂ ਛਿਆਂ ਦਾ ਲਾ ਦਿਓ ਇੱਕ ਪਰਿਵਾਰ ਚ ਪੰਜ ਜਾਂ ਛੇ ਜੀ ਹੁੰਦੇ ਆ ਹੂੰ ਇਹਦਾ ਮਤਲਬ ਹੈ ਕਿ ਇੱਕ ਪੂਰੇ ਦੇ ਪੂਰੇ ਪਰਿਵਾਰ ਨੇ ਇੱਕ ਹੀ ਰੁੱਖ ਸਾਹਮਣਾ ਬੂਟਾ ਬੂਟੇ ਨੂੰ ਰੁੱਖ ਬਣਾਉਣਾ ਹੁਣ ਪੰਜਾਬ ਸਰਕਾਰ ਨੇ 60 ਲੱਖ ਬੂਟੇ ਦੇਖੋ ਬੂਟੇ ਪਹਿਲਾਂ ਨਰਸਰੀ ਚ ਬੀਜਣੇ ਉਹਦੇ ਤੋਂ ਬਾਅਦ ਉਹਨਾਂ ਨੂੰ ਪੱਟ ਕੇ ਦੂਜੀ ਜਗ੍ਹਾ ਦੇ ਉੱਤੇ ਲਾਉਣਾ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਸੰਧਾਲੀਆ ਸਭ ਮੈਨੂੰ ਲੱਗਦਾ ਕਿ ਜਦੋਂ ਸਵੱਛ ਭਾਰਤ ਮਹਿੰਮ ਚੱਲੀ ਸੀ ਤੁਹਾਨੂੰ ਯਾਦ ਹੋਣਾ ਸਾਰੀ ਦੁਨੀਆ ਨੇ ਝਾੜੂ ਚੱਕ ਲੈ ਸੀ ਪਹਿ ਸ਼ਹਿਰਾਂ ਦੇ ਵਿੱਚ ਆ ਲੋ ਜੀ ਆ ਸਰਕਾਰੀ ਡਿਪਾਰਟਮੈਂਟ ਦੇ ਆ ਬੰਦੇ ਝਾੜੂ ਫੇਰ ਰਹੇ ਆ ਸਕੂਲਾਂ ਦੇ ਵਿੱਚ ਝਾੜੂ ਕਾਲਜਾਂ ਦੇ ਵਿੱਚ ਝਾੜੂ ਸਰਕਾਰੀ ਦਫ਼ਤਰਾਂ ਝਾੜੂ ਮੈਂ ਕਿਹਾ ਜਗਾ ਜਗਾ ਤੋਂ ਫੋਟੋ ਚਲਦੀਆਂ ਸੀ ਕਿ ਸਵੱਛ ਭਾਰਤ ਮਹਿੰਮ ਚਲਾਤੀ ਐ ਆਪਾਂ ਭਾਰਤ ਸਾਫ਼ ਕਰ ਦੇਣਾ ਉਹ ਸਵੱਛ ਭਾਰਤ ਮਹਿੰਮ ਅੱਜ ਕਿੱਥੇ ਕ ਐ ਅੱਜ ਕਿੰਨਾ ਕ ਝਾੜੂ ਫਿਰਦਾ ਐ ਜਿਹੜੇ ਉਦੋਂ ਸਾਫ਼ ਸੜਕਾਂ ਦੇ ਉੱਤੇ ਕਈ ਲੀਡਰ ਝਾੜੂ ਫੇਰਦੇ ਮੀਡੀਆ ਦੇ ਹੱਥ ਆ ਗਿਆ ਸੀ ਉਹ ਅੱਜ ਕਿੱਥੇ ਝਾੜੂ ਫੇਰਦੇ ਐ ਕਿੰਨਾ ਕ ਝੁੱਕ ਕੇ ਝਾੜੂ ਫੇਰਦੇ ਐ ਖੜੇ ਹੋ ਕੇ ਝਾੜੂ ਫੇਰਦੇ ਐ ਝਾੜੂ ਸਿੱਧਾ ਹੱਥ 'ਚ ਫੜਿਆ ਕੇ ਝਾੜੂ ਦੇ ਉਹ ਜਿਹੜੀ ਡਾਂਗ ਜੀ ਨਾ ਬਨ ਕੇ ਫਿਰ ਡਾਂਗ ਫੜ ਕੇ ਝਾੜੂ ਫੇਰਿਆ ਜਾ ਰਿਹਾ ਚੇਤ ਜੇਤਾ ਹੀ ਨਹੀਂ ਕਿਸੇ ਨੂੰ ਉਦੋਂ ਪੂਰੇ ਪੂਰੇ ਸਫੇ ਦੇ ਉੱਤੇ ਫੋਟੋ ਲਾਇਆ ਸਵਸ਼ ਭਾਰਤ ਮਹਮਦੀਨ ਸਫਾਈ ਦੀ ਸ਼ੁਰੂਆਤ ਕਰਦੇ ਹੋਏ ਆ ਆ ਆ ਲੀਡਰ ਹੁਣ ਬਿਲਕੁਲ ਉਸੇ ਤਰੀਕੇ ਹੀ ਇਹ ਸਾਰਾ ਕੰਮ ਕਰ ਜਿਹੜਾ ਉਹ ਚੱਲਣਾ ਹੈ ਭਾਈ ਜੇ ਤਾਂ ਉਥੇ ਕੀ ਕੰਮ ਰਹਿਣ ਦੇਣਾ ਕਿ ਭਾਈ ਸਰਕਾਰ ਨੇ ਕਹਿਤਾ ਜੀ ਐਨੇ ਕਰੋੜ ਦੇ 60 ਲੱਖ ਬੁੱਟੇ ਆ ਗਏ ਉਹਨਾਂ ਨੇ ਆਪਣੇ ਘਰਾਂ 'ਚ ਤਾਂ ਮੰਤਰੀਆਂ ਨੇ ਲਾਉਣੇ ਨਹੀਂ ਲਾਉਣੇ ਤਾਂ ਤੁਹਾਡੇ ਪਿੰਡਾਂ ਸ਼ਹਿਰਾਂ 'ਚ ਹੀ ਆ ਇਹ ਫਿਰ ਤੁਹਾਡੇ ਤੇ ਨਿਰਪਰ ਕਰਦਾ ਹੈ ਕਿ ਤੂੰ ਸੀ ਉਹਨਾਂ ਨੂੰ ਸਾਂਭਣਾ ਕਿ ਨਹੀਂ ਸਾਂਭਣਾ ਸੰਧਾਲੀਆ ਸਭ ਇੱਕ ਬਹੁਤ ਮੋਟਾ ਜਿਹਾ ਸਵਾਲ ਹੈ ਪੰਜਾਬ ਦਾ ਕਿਹੜਾ ਬੰਦਾ ਜਿਹੜਾ ਕਹਿੰਦਾ ਰੁੱਖ ਬੜੇ ਹੁੰਦੇ ਸੀ ਅੱਗੇ بڑا ਰੁੱਖ ਹੁਣਾ ਫਲਾਣਾ ਸਿਆ ਆ ਤੈਨੂੰ ਪਤਾ ਹੀ ਤੇ ਝਿੜੀ ਹੁੰਦੀ ਸੀ ਘਰਾਂ ਦੇ ਰੁੱਖ ਹੁੰਦੇ ਸੀ ਐਸੀ ਕਿਹੜੀ ਗੱਲ ਹੈ ਉਹ ਯਾਰ ਸਾਰੇ ਹੀ ਆਪਾਂ ਕਹਿੰਨੇ ਇੱਕ ਗਲਤ ਹੋ ਗਿਆ ਕਿ ਰੁੱਖ ਕੱਟੇ ਗਏ ਸਾਰੇ ਹੀ ਆਪਾਂ ਕਹਿੰਨੇ ਕਿ ਗਰਮੀ ਵੀ ਵੱਧ ਹੁੰਦੀ ਆ ਤੇ ਹੁਣ ਠੰਡ ਵੀ ਵੱਧ ਹੁੰਦੀ ਆ ਸਾਰੇ ਹੀ ਆਪਾਂ ਕਹਿੰਨੇ ਕਿ ਭਾਈ ਕੁਦਰਤ ਹੁਣ ਬਹੁਤ ਜੜੀ ਐ ਕ੍ਰੋਧਵਾਨ ਹੋ ਗਈ ਐ ਸਾਡੇ ਤੇ ਜੇ ਸਾਨੂੰ ਸਾਰਿਆਂ ਨੂੰ ਪਤਾ ਕਿ ਰੁੱਖ ਜ਼ਰੂਰੀ ਹੈ ਸਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਚ ਰੁੱਖ ਹੁੰਦੇ ਸੀ ਜੇ ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡਾ ਜਲਵਾਯੂ ਸਾਡੀ ਭੂਮੀ ਸਾਡੀ ਜ਼ਮੀਨ ਸਾਡੀ ਮਿੱਟੀ ਉਹ ਰੁੱਖ ਪੈਦਾ ਕਰਕੇ ਵੱਡਾ ਕਰਨ ਦੇ ਵਿੱਚ ਸਮਰੱਥ ਹੈ ਯਾਰ ਕਿੱਡੀ ਕਬੱਡੀ ਗੱਲ ਹੈ ਪੰਜਾਬ ਬਚਾਉਣ ਦੇ ਲਈ ਜੇ ਹਰ ਇੱਕ ਪਰਿਵਾਰ ਨੂੰ ਇੱਕ ਬੂਟਾ ਲਾਉਣਾ ਜਾਂ ਇੱਕ ਬੂਟਾ ਸਾਂਭਣਾ ਪੈਂਦਾ ਕਰਦੇ ਹੋ ਮਤੇ ਪਾਸ ਤੁਸੀਂ ਉਹੀ ਪੰਜਾਬ ਵਾਲੇ ਹੋ ਪੰਜਾਬ ਸਰਕਾਰ ਦੇ ਸਾਢੇ ਲੱਖ ਬੂਟੇ ਸੜ ਸੁੱਕ ਜਾਣੇ ਆ ਇਹਨਾਂ ਤੋਂ ਬੰਦੇ ਨਹੀਂ ਰੱਖੇ ਜਾਣੇ ਪੈਸੇ ਪਹਿਲੇ ਹੀ ਪੰਜਾਬ ਦੇ ਖਜ਼ਾਨੇ 'ਚ ਘਟ ਹੈ ਇਹ ਹਿੰਮਤ ਪੰਜਾਬ ਦੇ ਪਿੰਡਾਂ ਵਾਲਿਆਂ ਨੂੰ ਕਰਨੀ ਪਊ ਤੁਸੀਂ ਵੱਡੇ ਵੱਡੇ ਬੋਰਡ ਲਿਖ ਕੇ ਲਾਉਂਦੇ ਸੀ ਨਾ ਐਸ ਐਸ ਬੰਦੇ ਦਾ ਸਾਡੇ ਪਿੰਡ 'ਚ ਬਾਈਕਾਟ ਹੈ ਤੁਸੀਂ ਬੋਰਡ ਲਿਖ ਕੇ ਲਾਉਂਦੇ ਸੀ ਕਿ ਸਿਆਸੀ ਪਾਰਟੀਆਂ ਸਾਡੇ ਪਿੰਡ ਨਾਲ ਵੜਨ ਅਸੀਂ ਇਹਨਾਂ ਦੇ ਵਿਰੋਧ ਦੇ ਵਿੱਚ ਆ ਕਿਉਂਕਿ ਇਹਨਾਂ ਨੇ ਕੰਮ ਨਹੀਂ ਕੀਤੇ ਯਾਰ ਜੇ ਆਪਾਂ ਸਿਆਸੀ ਲੀਡਰਾਂ ਦਾ ਬਾਈਕਾਟ ਕਰ ਸਕਦੇ ਆ ਸਾਰਾ ਕੁਝ ਹੀ ਕਰ ਸਕਦੇ ਆ ਇੱਕ ਬੂਟਾ ਨਹੀਂ ਪਾਲ ਸਕਦੇ ਪੰਜਾਬ ਦੇ ਭਲੇ ਲਈ ਆਪਾ ਇਹ ਤਾਂ ਕਹਿੰਨੇ ਆ ਕਿ ਸਿਆਸਤਦਾਨ ਖਾ ਗਿਆ ਜੀ ਲੁੱਟ ਕੇ ਖਾ ਗਿਆ ਜੀ ਪੱਲੇ ਸਾਡੇ ਸੂਬੇ ਦੇ ਕੱਖ ਨਹੀਂ ਛੱਡਿਆ ਉਹਨਾਂ ਨੇ ਛੱਡਿਆ ਕੱਖ ਨਹੀਂ ਆਪਾਂ ਕਰਨਾ ਕੱਖ ਨਹੀਂ ਫਿਰ ਪੰਜਾਬ ਤਾਂ ਜਿੱਦਾਂ ਹੈਗਾ ਸੰਧਾਲੀਆਂ ਸਭ ਉੱਦੀ ਰਹਿ ਜੂ ਮੈਂ ਨਾ ਇੱਕ ਵੈਸੇ ਬੇਨਤੀ ਕਰਨੀ ਚਾਹੁੰਨਾ ਆ ਆਪਾਂ ਤੇ ਖੈਰ ਚਲੋ ਉਸ ਚੀਜ਼ ਨੂੰ ਨਾ ਪ੍ਰਮੋਟ ਕਰਦੇ ਆ ਨਾ ਆਪਾਂ ਉਹਦੇ 'ਚ ਵਿਸ਼ਵਾਸ ਹੀ ਕਰਦੇ ਆ ਉਹ ਆ ਵੀ ਕਈ ਬਾਪੇ ਹੁੰਦੇ ਨਾ ਕੋਈ ਉਹ ਦੱਸਦੇ ਹੁੰਦੇ ਆ ਵੀ ਤੂੰ ਐ ਕਰ ਲਾ ਬੀਬਾ ਫਿਰ ਤੇਰਾ ਇਦਾਂ ਹੋ ਜਾਊਗਾ ਪਿੱਛੇ ਜੇ ਕੋਈ ਟੀਵੀ ਵਾਲਾ ਵੀ ਸੀਗਾ ਜਿਹੜਾ ਗੋਲ ਗੱਪੇ ਖਵਾਈ ਜਾਂਦਾ ਹੈ ਹਰੀ ਚਟਨੀ ਨਾਲ ਕੋਈ ਉਹ ਜਾ ਉੱਠ ਹੋਏ ਜੇ ਉਹ ਜਿਆ ਨਹੀਂ ਕੋਈ ਉੱਠਦਾ ਤੇ ਮੈਂ ਹੋਰ ਬੇਨਤੀ ਕਰਾਂ ਜਿਹੜੇ ਆ ਦੂਜੇ ਨਹੀਂ ਹੁੰਦੇ ਵੀ ਤੂੰ ਇਦਾਂ ਕਰੀ ਬੀਬਾ ਮੱਸਿਆ ਦੀ ਕਾਲੀ ਰਾਤ ਨੂੰ ਕਾਲੇ ਰੰਗ ਦਾ ਕੁੱਕੜ ਲੈ ਕੇ ਨਾਲ ਕਾਲੀ ਮਾਂ ਦੀ ਦਾਲ ਲੈ ਕੇ ਚਰਾਏ ਦੇ ਵਿੱਚ ਕਾਲੇ ਕੱਪੜੇ ਪਾ ਕੇ ਚਾਰ ਵਾਰਾਂ ਕਾਲਾ ਇਲਮ ਪੜ ਕੇ ਤੇ ਉੱਥੇ ਰੱਖ ਦੇਣਾ ਇੱਕ ਤੇ ਕੁੱਕੜ ਖਰਾਬ ਕੀਤਾ ਦੂਜਾ ਦਾਲ ਖਰਾਬ ਕੀਤੀ ਜਾਂ ਉਹ ਲੀਰਜਾ ਖਰਾਬ ਕੀਤਾ ਉਹ ਤੁਸੀਂ ਯਾਰ ਕੋਈ ਇਹੋ ਜਿਹਾ ਦੱਸ ਦਿਆ ਕਰੋ ਟੋਟਕਾ ਵੀ ਹਾਂ ਇਹ ਤੁਹਾਡੇ ਫਲਾਣਾ ਫਲਾਣਾ ਕੰਮ ਇਸ ਕਰਕੇ ਰੁਕਿਆ ਵੀ ਤੁਸੀਂ ਰੋਕ ਨਹੀਂ ਲਾਉਂਦੇ ਇੱਕ ਨਿੰਮ ਲਾਉਣੀ ਇੱਕ ਪਿੱਪਲ ਲਾਉਣਾ ਇੱਕ ਬੋੜ ਲਾਉਣਾ ਇੱਕ ਟਾਲੀ ਲਾਉਣੀ ਇੱਕ ਤਰੀਕ ਲਾਉਣੀ ਐ ਇੱਕ ਕੋਈ ਸ਼ਰੀਂਹ ਲਾਉਣਾ ਇਦਾਂ ਦੇ ਪੰਜ ਚਾਰ ਬੂਟਿਆਂ ਦੇ ਨਾਂ ਉਹੋ ਹੀ ਲਵਾਉਣਾ ਸ਼ੁਰੂ ਕਰ ਦੇੋ ਜਣੇ ਲੋਕ ਟੂਨੇ ਟਾਮਣ ਦੇ ਹਿਸਾਬ ਨਾਲ ਯਾਰ ਕਿਤੇ ਰੁੱਖ ਲਾਉਣਾ ਸ਼ੁਰੂ ਕਰ ਦੇਣ ਮੈਨੂੰ ਲੱਗਦਾ ਵੀ ਜੇ ਕਿਤੇ ਆਪਣੇ ਜੋਤਸੀ ਭਾਈਚਾਰੇ ਵਾਲੇ ਬੰਦੇ ਕਿਤੇ ਇੰਨਾ ਕ ਹੌਸਲਾ ਕਰ ਲੈਣ ਯਾਰ ਆਪਾਂ ਹੁਣ ਚਰਾਏ ਚ ਐਵੇਂ ਧਾਲ ਨਹੀਂ ਖਲਾਰਨੀ ਝਾੜੂ ਨਹੀਂ ਖਲਾਰਨਾ ਆਪਾਂ ਸੰਧੂਰ ਨਹੀਂ ਖਲਾਰਨਾ ਉਹ ਮੌਲੀ ਜੀ ਨਹੀਂ ਖਲਾਰਨੀ ਆਪਾਂ ਰੁੱਖ ਲਵਾਉਣਾ ਉਹਦੇ ਨਾਲ ਹੀ ਬੜਾ ਫਰਕ ਪੈਣਾ ਨਾਲੇ ਲੋਕਾਂ ਨੂੰ ਆਪਣੇ ਆਪ ਲੱਗ ਜੂ ਵੀ ਅੱਛਾ ਯਾਰ ਜਦੋਂ ਦਾ ਜੋਤਸ਼ੀ ਵੀਰ ਹੋਣਾ ਨੇ ਆਹ ਸਲਾਹ ਦੇਣੀ ਸ਼ੁਰੂ ਕੀਤੀ ਹੋ ਉਦੋਂ ਦਾ ਹੋਰ ਕੁਝ ਹੋਇਆ ਨਹੀਂ ਹੋਇਆ ਸਾਹ ਦੀਆਂ ਬਿਮਾਰੀਆਂ ਲੋਕਾਂ ਨੂੰ ਲੱਗਣੋਂ ਅੜ ਗਈਆਂ ਇਹ ਸੰਧਾਲੀਆ ਸਭ ਸੁਝਾਅ ਤੁਹਾਡਾ ਬੜਾ ਵਧੀਆ ਹੈ ਮੈਨੂੰ ਤਾਂ ਐ ਲੱਗਦਾ ਕਿ ਜਿਹੜੇ ਲਿਖੇ ਹੁੰਦੇ ਨੇ ਨਾ ਕਿ ਹੁਣ ਅਪਾ ਕੀ ਕਰਨਾ ਹੈ ਕਿ ਪਾਈ ਆਹ ਸਮੱਸਿਆ ਇਹਦਾ ਹੱਲ ਕੀ ਉਹਦੇ ਵਿੱਚ ਕਈ ਕੁਝ ਲਿਖਿਆ ਹੁੰਦਾ ਜੀ ਤੁਸੀਂ ਐ ਕਰੋ ਐ ਕਰੋ ਮੈਂ ਕਹਿੰਦਾ ਕਿ ਤਿੰਨ ਚੀਜ਼ਾਂ ਜਿਹੜੇ ਸਿਆਣੇ ਨੇ ਮੈਂ ਫੇਰ ਜਦੋਂ ਤੁਸੀਂ ਕਿਹਾ ਕਿ ਅਸੀਂ ਨਹੀਂ ਕਹਿੰਦੇ ਕਿ ਪਾਈ ਇਹ ਚੀਜ਼ਾਂ ਪ੍ਰਮੋਟ ਹੋਣੇ ਚੀਜ਼ਾਂ ਬੰਦ ਹੋਣੇ ਚਾਹੀਦੀਆਂ ਪਰ ਜੇ ਕੋਈ ਬੰਦਾ ਤਕੜਾ ਤੁਹਾਨੂੰ ਲੱਗਦਾ ਤੇ ਤੁਹਾਨੂੰ ਲੱਗਦਾ ਕਿ ਤੁਸੀਂ ਚਾਰ ਪਾਹੇ ਮੁਛਣਾ ਹੀ ਆ ਤੁਸੀਂ ਨਾਲੇ ਵੀ ਕਹਿ ਦੋ ਯਾਰ ਦੋ ਨਿਆਣੇ ਪੜਾਓ ਦੋ ਸਾਲ ਉਹਨਾਂ ਦੀ ਫੀਸ ਦਿਓ ਉਹਨਾਂ ਦਾ ਕਿਰਾਇਆ ਦਿਓ ਜੇ ਕੋਈ ਬੰਦਾ ਕਹਿੰਦਾ ਜੀ ਮੈਂ ਬੂਟਾ ਨਹੀਂ ਲਾ ਸਕਦਾ ਉਹਨੂੰ ਕਹੋ ਕੋਈ ਗੱਲ ਨਹੀਂ ਤੂੰ 500 ਜਿਹੜਾ ਟਰੀ ਗਾਰਡ ਹੈ ਬੂਟਿਆਂ ਦੇ ਆਲੇ-ਦੁਆਲੇ ਸ਼ਕੰਜਾ ਲੱਗਦਾ ਤੂੰ ਐਦਾਂ ਕਰ 500 ਡੋਨੇਟ ਕਰ ਦੇ ਕੋਈ ਬੰਦਾ ਕਹਿੰਦਾ ਜੀ ਮੇਰੇ ਲਈ ਤਾਂ ਬਹੁਤ ਔਖਾ ਆ ਬੂਟਾ ਬਾਟਾ ਲਾਉਣਾ ਪਾਲਣਾ ਮੇਰੇ ਲਈ ਔਖਾ ਉਹਨੂੰ ਕਹੋ ਕੋਈ ਗੱਲ ਨਹੀਂ ਪੰਜਾ ਪਿੰਡਾਂ ਦੇ ਵਿੱਚ ਬੂਟਿਆਂ ਨੂੰ ਪਾਣੀ ਪਾਉਣ ਦੀਆਂ ਪਾਣੀਆਣ ਜੇ ਕੋ ਕਹੇ ਨਹੀਂ ਜੀ ਮੇਰਾ ਪੈਸੇ ਹੈ ਗਿਆ ਟਾਈਮ ਹੈ ਨਹੀਂ ਉਹਨੂੰ ਕਹ ਕੋਈ ਗੱਲ ਨਹੀਂ ਤੂੰ ਐਦਾ ਕਰ 1000 ਨੇਮ ਦਾ ਬੂਟਾ ਲੈ ਕੇ ਵੰਡ ਦੇ ਤੇ ਲੋਕਾਂ ਨੂੰ ਕਹ ਇੱਕ ਘਰੇ ਰਹਿਣਾ ਤੇ ਘਰੇ ਲਾਉਣਾ ਇਹਨਾਂ ਨੂੰ ਚੰਗੇ ਤਰੀਕੇ ਨੇਮੀ ਸ਼ਹਿਦ ਵੱਡੀ ਹੋ ਜੂ ਜੇ ਤਾਂ ਸੰਧਾਲੀਆ ਸਾਹਿਬ ਉਹ ਸਿਆਣੇ ਨੇ ਇਹ ਸੇ ਕਰਕੇ ਆਪਣੇ ਪ੍ਰਾਣੀਆਂ ਬੀਬੀਆਂ ਕਹਿੰਦੇ ਕਿਸੇ ਸਿਆਣੇ ਕੋਲ ਪੁੱਛ ਪਵਾਓ ਕਿਸੇ ਸਿਆਣੇ ਕੋਲ ਪੁੱਛੋ ਤੋ ਇਹ ਬਥੇਰਾ ਕੁਛ ਅੱਗੇ ਦੱਸ ਦਰ ਹੈ ਆ 5-7 ਸਾਲ ਪੰਜਾਬ ਨੂੰ ਬਚਾਉਣ ਦੇ ਲਈ ਆਪਾਂ ਐਦਾਂ ਦੇ ਕਰ ਲਓ ਬਾਬਾ ਵੀ ਖੁਸ਼ ਲੋਕ ਵੀ ਖੁਸ਼ ਪੰਜਾਬ ਵੀ ਖੁਸ਼ ਤਦ ਤਦ ਕੋ ਕਹੀਏ ਕਿ ਮੈਨੂੰ ਲੱਗਦਾ ਹੁੰਦਾ ਵੀ ਇਹ ਜਿਹੜੇ ਬਾਬੇ ਨੇ ਇਹਨਾਂ ਦਾ ਹੀ ਤੇ ਇਸ ਪਾਸੇ ਵਹਿਮ ਭਰਮ ਫਲਾਇਆ ਉਹ ਕਿੱਥੇ ਪੁਰਾਣੇ ਬੋੜ ਤੇ ਪੁਰਾਣੇ ਪਿੱਪਲ ਉਹ ਬਧੂ ਬਦੀ ਵੜਾ ਦਿੰਦਿਆ ਦੇਖੋ ਬਾਕੀ ਸਾਰਾ ਕੁਝ ਠੀਕ ਆ ਜਿਹੜਾ ਤੁਹਾਡੇ ਖੂਹ ਤੇ ਪਿੱਪਲ ਆ ਨਾ ਉਹਦੇ ਤੇ ਥੋੜੀ ਜੀ ਉਹ ਹੈਗੀ ਆ ਕਸਰ ਉਹ ਮੈਂ ਵੇਖਿਆ ਰਹਿੰਦਾ ਹੀ ਉੱਥੇ ਆਓ ਤੁਸੀਂ ਐ ਕਰੋ ਵੀ ਜੜੋਂ ਹੀ ਵੜਾ ਦਿਓ ਉਹਨੂੰ ਨਾ ਉੱਥੇ ਪਿੱਪਲ ਰਹੂਗਾ ਨਾ ਉੱਥੇ ਉਹ ਰਹੂਗਾ ਇਹ ਉਹ ਜਣੇ ਤੁਹਾਡੇ ਘਰ 'ਚ ਵੀ ਸ਼ਾਂਤੀ ਰਹੂਗੀ ਹਾਂ ਆ ਕੰਮ ਕਰਾ ਕੇ ਅਸੀਂ ਕੋਈ 100 ਸਾਲ 150 ਸਾਲ 200 ਸਾਲ ਪੁਰਾਣਾ ਰੁੱਖ ਜ਼ਰੂਰ ਵੜਾਇਆ ਕਿ ਮੈਂ ਤਾਂ ਕਹਿ ਰਿਹਾ ਵੀ ਇਹ ਕੰਮ ਹੋਏ ਆ ਉਹ ਅਸੀਂ ਜ਼ਰੂਰ ਕਰਾਇਆ ਫਿਰ ਜਾਂ ਕਿ ਰੁੱਖ ਕਹਿ ਕੇ ਲਵਾਇਆ ਹੋਵੇ ਮੈਨੂੰ ਅਜੇ ਤੱਕ ਇਦਾਂ ਦਾ ਬਾਬਾ ਕੋਈ ਨਹੀਂ ਲੱਭਾ ਹੋ ਜਾਣੇ ਕੋਈ ਲੱਭ ਕੋ ਹਾਂ ਉਹ ਬਾਬੇ ਜ਼ਰੂਰ ਲੱਭੇ ਜਿਹੜੇ ਹੱਥੀਂ ਲਾਉਂਦੇ ਆ ਐਡ ਉਹ ਬਾਬੇ ਉਹਨਾਂ ਦਾ ਕੰਮ ਜਿਹੜਾ ਉਹ ਵਾਕਿਆ ਨਜ਼ਰ ਵੀ ਆਉਂਦਾ ਐਡ ਉਹੋ ਜਿਹੇ ਬਾਬਿਆਂ ਨੂੰ ਸਿਰ ਚ ਕਾਉਣ ਨੂੰ ਵੀ ਜੀ ਕਰਦਾ ਜਿਹੜੇ ਵਾਕਈ ਇਹ ਕੰਮ ਕਰਦੇ ਵੀ ਆ ਰੋਖਾਪਨ ਲਾਉਣ ਦੀ ਵੀ ਲੋੜ ਆ ਬਚਾਉਣ ਦੀ ਵੀ ਲੋੜ ਆ ਪਰ ਚਲੋ ਓੜ ਜੇ ਪੰਜਾਬ ਸਰਕਾਰ ਇਸ ਪਾਸੇ ਤ ਇੱਕ ਆਪਾਂ ਜ਼ਿਕਰ ਭੁੱਲ ਨਾ ਜਾਈਏ ਬਾਦ ਸਾਹਿਬ ਤੁਸੀਂ ਵਾਰ-ਵਾਰ ਕਰਦੇ ਹੋ ਨਿਆ ਵੀ ਬੇਰੋਜ਼ਗਾਰ ਜਿਹੜੇ ਨੇ ਜੀ ਉਹਨਾਂ ਨੂੰ ਨੌਕਰੀ ਦੇਣੀ ਆ ਤੇ ਐਤਕੀ ਮੈਂ ਇਹ ਵਿਖਿਆ ਵੀ ਇਹ ਜ਼ਿਕਰ ਜ਼ਰੂਰ ਕਰ ਦਈਏ 26454 ਕਹਿੰਦੇ ਵੀ ਨੌਕਰੀਆਂ ਨਵੀਆਂ 714 ਕਰੋੜ ਉਧਲੀ ਰੱਖ ਲਿਆ ਤੇ 36000 ਜਿਹੜੇ ਆਲਰੇਡੀ ਠੇਕੇ ਤੇ ਨੇ ਉਹਨਾਂ ਨੂੰ ਰੈਗੂਲਰ ਕਰਨ ਦੇ ਲਈ 540 ਕਰੋੜ ਰੁਪਈਆ ਉਧਲੀ ਰੱਖ ਲਿਆ ਇਹ ਮਾਇਨਾ ਵੀ ਚੰਗੀ ਗੱਲ ਕਰਤੀ ਹੁਣ ਦੇਖੋ 36000 ਮੁਲਾਜ਼ਮ ਪੱਕਾ ਇਹ ਬੋਰਡ ਟਾਲੀਆਂ ਤੇ ਉਦੋਂ ਲੱਗੇ ਸੀ ਜਦੋਂ ਇੱਕ ਭੰਗੜੇ ਵਾਲੇ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਵਿੱਚ ਉਦੋਂ ਦੇ ਪਰ ਕਰੋੜਾਂ ਰੁਪਈਆ ਹੁਣ ਜਾ ਕੇ ਰੱਖਿਆ ਉਹਨਾਂ ਨੇ ਦੇਖੋ ਸੰਧਾਲੀਆ ਸਾਹਿਬ ਆਪਾਂ ਹੁਣ ਪਿਛਲੇ ਦੇ ਤਾਂ ਗੱਲ ਕੀ ਕਰਨੀ ਐ ਕੀ ਝਾਫਾ ਕੀ ਝੂਮਰ ਹੁਣ ਕੀ ਫਸਲਾਂ ਤਾਂ ਕੀ ਬਾਕੀ ਸਾਰੀਆਂ ਚੀਜ਼ਾਂ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਲੈਣੇ ਆ ਅਸੀਂ ਕਹਿੰਨੇ ਆ ਕਿ ਪਾਈਆ ਨਵੇਂ ਆਏ ਨੇ ਕੱਚਿਆਂ ਨੂੰ ਪੱਕੇ ਕਰਨਾ ਨਵੀਆਂ ਭਰਤੀਆਂ ਸ਼ੁਰੂ ਕਰਨੀਆਂ ਖਿੱਚ ਕੇ ਰੱਖੋ ਕੰਮ ਜਿਹੜਾ ਨਹੀਂ ਤਾਂ ਇੱਦਾਂ ਜਿੱਦਾਂ ਅਸੀਂ ਪੁਰਾਣਿਆਂ ਦੀ ਗੱਲ ਕਰਦੇ ਕੋ ਬੋਰਡ ਬੜ ਲੱਗਿਆ ਸੀ ਬੋਰਡ ਲਿੱਥ ਵੀ ਗਿਆ ਪਰ ਨੌਕਰੀਆਂ ਮਿਲੀਆਂ ਨਹੀਂ ਕੱਚੇ ਪੱਕੇ ਨਹੀਂ ਹੋਏ ਪਰ ਸਾਨੂੰ ਥੋਡੀਆਂ ਗੱਲਾਂ ਵੀ ਕਰਨੀਆਂ ਪੈਣੀਆਂ ਤੁਸੀਂ ਕਿਹਾ ਅਸੀਂ ਉਮੀਦ ਕਰਦੇ ਹਾਂ ਆਸਤੇ ਅਰਦਾਸ ਕਰਦੇ ਹਾਂ ਕਿ ਭਾਈ ਤੁਸੀਂ ਆਪਣੇ ਇਹਨਾਂ ਵਚਨਾਂ ਦੇ ਉੱਤੇ ਖਰੇ ਉਤਰੋਗੇ ਤੇ ਜੇ ਵਚਨਾਂ ਤੇ ਖਰੇ ਉਤਰੋਗੇ ਤਾਂ ਸਭ ਕੁਝ ਫਿਰ ਭਾਈ ਠੀਕ ਹੋ ਜਾਊਗਾ ਲੋਕਾਂ ਦੇ ਘਰਾਂ ਚ ਰੌਣਕਾਂ ਲੱਗਣਗੀਆਂ ਵੋਟਾਂ ਜਾ ਕੇ ਕਹਿਣ ਦੀ ਲੋੜ ਨਹੀਂ ਪੈਣੀ ਇੱਕ ਗੱਲ ਸੰਧਾਲੀਆ ਸਾਹਿਬ ਫਿਰ ਫਿਰ ਆਪਾਂ ਸਮਾਪਤੀ ਕਰ ਦੇਣੀ ਹੈ ਟੈਕਸ ਕੋਈ ਲਾਇਆ ਨਹੀਂ ਬਜਟ ਦੱਸ ਦਿੱਤਾ ਕਿ ਭਾਈ ਇੰਨੇ ਪੈਸੇ ਐ ਜੋ ਇੰਨੇ ਪੈਸੇ ਐ ਜੋ ਤੇ ਬੁੱਢਾ ਨਾਲਾ ਕਹਿੰਦੇ ਸਾਫ਼ ਕਰਨਾ ਨਵਿਨੀ ਕਰਨਾ ਬੜੀ ਚੰਗੀ ਗੱਲ ਐ ਬੁੱਢਾ ਨਾਲਾ ਕਰੋ ਸਾਫ਼ ਪਰ ਰੌਲਾ ਇਹ ਹੈ ਕਿ ਬੁੱਢਾ ਨਾਲਾ ਖਰਾਬ ਕਿਉਂ ਹੁੰਦਾ ਬੁੱਢੇ ਨਾਲੇ ਦਾ ਮਸਲਾ ਜਿਹੜਾ ਉਹ ਦੂਜੇ ਪਾਸੇ ਨੂੰ ਕਿਉਂ ਜਾਂਦਾ ਪਿੱਛੋਂ ਗੰਦਲਾ ਪਾਣੀ ਕਿੱਥੋਂ ਆਈ ਜਾਂਦਾ ਕੈਮੀਕਲ ਕਿਹੜੀ ਫੈਕਟਰੀ ਛੱਡਦੀ ਆ ਕਿਹੜਾ ਸ਼ਹਿਰ ਹੈ ਜਿਹਦੇ ਸੀਵਰੇਜ ਦਾ ਪਾਣੀ ਬਿਨਾਂ ਟ੍ਰੀਟ ਕੀਤੇ ਆ ਬੁੱਢੇ ਨਾਲੇ 'ਚ ਛੱਡਿਆ ਜਾਂਦਾ ਉੱਥੋਂ ਫਿਰ ਸਤਲੋਈ ਬਿਆਸ ਦਾ ਸੰਗਮ ਪਾਣੀ ਇਹ ਉੱਥੇ ਪੈ ਜਾਂਦਾ ਉੱਥੋਂ ਫਿਰ ਨਹਿਰ ਤੇ ਨਹਿਰ ਨਿਕਲਦੀ ਕੁਝ ਮਾਲਵੇ ਨੂੰ ਕੁਝ ਰਾਜਸਥਾਨ ਨੂੰ ਜਾਂਦੀਆਂ ਉੱਥੇ ਜਾ ਕੇ ਕਿਤਨੇ ਕਿਤੇ ਸ਼ਿਕੰਜਾ ਲਾਉਣ ਦੀ ਲੋੜ ਹੈ ਮਾਚਲ ਤੋਂ ਸਾਫੀ ਆਉਂਦਾ ਬਹੁਤਾ ਗੰਦਾ ਨਹੀਂ ਹੁੰਦਾ ਪਾਣੀ ਇਹ ਸਾਡੇ ਪੰਜਾਬ ਵਾਲਿਆਂ ਦੇ ਪ੍ਰਤਾਪ ਹੈ ਜਾਂ ਦੂਜੇ ਪਾਸੇ ਕਹਿ ਲਓ ਇਹ ਸਾਡੀਆਂ ਹੀ ਕਰਤੂਤਾਂ ਸੰਧਾਲੀਆ ਸਾਹਿਬ ਕਿ ਅਸੀਂ ਉਹ ਰਾਜਸਥਾਨ ਤੱਕ ਲੋਕ ਬਿਮਾਰ ਕੀਤੇ ਹੋਆ ਮਾਇਦੇ ਹੋ ਰਾ ਨਾ ਵੀ ਜੇ ਕੋਈ ਕਾਰਨ ਪਤਾ ਕੀ ਜਦੋਂ ਆਪਾਂ ਕਹਿੰਦੇ ਬੁੱਢਾ ਨਾਲਾ ਉਹ ਫੀਲਿੰਗ ਇਦਾਂ ਉਹ ਯਾਰ ਕੋਈ ਨਹੀਂ ਦਫਾ ਕਰ ਰੱਗੇ ਤੇ ਨਾਲਾ ਬੁੱਢਾ ਹੀ ਹੈ ਕੋਈ ਗੱਲ ਨਹੀਂ ਉਹਦਾ ਨਾਮ ਬਦਲ ਲਓ ਯਾਰ ਉਹਨੂੰ ਜਵਾਨ ਨਾਲਾ ਕੋ ਤੰਦਰੁਸਤ ਨਾਲਾ ਕਰ ਲੋ ਸ਼ਾਇਦ ਆਪਾਂ ਨੂੰ ਫੀਲਿੰਗ ਆਉਣ ਲੱਗ ਪਏ ਵੀ ਨਹੀਂ ਨਹੀਂ ਯਾਰ ਉਹ ਹੋ 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 ਆ ਤੇ ਜਵਾਨ ਚੰਗਾ ਭਲਾ ਨਾਲਾ ਸੀਗਾ ਯਾਰ ਇਹਦੇ ਚਾ ਕੁਝ ਹੋ ਗਿਆ ਉਹ ਮਤਲਬ ਕਿਤੇ ਇਸ ਕਰਕੇ ਤੇ ਨਹੀਂ ਹੁੰਦਾ ਵੀ ਜਦੋਂ ਆਪਾਂ ਆਵੇਂ ਲੰਡੇ ਵੀ ਬਜ਼ੁਰਗ ਹੋ ਗਏ ਉਹ ਯਾਰ ਇਹਦਾ ਮੰਜਾ ਉਹ ਡੇੜੀ 'ਚ ਕਰਦੇ ਯਾਰ ਭਰਾਵਾ ਉੱਥੇ ਬਾਪ ਇਹਦੇ ਪੱਖਾ ਲਾਓ ਪਾਣੀ ਦੇ ਜੱਗ ਦੇ ਆਓ ਉਹ ਉਸੇ ਹਿਸਾਬ ਨਾਲ ਕਿ ਬੁੱਢਾ ਨਾਲਾ ਕੋਈ ਗੱਲ ਨਹੀਂ ਯਾਰ ਚੱਲੀ ਜਾਂਦੇ ਇਹਦੇ ਵਿੱਚ ਉਹ ਨਾਂ ਦਾ ਕਰਕੇ ਵੀ ਹੋ ਸਕਦਾ ਕਿਤੇ ਨੁਕਸ ਹੋਏ ਮੈਂ ਇਹਨਾਂ ਵੀ ਨਹੀਂ ਗੱਲ ਬਣਦੀ ਉਹਦੇ ਨਾਂ ਹੀ ਬਦਲ ਕੇ ਵੇਖ ਲੋ ਅਨੇ ਦੇਖ ਲੈ ਮੈਂ ਤਾਂ ਕਹਿੰਦਾ ਜਵਾਨ ਦਰਿਆ ਕਰ ਦੇਣਾ ਨਹੀਂ ਨਾਲੇ ਤੋਂ ਦਰਿਆ ਕਰ ਦਿੰਨੇ ਆ ਬੁੱਢੇ ਤੋਂ ਜਵਾਨ ਕਰ ਦਿੰਨੇ ਆ ਕਿ ਭਾਈ ਇਹ ਜਵਾਨ ਦਰਿਆ ਆਪਾਂ ਇਹਨੂੰ ਸਾਫ਼ ਕਰ ਨਹੀਂ ਤੇ ਜਵਾਨ ਦਰਿਆ ਦੇ ਉੱਤੇ ਜਵਾਨ ਫਿਰ ਲੱਗਣ ਕੰਮ ਕਰਤੇ ਮੈਂ ਤਾਂ ਇਹ ਵੀ ਕਹਿਣਾ ਕਿ ਜੇ ਮੰਨ ਲੋ ਕਿ 50 100 200 ਫੈਕਟਰੀ ਵਾਲੇ ਆ ਉਹਨਾਂ ਦੇ ਵਿੱਚੋਂ ਜੇ ਕੋਈ ਛੋਟੀ ਫੈਕਟਰੀ ਉਹ ਕਹਿੰਦੇ ਜੀ ਸਾਡੇ ਵੱਸ ਦੀ ਗੱਲ ਨਹੀਂ ਟ੍ਰੀਟਮੈਂਟ ਪਲਾਂਟ ਲਾਉਣਾ ਸਰਕਾਰ ਕਿਸ਼ਤਾਂ ਦੇ ਲਾਧੇ ਯਾਰ ਥੋੜੇ ਥੋੜੇ ਪੈਸੇ ਕਰਕੇ ਲਈ ਜੋ ਪਰ ਬੁੱਢਾਂ ਨਾਲਾ ਬਚਾਓ ਜੇ ਸਰਕਾਰ ਇਧਰਲੇ ਪਾਸੇ ਸੋਚਣ ਲੱਗੀ ਆ ਬਹੁਤ ਚੰਗੀ ਗੱਲ ਹੈ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਕ੍ਰਿਟੀਸਾਈਜ਼ ਕੀਤਾ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਬਜਟ ਕਿਸੇ ਕੰਮ ਦਾ ਨਹੀਂ ਜੀ ਲੋਕਾਂ ਲਈ ਸਹੂਲਤ ਹੀ ਕੋਈ ਨਹੀਂ ਸਰਕਾਰ ਵਾਲੇ ਕਹਿੰਦੇ ਜੀ ਅਸੀਂ ਬਜਟ ਬਣਾਇਆ ਹੀ ਬਹੁਤ ਵਧੀਆ ਹੈ ਵਾਈਟ ਪੇਪਰ ਜਾਰੀ ਕਰਕੇ ਉਹਨਾਂ ਨੇ ਪਹਿਲੇ ਮਹੌਲਜਾ ਤਿਆਰ ਕਰ ਲਿਆ ਸੀ ਕਿ ਰੁਪਈਆ ਟਕਾ ਬਹੁਤਾ ਨਹੀਂ ਪੰਜਾਬ ਕੋਲ ਫਿਰ ਵੀ ਜਿੰਨਾ ਕ ਬਜਟ ਪੇਸ਼ ਕੀਤਾ ਉਹਨਾਂ ਕ ਲਾਗੂ ਹੋ ਜਵੇ ਪੈਸੇ ਇਮਾਨਦਾਰੀ ਦੇ ਨਾਲ ਖਰਚੇ ਜਾਣ ਕਿਸੇ ਹੋਰ ਮੰਤਰੀ ਤੇ ਅਫਸਰ ਨੂੰ ਅੰਦਰ ਨਾ ਜਾਣਾ ਪਵੇ ਇਮਾਨਦਾਰੀ ਨਾਲ ਕੰਮ ਕਰਨਾ ਹੀ ਤਾਂ ਇਹ ਲੋਚਦੇ ਆ ਭਾਈ ਹਾਂਜੀ ਬਿਲਕੁਲ ਸਹੀ ਗੱਲ ਹੈ ਜੇ ਇਦਾਂ ਹੋ ਜਵੇ ਤੇ ਬਹੁਤ ਵਧੀਆ ਰਹੂਗਾ ਜੀ ਬਾਕੀ ਉਹਨਾਂ ਨੇ ਬਜਟ ਆਪਣੇ ਵੱਲੋਂ ਬਣਾ ਕੇ ਦੱਸ ਦਿੱਤਾ ਹੁਣ ਉਹਦੇ ਤੇ ਸਾਰੀ ਬਹਿਸ ਬਸਈਆ ਹੋਣ ਤੋਂ ਬਾਅਦ ਕੁਝ ਅਮੈਂਡਮੈਂਟਾਂ ਤੋਂ ਬਾਅਦ ਕੁਝ ਹੋਰ ਅਨਾਉਂਸਮੈਂਟਾਂ ਸਰਕਾਰ ਕਰ ਦੂਗੀ ਫਿਰ ਉਹ ਪਾਸ ਹੋ ਜਾਊਗਾ ਐਂਡ ਫਿਰ ਅਗਲੇ ਸਾਲ ਤੱਕ ਉਸੇ ਬਜਟ ਦੇ ਹਿਸਾਬ ਨਾਲ ਜਿਹੜੇ ਪੈਸੇ ਆ ਉਹ ਖਰਚੀ ਵਰਚੇ ਜਾਣੇ ਆ ਦੂਜੀ ਗੱਲ ਇਹ ਆ WhatsApp ਕੇ ਵੀ ਜਿਹੜਾ ਚੋਣ ਨਤੀਜਾ ਆਇਆ ਹੋਰ ਕੁਝ ਹੋਵੇ ਨਾ ਹੋਵੇ ਵਿਰੋਧੀ ਘੁੰਮ ਘੁੰਮ ਕੇ ਉਸੇ ਚੀਜ਼ ਤੇ ਲਿਆਣ ਕੇ ਘੇਰ ਲੈਂਦੇ ਆ ਪ੍ਰਤਾਪ ਸਿੰਘ ਬਾਜਵਾ ਸਾਹਿਬ ਆਂਦੇ ਵੀ ਦੇਖੋ 100 ਦਿਨਾਂ ਦੇ ਵਿੱਚ ਇਹ ਕੰਮ ਖਤਮ ਹੋ ਗਿਆ ਨਾ ਐਸੇ ਲੀਓ ਲੱਥੇ ਨੇ ਵੀ ਹੁਣ ਇਹ ਮੁੜ ਕੇ ਕਿਤੇ ਲੀ ਤੇ ਨਹੀਂ ਚੜਨੇ ਰਾਜਾ ਵੜਿੰਗ ਸਾਹਿਬ ਦੀ ਮੈਂ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਦੇਖੋ ਗੱਲ ਇਹ ਆ ਵੀ ਇਹ ਨਾ ਕਹਿੰਦੇ 100 ਦਿਨਾਂ ਚ ਵਾਟੀ ਕੱਢ ਦਿੱਤੇ ਇਹਦੇ ਵਟਕਾ ਦੇ ਕੱਢ ਤੇ ਆ ਸਾਰਾ ਕੁਝ ਲੋਕਾਂ ਨੇ ਖਤਮ ਕਰਤਾ ਵੀ ਭਾਈ ਤੁਸੀਂ ਤਾਂ ਕਿਸੇ ਚੀਜ਼ ਦੇ ਕਾਬਿਲ ਨਹੀਂ ਹੈਗੇ ਇੱਕ ਤਰ੍ਹਾਂ ਕਹਿੰਦੇ ਵੀ ਇਹ ਫੇਲ ਹੋ ਗਈ ਸਰਕਾਰ ਖਤਮ ਹੋ ਗਈ ਅਸ਼wini ਸ਼ਰਮਾ ਸਾਹਿਬ ਦੀ ਮੈਂ ਗੱਲ ਸੁਣਦਾ ਸੀ ਉਹ ਵੀ ਭਾਜਪਾ ਦੇ ਪ੍ਰਧਾਨ ਨੇ ਉਹ ਕਹਿੰਦੇ ਆ ਆ ਤੇ ਹੁਣ ਕਲੀਅਰ ਹੋ ਗਿਆ ਨਾ ਵੀ ਇਹ ਕਹਿੰਦੇ ਵੀ ਅਸੀਂ ਇੰਡੀਆ ਜਿੰਨਾ ਇੰਡੀਆ ਸ਼ਰਦ ਕੇ ਲੋਕਾਂ ਨੇ ਢਾਈਆਂ ਤਿੰਨ ਮਹੀਨੇ ਦਾਸਤਾ ਵੀ ਤੁਸੀਂ ਤਾਂ ਪੰਜਾਬ ਜੋ ਕੇ ਵੀ ਨਹੀਂ ਹੈ ਹੁਣ ਮੈਨੂੰ ਲੱਗਦਾ ਵੀ ਬਰੋਧੀਆਂ ਨੇ ਜਿਸ ਹਿਸਾਬ ਨਾਲ ਇਹ ਕੰਮ ਸ਼ੁਰੂ ਕੀਤਾ ਇਹਦਾ ਜਵਾਬ ਦੇਣਾ ਅਜੇ ਥੋੜਾ ਥੋੜਾ ਔਖਾ ਹੋਇਆ ਪਿਆ ਸਰਕਾਰ ਦੇ ਲੀਡਰ ਸਾਹਿਬਾਂ ਨਾਲ ਹੀ ਕਿ ਨਹੀਂ ਸੰਧਾਲੀਆ ਸਭ ਇੱਕ ਗੱਲ ਤਾਂ ਮੰਨਣੀ ਪਊ ਕਿ ਆਮ ਆਦਮੀ ਪਾਰਟੀ ਨੂੰ ਘਾਟਾ ਪਿਆ ਇਹ ਕੱਲਾ ਸੀਟ ਦਾ ਘਾਟਾ ਨਹੀਂ ਹੈ ਮੈਂ ਸੁਣ ਰਿਹਾ ਸੀ ਆਮ ਆਦਮੀ ਪਾਰਟੀ ਦੇ ਇੱਕ ਦੋ ਵਿਧਾਇਕਾਂ ਦੀਆਂ ਗੱਲਾਂ ਇੱਕ ਦੋ ਹੋਰ ਲੀਡਰਾਂ ਦੀਆਂ ਗੱਲਾਂ ਉਹਨਾਂ ਨੇ 2-3 ਤਰਕ ਦਿੱਤੇ ਜਿਹੜੇ ਮੈਨੂੰ ਠੀਕ ਨਹੀਂ ਲੱਗੇ ਜ਼ਮੀਨੀ ਹਕੀਕਤ ਦੇ ਨਾਲ ਮੇਲ ਖਾਂਦੇ ਨਹੀਂ ਲੱਗੇ। ਇੱਕ ਬੀਬੀ ਜੀ ਨੇ ਆਖਿਆ ਆਮ ਆਦਮੀ ਪਾਰਟੀ ਦੇ ਲੀਡਰ ਆ ਬੀਬੀ ਅਨਮੋਲ ਗगनਮਾਨ ਖਰੜ ਤੋਂ ਐਮ.ਐਲ.ਏ ਨੇ ਚਲੋ ਸਤਕਾਰਯੋਗ ਨੇ ਭਾਈ ਲੋਕਾਂ ਦੇ ਚੁਣੇ ਹੋ ਨਮਾਇੰਦੇ ਆ। ਉਹ ਕਹਿੰਦੇ ਜੀ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋ ਗਈਆਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਮੰਨਿਆ। ਬੀਬੀ ਜੀ ਕਹਿੰਦੇ ਜੀ ਦੇਖੋ ਗੱਲ ਇਹ ਆ ਕਿ ਲੋਕ ਕੁਝ ਵੋਟਾਂ ਪਾਉਣ ਵੀ ਨਹੀਂ ਆਏ ਤਾਂ ਕਰਕੇ ਹੋ ਗਿਆ ਠੀਕ ਹੈ। ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਵਧਾਈਆਂ ਦਿੱਤੀਆਂ ਉਹਨਾਂ ਨੇ ਕਿ ਪਾਈ ਬਹੁਤ ਵਧੀਆ ਪਰ ਮੁੱਖ ਕਰਕੇ ਉਹ ਕਹਿੰਦੇ ਜੇ ਵਿਰੋਧੀ ਧਿਰ ਇਕੱਠੀਆਂ ਹੋ ਗਈਆਂ ਸੀ ਸਾਡੇ ਗਲ ਪੂੜ ਪ੍ਰਚਾਰ ਬੜਾ ਕੀਤਾ ਠੀਕ ਹੈ ਪਰ ਸੰਧਾਲੀਆ ਸਭ ਗੱਲ ਇਹ ਆ ਆਮ ਆਦਮੀ ਪਾਰਟੀ ਨੂੰ 3 ਮਹੀਨੇ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੰਨੀਆਂ ਵੋਟਾਂ ਮਿਲੀਆਂ ਸੀ ਸੰਗਰੂਰ ਲੋਕ ਸਭਾ ਹਲਕੇ ਦੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਤੋਂ ਐਤਕੀ ਉਹਦੇ ਨਾਲੋਂ 3 ਲੱਖ ਤੇ 96000 ਵੋਟਾਂ ਘੱਟ ਮਿਲੀਆਂ ਜਾਣੀ ਕਿ ਸੰਗਰੂਰ ਦੇ 396000 ਲੋਕ ਜਿਹੜੇ ਕਿ 3 ਮਹੀਨੇ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ ਮਿੱਥ ਕੇ ਘਰੋਂ ਨਿਕਲੇ ਸੀ ਕਿ ਭਾਈ ਅਸੀਂ ਆਮ ਆਦਮੀ ਪਾਰਟੀ ਦੇ ਚੋਣ ਸ਼ਾਨ ਝਾੜੂ ਦੇ ਉੱਤੇ ਭਾਰ ਭਾ ਕੇ ਟੀ ਕਰਾਉਣੀ ਆ ਉਹ 396000 ਲੋਕ ਕਿਸੇ ਹੋਰ ਪਾਸੇ ਗਏ ਕਿ ਨਹੀਂ ਗਏ ਪਰ ਉਹ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਨਹੀਂ ਨਿਕਲੇ ਇੱਕ ਨੁਕਸਾਨ ਕੀ ਹੋਇਆ ਲੋਕ ਸਭਾ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦਾ ਕੋਈ ਐਮਪੀ ਨਹੀਂ ਜੇ ਕਿਸੇ ਬੰਦੇ ਨੇ ਆਮ ਆਦਮੀ ਪਾਰਟੀ ਵੱਲੋਂ ਆਵਾਜ਼ ਬੁਲੰਦ ਕਰਨੀ ਸੀ ਉਹ ਆਵਾਜ਼ ਬੰਦ ਹੋ ਗਈ ਦੂਸਰਾ ਭਗਵੰਤ ਸਿੰਘ ਮੱਖ ਮੰਤਰੀ ਨੇ ਉਹਦਾ ਆਪਣਾ ਹਲਕਾ ਦੋ ਵਾਰੀ ਐਮਪੀ ਰਹਾ ਇੱਕ ਵਾਰੀ ਐਮਐਲਏ ਵੀ ਇਸੇ ਹਲਕੇ ਤੋਂ ਬਣਿਆ ਨੁਕਸਾਨ ਹੈ ਤੀਸਰੀ ਗੱਲ ਕਿ ਭਾਈ ਬੰਦਾ ਘਰੋਂ ਵੋਟ ਪਾਉਣ ਕਦੋਂ ਨਹੀਂ ਜਾਂਦਾ ਸੰਧਾਲੀਆ ਸਭ ਉਦੋਂ ਨਹੀਂ ਜਾਂਦਾ ਜਦੋਂ ਨੂੰ ਲੱਗੇ ਯਾਰ ਗੱਲ ਨਹੀਂ ਬਣੀ ਹੁਣ ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਚਾਹੀਦਾ ਕਿ ਭਾਈ ਉਹ ਅਸੈਪਟ ਕਰਨ ਕਿ ਹੋਇਆ ਕੰਮ ਬਈ ਅਸੀਂ ਪਰਚੋਲ ਕਰਾਂਗੇ ਚਾਹੇ 5000 ਵੋਟ ਤੇ ਹਾਰ ਦੇ ਚਾਹੇ 5 ਵੋਟਾਂ ਤੇ ਹਰ ਦੇ ਹਾਰ ਤਾਂ ਹਾਰ ਹੀ ਐ ਇਸ ਕਰਕੇ ਉਹ ਬਹੁਤ ਚੰਗੇ ਤਰੀਕੇ ਅਸੈਪਟ ਕਰ ਲੈਣਗੇ ਸਿਆਣੇ ਰਹਿਣਗੇ ਕੀ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਦਾ ਮੁੱਦਾ ਪੱਖਿਆ ਕੀ ਦੀਪ ਸਿੱਧੂ ਦੇ ਜਿਹੜੇ ਉਹ ਮਸਲੇ ਤੋਂ ਬਾਅਦ ਜਿਸ ਤਰੀਕੇ ਸਿੱਧੂ ਮੂਸੇ ਵਾਲੇ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਕਿ ਦੋਨਾਂ ਮਸਲਿਆਂ ਨੇ ਇੱਕ ਤਰ੍ਹਾਂ ਦੇ ਨਾਲ ਨੌਜਵਾਨ ਤਬਕਾ ਇੱਕ ਪਾਸੇ ਕਰ ਦਿੱਤਾ ਜਾਂ ਫਿਰ ਵਰਕਰ ਜਿਹੜੇ ਨੇ ਵਰਕਰ ਉਹਨਾਂ ਦੇ ਨਾਲੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਜਿਹੜੀ ਆ ਵਿੱਥ ਥੋੜੀ ਜੀ ਵਧੀ ਹੈ ਕਿਉਂਕਿ ਪਿੰਡਾਂ ਦੇ ਵਰਕਰ ਨੇ ਵੋਟਰ ਲਿਆਉਣਾ ਹੁੰਦਾ ਸੰਧਾਲੀਆ ਸਾਹਿਬ ਮੰਨ ਲਓ ਕਿਸੇ ਪਿੰਡ ਚੋਂ 500 ਵੋਟ ਪਈ 3 ਮਹੀਨੇ ਪਹਿਲਾਂ ਐਤਕੀ ਵੋਟ ਪਈ 150 ਉਹ 350 ਬੰਦੇ ਨੂੰ ਮੋਟੀਵੇਟ ਕਿਹਨੇ ਕਰਨਾ ਸੀ ਵਰਕਰ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਕੋਈ 5 ਮੈਂਬਰੀ ਕੋਈ 7 ਮੈਂਬਰੀ ਕਿਤੇ 11 ਮੈਂਬਰੀ ਕਮੇਟੀ ਬਣੀ ਹੈ ਕਿ ਫਲਾਣਾ ਸਿਆ ਬੀਬੀ ਜੀ ਤਾਈ ਚਾਚੀ ਭੂਆ ਵੋਟ ਜ਼ਰੂਰ ਪਾਣੀ ਆਪਾਂ ਤੂੰ ਦੱਸ ਕਿੰਨੇ ਵਜੇ ਸਵੇਰੇ ਤੈਨੂੰ ਲੈਣਾ ਵਾ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਉਹ 396000 ਵੋਟਰ ਜਿਹੜਾ ਆਮ ਆਦਮੀ ਪਾਰਟੀ ਨੂੰ 3 ਮਹੀਨੇ ਪਹਿਲਾਂ ਭੁਗਤਿਆ ਸੀ ਐਤਕੀ ਨਹੀਂ ਭੁਗਤਿਆ ਵੋਟਰ ਦਾ ਨਾਂ ਭੁਗਤਣਾ ਕਿਤੇ ਨਾ ਕਿਤੇ ਵਲੰਟੀਅਰਸ ਦੇ ਵਿੱਚ ਪਹਿਲਾ ਵਰਗੀ ਜਿਹੜੀ ਜਿਗਿਆਸਾ ਦਾ ਨਾਰਾਇਣਾ ਮੰਨਿਆ ਜਾ ਸਕਦਾ ਇਹ ਬਿਲਕੁਲ ਠੀਕ ਆ ਇਹਦੇ ਚ ਮੇਰਾ ਖਿਆਲ ਇੱਕ ਗੱਲ ਹੋਰ ਆਪਾਂ ਐਡ ਕਰ ਦਈਏ ਉਹ ਆਪਾਂ ਸ਼ੁਰੂਆਤ ਤੋਂ ਹੀ ਕਹਿੰਦੇ ਆ ਰਹੇ ਮੇਰੇ ਖਿਆਲ ਨਾਲ ਉਦੋਂ ਅਜੇ ਮਹੀਨਾ ਵੀ ਨਹੀਂ ਹੋਇਆ ਸੀ ਜਦੋਂ ਤੋਂ ਇਹ ਕੰਮ ਚੱਲ ਪਿਆ ਸੀਗਾ ਤੇ ਉਹ ਗੱਲ ਇਹ ਸੀ ਕਿ ਦਿੱਲੀ ਚ ਸਰਕਾਰ ਬਣੀ ਦਿੱਲੀ ਚ ਇੱਕ ਵਾਰ ਕੰਮ ਕੀਤਾ ਦਿੱਲੀ ਵਾਲਿਆਂ ਨੇ ਫਿਰ ਮੌਕਾ ਦਿੱਤਾ ਦੂਸਰੀ ਵਾਰ ਕੰਮ ਕੀਤਾ ਦਿੱਲੀ ਵਾਲਿਆਂ ਨੇ ਫਿਰ ਮੌਕਾ ਦਿੱਤਾ ਐਂਡ ਹੁਣ ਜਿਹੜੀ ਸਰਕਾਰ ਬਣੀ ਲੇਟੈਸਟ ਉਹਨਾਂ ਕੋਲੇ ਤਾਂ ਐਸਾ ਮੌਕਾ ਕਿ ਇੱਕ ਅਜਿਦਣ ਸੰਗਰੂਰ ਵਾਲੀ ਜ਼ਿੰਮਨੀ ਚੋਣ ਹੋਈ ਆ ਉਦੋਂ ਹੀ ਦਿੱਲੀ ਦੇ ਵਿੱਚ ਵੀ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਦੁਬਾਰਾ ਜਿੰਨੀ ਚੋਣ ਹੋਈ ਉੱਥੋਂ ਦੁਬਾਰਾ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਕੈਂਡੀਡੇਟ ਉਹਨਾਂ ਦਾ ਜਿੱਤ ਗਿਆ ਜਿਹੜਾ ਮਤਲਬ ਇਹ ਹੋ ਗਿਆ ਕਿ ਦਿੱਲੀ ਵਾਲਿਆਂ ਨੂੰ ਵਿਸ਼ਵਾਸ ਹੈ ਕਿ ਆਮ ਆਦਮੀ ਪਾਰਟੀ ਸਾਡੇ ਲਈ ਠੀਕ ਕੰਮ ਕਰਦੀ ਜੀ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਜਦੋਂ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਤੇ ਪੰਜਾਬੀ ਚੋਣ ਯਾਰ ਸਾਡੇ ਲਈ ਇਹਨਾਂ ਨੇ ਕੰਮ ਕੀਤਾ ਤੇ ਅਸੀਂ ਇਹਨਾਂ ਨੂੰ ਵੋਟ ਪਾਉਣੀ ਆ ਜਿਹੜਾ ਉਹ ਕੰਮ ਸ਼ੁਰੂ ਹੋ ਗਿਆ ਸੀ ਕਿ ਆਪਾਂ ਹੁਣ ਹਿਮਾਚਲ ਵਾਲੇ ਪਾਸੇ ਜਾਣਾ ਆਪਾਂ ਹੁਣ ਗੁਜਰਾਤ ਵਾਲੇ ਪਾਸੇ ਜਾਣਾ ਆਪਾਂ ਹੁਣ ਕਿਸੇ ਹੋਰ ਸਟੇਟ ਦੇ ਵਿੱਚ ਜਾਣਾ ਉਹ ਬੜੀ ਲੋੜ ਤੋਂ ਪਹਿਲਾਂ ਦੀ ਗੱਲ ਸੀ ਐਡ ਆਪਾਂ ਉਦੋਂ ਤੋਂ ਕਹਿੰਦੇ ਆਉਂਦੇ ਸੀ ਵੀ ਕਾਲ ਕਰਨ ਦੀ ਲੋੜ ਨਹੀਂ ਹੈਗੀ ਜੇ ਆਪਾਂ ਪੰਜਾਬ 'ਚ ਕੰਮ ਕਰਕੇ ਦਿਖਾਤਾ ਆਪਾਂ ਨੂੰ ਨਾ ਤਾਂ ਇਸ਼ਤਿਹਾਰ ਦੇਣ ਦੀ ਲੋੜ ਪੈਣੀ ਆ ਤੇ ਨਾ ਆਪਾਂ ਨੂੰ ਉੱਥੇ ਜਾ ਕੇ ਰੋਡ ਸ਼ੋਅ ਕਰਨ ਦੀ ਲੋੜ ਪੈਣੀ ਕਿਉਂਕਿ ਲੋਕਾਂ ਦੇ ਬਥੇਰੇ ਰਿਸ਼ਤੇਦਾਰ ਹੁੰਦੇ ਏ ਧਰੋੜ ਦੱਸਣ ਵਾਲੇ ਰੌਲਾ ਵਿੱਚੇ ਵਿੱਚ ਸਾਰੇ ਥਾਂ ਹੀ ਪੈ ਜਾਂਦਾ ਵੀ ਕਿੱਥੇ ਕੀ ਚੱਲ ਰਿਹਾ ਹੁਣ ਜੋ ਯੂਪੀ 'ਚ ਚੱਲਦਾ ਕੀ ਉਹ ਪੰਜਾਬ ਤੱਕ ਨਹੀਂ ਪਹੁੰਚਦਾ ਪੰਜਾਬੀ ਕਿਹੜੇ ਯੂਪੀ 'ਚ ਵਸਦੇ ਨਹੀਂ ਜਾਂ ਜੇ ਕਿਤੇ ਗੁਜਰਾਤ 'ਚ ਜੋ ਕੁਝ ਹੁੰਦਾ ਹੋਵੇ ਤੇ ਉਹ ਕਿਹੜਾ ਪੰਜਾਬ ਤੱਕ ਪਹੁੰਚਦਾ ਨਹੀਂ ਹਰਿਆਣੇ ਵਾਲ ਇਸੀ ਤਰ੍ਹਾਂ ਜੇ ਪੰਜਾਬ ਦੇ ਵਿੱਚ ਵੀ ਹੁਣ ਪੂਰੀ ਤਰ੍ਹਾਂ ਨਾਲ ਕਨਸੈਂਟਰੇਟ ਕਰਕੇ ਸਿਰਫ ਤੇ ਸਿਰਫ ਪੰਜਾਬ ਦੇ ਉੱਪਰ ਕੰਮ ਕੀਤਾ ਜਾਵੇ ਤੇ ਮੇਰੇ ਖਿਆਲ ਨਾਲ 6 ਮਹੀਨਿਆਂ ਦੇ ਵਿੱਚ ਇੱਕ ਤਸਵੀਰ ਬਦਲ ਜਾਣੀ ਆ ਉਹਦੇ ਤੋਂ ਬਾਅਦ ਹੋ ਸਕਦਾ ਵੀ ਅਗਲੇ ਬੰਦਿਆਂ ਨੂੰ ਤੁਸੀਂ ਦੱਸਣ ਜਾਓ ਜਾਂ ਰੋਡ ਸ਼ੋਅ ਦੇ ਜ਼ਰੀਏ ਜਾਂ ਕਿਸੇ ਵੀ ਤਰੀਕੇ ਜ਼ਰੀਏ ਤੇ ਉੱਥੋਂ ਤੇ ਲੋਕਾਂ ਦੇ ਵਿੱਚ ਲਈ ਆਵਾਜ਼ ਹੋਵੇ ਵੀ ਮਾਰਾ ਸਾਨੂੰ ਪਤਾ ਸਾਨੂੰ ਦੱਸਣ ਦੀ ਲੋੜ ਨਹੀਂ ਸੋ ਇਹ ਵੀ ਸ਼ਾਇਦ ਇੱਕ ਫੈਕਟਰ ਹੋ ਸਕਦਾ ਹੈ ਕਿ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰ ਬਣਦਿਆਂ ਸਾਰੀ ਉਚਾਈ ਹੋ ਸਕਦਾ ਵੀ ਦਿੱਲੀ ਵਾਲੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਵੱਲੋਂ ਇਸ਼ਾਰਾ ਕੀਤਾ ਗਿਆ ਉਹ ਵੀ ਹੁਣ ਆਪਾਂ ਫਲਾਣੇ ਫਲਾਣੇ ਵਾਲੇ ਪਾਸੇ ਵੀ ਨਿਕਲਣਾ ਉਹਦੇ ਵਾਲੇ ਪਾਸੋਂ ਧਿਆਨ ਘਟਾ ਕੇ ਪੰਜਾਬ ਦੇ ਲੋਕਾਂ ਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਬੜੀ ਚਿਰ ਤੋਂ ਆਪਾਂ ਸੁਣਦੇ ਆ ਨਾ ਇੱਕ ਨਵਾਂ ਬਦਲ ਨਵਾਂ ਬਦਲ ਐਦ ਕੀ ਪੰਜਾਬੀਆਂ ਬਦਲ ਲੱਪਿਆ ਤੇ ਪੰਜਾਬੀ ਭਾਲ ਦੇ ਵੀ ਬਦਲ ਇੱਥੇ ਪਹਿਲਾਂ ਇੱਕ ਬਦਲ ਲਿਆਵੇ ਯਾਰ ਉਸ ਤੋਂ ਬਾਅਦ ਕਿਤੇ ਹੋਰ ਬਦਲਾਅ ਵਾਲਾ ਕੰਮ ਕਰ ਲਿਓ ਨਹੀਂ ਤੇ ਫਿਰ ਅਸੀਂ ਇਦਾਂ ਦਾ ਬਦਲਾਅ ਕਰਕੇ ਵਿਖਾ ਦਿੰਨੇ ਉਹਨੇ ਜਿੱਦਾਂ ਦਾ ਸੰਗਰੂਚ ਕੀਤਾ ਨਹੀਂ ਗੱਲ ਤੁਹਾਡੀ ਸੰਧਾਲੀ ਸਭ ਠੀਕ ਹੈ ਆਮ ਆਦਮੀ ਪਾਰਟੀ ਕੋ 4.5 ਸਾਲ ਤੋਂ ਵੀ ਉੱਪਰ ਦਾ ਵਕਤ ਪਿਆ ਆ ਜੇ ਅਗਲੀ ਵਾਰੀ ਵਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ 4.5 ਸਾਲ ਬਹੁਤ ਹੁੰਦੇ ਆ। ਲਗਾਤਾਰ ਜਦੋਂ ਪੰਜਾਬ ਚ ਕੋਈ ਘਟਨਾ ਘਟਦੀ, ਰਾਗਵ ਛੱਡਾ ਸਾਹਿਬ ਦਾ ਵੀ ਮੈਸੇਜ ਆ ਜਾਂਦਾ, ਟਵੀਟ, ਅਰਵਿੰਦ ਕੇਜਰੀਵਾਲ ਸਾਹਿਬ ਦਾ ਵੀ ਟਵੀਟ ਆ ਜਾਂਦਾ। ਟਵੀਟ ਆਉਣਾ ਕੋਈ ਮਾੜੀ ਗੱਲ ਨਹੀਂ। ਪਰ ਲੋਕਾਂ ਦੇ ਵਿੱਚ ਇਹ ਭਾਵਨਾ ਬਿਲਕੁਲ ਨਹੀਂ ਜਣੀ ਚਾਹੀਦੀ ਸੀ ਕਿ ਭਾਈ ਕੰਟਰੋਲ ਕੁਝ ਹੱਦ ਤੱਕ ਦਿੱਲੀ ਵਾਲੇ ਕਰਦੇ ਆ। ਲੋਕਾਂ 'ਚ ਬਿਲਕੁਲ ਭਾਵਨਾ ਨਹੀਂ ਸੀ ਜਣੀ ਚਾਹੀਦੀ ਵਿਰੋਧੀ ਤਰ੍ਹਾਂ ਦਾ ਪ੍ਰਚਾਰ ਇਧਰਲੇ ਪਾਸੇ ਨੂੰ ਹੋਣ ਹੀ ਨਹੀਂ ਸੀ ਦੇਣਾ ਚਾਹੀਦਾ। ਕਿ ਭਾਈ ਉਧਰਲੇ ਪਾਸੇ ਉਹ ਕੰਮ ਹੁੰਦਾ। ਆ ਵੱਖ-ਵੱਖ ਪਸ਼ਾਵਾਾਂ ਦੇ ਵਿੱਚ ਜਦੋਂ ਪੰਜਾਬ ਸਰਕਾਰ ਦੇ ਖਰਚ ਦੇ ਉੱਤੇ ਇਸ਼ਤਿਹਾਰ ਦੇਣ ਦੀ ਚਰਚਾ ਚੱਲੀ ਸੀ ਤਾਂ ਲੋਕ ਹੀ ਨਿਰਾਸ਼ ਹੋਏ ਸੀ। ਜਦੋਂ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਜਿਹੜੀ ਐ ਸਿਆਸੀ ਕੰਮਾਂ ਦੇ ਲਈ ਪੰਜਾਬ ਤੋਂ ਬਾਹਰ ਕੀਤੇ ਜਾਣ ਦੀ ਚਰਚਾ ਚੱਲੀ ਸੀ ਤਾਂ ਲੋਕ ਨਿਰਾਸ਼ ਹੋਏ ਸੀ। ਹੇਠਲੀ ਪੱਧਰ ਤੇ ਵਲੰਟੀਅਰਾਂ ਨੂੰ ਫਿਰ ਜਵਾਬ ਦੇਣੇ ਔਖੇ ਹੋ ਜਾਂਦੇ ਆ ਪਰ ਡੁੱਲੇ ਬੇਰਾਂ ਦਾ ਜੇ ਬਹੁਤਾ ਕੁਝ ਨਹੀਂ ਬਦਲਿਆ। ਇੱਕ ਸੰਧਾਲੀਆ ਸਭ ਤਸਵੀਰ ਜੇ ਮੋਟੀ-ਮੋਟੀ ਦੇਖੀਏ 2019 ਚ ਜਦੋਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਮਾਨ ਸਾਹਿਬ ਦੀ ਪਾਰਟੀ ਜਾਨੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਮੈਂਬਰ ਪਾਰਲੀਮੈਂਟ ਚੁਣੇ ਗਏ ਲੋਕਾਂ ਦੇ ਬੇਤਹਾਸ਼ਾ ਉਤਸ਼ਾਹ ਜੋਸ਼ ਤੇ ਹਮਾਇਤ ਦੇ ਕਰਕੇ ਉਹਨਾਂ ਨੂੰ 4% ਵੋਟਾਂ ਮਿਲੀਆਂ ਸੀ ਸੰਗਰੂਰ ਤੋਂ 4 ਉਹ ਵਧਾ ਕੇ 35 ਕਰ ਗਿਆ 4 ਤੋਂ 31% ਵੋਟਾਂ ਦਾ ਵਾਧਾ ਤਿੰਨਾਂ ਵਰਿਆਂ ਦੇ ਵਿੱਚ ਵਿੱਚ ਅਕਾਲੀ ਦਲ ਅੰਮ੍ਰਿਤਸਰ ਦਾ ਹੋਇਆ ਤੇ ਦੂਜੇ ਪਾਸੇ ਅਕਾਲੀ ਦਲ 23% ਤੋਂ ਘਟ ਕੇ 6 ਤੇ ਆ ਗਿਆ ਇੱਦਾਂ ਹੀ ਕਾਂਗਰਸ ਪਾਰਟੀ ਵਾਲਿਆਂ ਦੀਆਂ ਵੋਟਾਂ 16 17% ਘਟ ਗਈਆਂ ਇਹਦਾ ਮਤਲਬ ਹੈ ਕਿ ਜਿੰਨਾ ਵੋਟ ਬੈਂਕ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਘਟਿਆ ਛੋਟਾ ਰਹਿ ਗਿਆ ਉਨਾ ਹੀ ਵੋਟ ਬੈਂਕ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਵਧ ਗਿਆ ਆਮ ਆਦਮੀ ਪਾਰਟੀ ਵੀ 2.5% ਘਟੀ ਐ ਵਧੀ ਨਹੀਂ ਉਹ ਬਹੁਤ ਥੱਲੇ ਨੂੰ ਆਈ ਐ ਜੇ ਪੋਲ ਹੋਈਆਂ ਵੋਟਾਂ ਦੇ ਵਿੱਚੋਂ ਪਰਸੈਂਟੇਜ ਦੇਖੀਏ ਪਰ ਭਾਈ ਮੁੱਖ ਮੰਤਰੀ ਦਾ ਹਲਕਾ ਹੋਵੇ ਵਿੱਤ ਮੰਤਰੀ ਇੱਥੋਂ ਹੋਵੇ ਐਜੂਕੇਸ਼ਨ ਮੰਤਰੀ ਇੱਥੋਂ ਹੋਵੇ 9 ਦਿਨੋਂ ਆਮ ਆਦਮੀ ਪਾਰਟੀ ਦੇ ਹੁਣ ਸਰਕਾਰ ਬਣੀ ਹੋ ਜੇ ਦਿਨ 100 ਹੋਏ ਹੋਣ ਆਮ ਆਦਮੀ ਪਾਰਟੀ ਦਾ ਕੈਂਡੀਡੇਟਰ ਜੇ ਦੋ ਤਿੰਨ ਤਾਂ ਐਮਐਲਏ ਦੇ ਆਪਣੇ ਵਾਰਡ ਦੇ ਵਿੱਚੋਂ ਵੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਪਿੱਛੇ ਰਹਿ ਗਿਆ ਇਹਦਾ ਮਤਲਬ ਹੈ ਇੱਕ ਸਿਨੈਰੀਓ ਜੇ ਦੇਖੀਏ ਤਾਂ ਜੇ ਆਮ ਆਦਮੀ ਪਾਰਟੀ ਤੋਂ ਵੋਟਾਂ ਖਿਸਕੀਆਂ ਜੇ ਆਮ ਆਦਮੀ ਪਾਰਟੀ ਤੋਂ ਵੋਟਰ ਨਿਰਾਸ਼ ਵੀ ਹੋਇਆ ਉਹ ਰਵਾਇਤੀ ਪਾਰਟੀਆਂ ਵੱਲ ਨਹੀਂ ਗਿਆ ਨਾਓ ਕਾਂਗਰਸ ਕੋ ਗਏ ਨਾਓ ਅਕਾਲੀਆਂ ਕੋ ਗਏ ਨਾਓ ਭਾਜਪੀ ਕੋ ਗਏ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹਰਾਂ ਦੇ ਕੋਲੇ ਚਲੇ ਗਏ ਇਹਦਾ ਮਤਲਬ ਹੈ ਕਿ ਭਾਵੇਂ ਤੁਸੀਂ ਭਾਜਪੀ ਦਾ ਅਕਾਲੀ ਦਲ ਦਾ ਪ੍ਰਤਾਪ ਸਿੰਘ ਬਾਜਵਾ ਤੇ ਵੜਿੰਗ ਸਾਹਿਬ ਦੋਵੇਂ ਕਾਂਗਰਸੀ ਲੀਡਰ ਨੇ ਉਹਨਾਂ ਦਾ ਜ਼ਿਕਰ ਕੀਤਾ ਸੀ ਕਿ ਉਹ ਕਹਿੰਦੇ ਜੀ ਆ ਦੇਖੋ ਆਮ ਆਦਮੀ ਪਾਰਟੀ ਲੋਕਾਂ ਨੇ ਦਿਖਾ ਦੇਣਾ ਦਿਨ ਹੀ ਤਾਰੇ ਇਹ ਗੱਲ ਠੀਕ ਹੈ ਕਿ ਆਮ ਆਦਮੀ ਪਾਰਟੀ ਦੀ ਟਰਾਲੀ ਦੇ ਵਿੱਚੋਂ ਤੂੜੀ ਲੋਕਾਂ ਨੇ ਕਢਤੀ ਪਰ ਪਾਈ ਥੋੜੀ ਟਰਾਲੀ 'ਚ ਵੀ ਨਹੀਂ ਉਸ ਪਾਸੇ ਵੀ ਵਿਰੋਧੀ ਪਾਰਟੀਆਂ ਨੂੰ ਸੋਚ ਵਿਚਾਰ ਕਰਨੀ ਪਊ ਬਿਲਕੁਲ ਕਰਨੀ ਪਊਗੀ ਦੇਖੋ ਆਪਾਂ ਹੁਣ ਵਿਰੋਧੀ ਪਾਰਟੀਆਂ ਵਾਲੇ ਪਾਸੇ ਵੀ ਜਾਣਾ ਵਿਰੋਧੀ ਪਾਰਟੀਆਂ ਚ ਬਾਕੀਆਂ ਦੇ ਰੌੜੇ ਰੱਪੇ ਦੇ ਨਾਲ-ਨਾਲ ਇੱਕ ਜਿਹੜਾ ਰੌਲਾ ਰੱਪਾ ਵਾਵਾ ਚੱਲਿਆ ਉਹ ਇਹ ਚੱਲਿਆ ਜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਬਗਾਵਤ ਹੋ ਗਈ ਰੌਲਾ ਰੱਪਾ ਪੈ ਗਿਆ ਜੀ ਵਰਕਰ ਜਿਹੜੇ ਆ ਜੀ ਬੜੇ ਨਿਰਾਸ਼ ਹੋ ਗਏ ਤੇ ਉਹ ਕਹਿੰਦੇ ਜੀ ਲੀਡਰਸ਼ਿਪ ਬਦਲ ਦਿਓ ਫਿਰ ਅਚਾਨਕ ਇੱਕ ਦੂਸਰੀ ਖਬਰ ਆਉਣ ਲੱਗ ਪਈ ਜੀ ਪੀਪੀ ਲੀਡਰਸ਼ਿਪ ਨੇ ਦਾ ਸ਼ਾਇਦ ਅਸਤੀਫਾ ਦੇ ਦਿੱਤਾ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਦੇ ਅਸਤੀਫਾ ਦੇਣ ਦੀ ਗੱਲ ਜਾਂ ਉਹ ਅਸਤੀਫਾ ਦੇਣ ਲਈ ਤਿਆਰ ਨਹੀਂ ਕੁਝ ਇਹੋ ਜੀਆਂ ਅਫਵਾ ਇਹ ਸਾਰੇ ਕੁਝ ਨੂੰ ਕੰਟਰੋਲ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਹਦੇ ਵਿੱਚ ਬਲਵਿੰਦਰ ਸਿੰਘ ਪੁੰਦੜ ਸਾਹਿਬ ਨਾਲ ਚੰਡੀ ਸਿੰਘ ਬਰਾੜ ਹੋਰੀ ਹਰਚਨ ਬੈਂਸੋਰੀ ਬੈਠਦੇ ਆ ਉਹ ਮੀਡੀਆ ਨੂੰ ਸੰਬੋਧਨ ਕਰਦੇ ਆ ਵੀ ਦੇਖੋ ਜੀ ਇਹ ਜੋ ਵੀ ਅਫਵਾਹਾਂ ਚੱਲਦੀਆਂ ਪਈਆਂ ਨੇ ਐਸ ਕੋਪ ਤੇ ਗਲਤ ਨੇ ਵਾਰ-ਵਾਰ ਸਵਾਲ ਵੀ ਪੁੱਛਿਆ ਗਿਆ ਕਿ ਮਹਾਰਾਜ ਕੋਈ ਇਹੋ ਜੀ ਗੱਲਬਾਤ ਹੈਗੀ ਆ ਜੀ ਇਹ ਜੇ ਗੱਲ ਇਹੋ ਜੀ ਆਈ ਆ ਤਾਂ ਉਹ ਕਹਿੰਦੇ ਇਹੋ ਜੀ ਗੱਲ ਕੋਈ ਨਹੀਂ ਵੀ ਤੁਸੀਂ ਇਹ ਪਤਾ ਨਹੀਂ ਕਿੱਥੋਂ ਗੱਲ ਚੱਲ ਕੇ ਆ ਗਈ ਵੀ ਅਸੀਂ ਇੱਕਜੁੱਟ ਪਾਰਟੀ ਆ ਸਦਾ ਸੁਭੀ ਸਿੰਘ ਬਾਲ ਸਾਹਿਬ ਚੁਣੇ ਹੋਏ ਪ੍ਰਧਾਨ ਨੇ ਅਸੀਂ ਜੋ ਵੀ ਫੈਸਲਾ ਲੈਨੇ ਉਹ ਕਮੇਟੀ ਦੇ ਵਿੱਚ ਆਪਣਾ ਬਹਿ ਕੇ ਜਿਹੜੀ ਸਾਡੀ ਕੋਰ ਕਮੇਟੀ ਉੱਥੇ ਕਰਦੇ ਆਂ ਤੇ ਉੱਥੇ ਜੋ ਫੈਸਲਾ ਡਿਸੀਜਨ ਹੁੰਦਾ ਸੀ ਉਹਦੇ ਹਿਸਾਬ ਨਾਲ ਚੱਲਦੇ ਆਂ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਦੂਜੀ ਗੱਲ ਇਹ ਕਿ ਵੀ ਇਹ ਜਿਹੜੀ ਇਲੈਕਸ਼ਨ ਹੈ ਉਹ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਉੱਪਰ ਲੜੀ ਸੀਗੀ ਉਹ ਵੀ ਕਿਉਂਕਿ ਜਹੇਦਾਰ ਸਾਹਿਬ ਨੇ ਸਾਨੂੰ ਹੁਕਮ ਲਾਇਆ ਸੀ ਤੇ ਉਸ ਹੁਕਮ ਦੇ ਬੱਦੇ ਅਸੀਂ ਇਹ ਇਲੈਕਸ਼ਨ ਲੜੀ ਇਸ ਕਰਕੇ ਅਸੀਂ ਤਾਂ ਆਪਣੀ ਲੀਡਰਸ਼ਿਪ ਦੀਆਂ ਫੋਟੋਆਂ ਤਸਵੀਰਾਂ ਤੱਕ ਵੀ ਨਹੀਂ ਵਰਤੀਆਂ ਭਾਈ ਬਲਵੰਤ ਸਿੰਘ ਰਾਜੋਣਾ ਹੋਰਾਂ ਦੇ ਭੈਣ ਦੀ ਕਮਲਦੀਪ ਕੌਰ ਰਾਜੋਣਾ ਹੋਰਾਂ ਨੂੰ ਅਸੀਂ ਉਮੀਦਵਾਰ ਬਣਾ ਤੇ ਅਸੀਂ ਜਿੰਨੇ ਸਾਨੂੰ ਹੁਕਮ ਹੋਇਆ ਸੀ ਅਸੀਂ ਉਸ ਚੀਜ਼ ਦੇ ਉੱਪਰ ਚੱਲੇ ਹੁਣ ਮੈਨੂੰ ਲੱਗਦਾ ਹੈ ਵੀ ਵਿਰੋਧੀ ਪਾਰਟੀਆਂ ਦੇ ਵਿੱਚ ਹੈ ਤਾਂ ਚਲੋ ਵਾਹ ਉਹਨਾਂ ਨੇ ਗੱਲ ਕਲੀਅਰ ਕਰਤੀ ਪਰ ਤੁਸੀਂ ਇਹ ਦੇਖੋ ਵੀ ਝਟਕਾ ਸਾਰਿਆਂ ਨੂੰ ਲੱਗ ਰਿਹਾ ਹੁਣ ਇਹ ਚਰਚਾ ਦੂਸਰੀ ਵਾਰ ਚੱਲੀ ਹੈ ਤਿੰਨਾਂ ਚੌ ਮਹੀਨਿਆਂ ਦੇ ਵਿੱਚ ਵਿਧਾਨ ਸਭਾ ਦੇ ਨਤੀਜੇ ਜਦੋਂ ਆਏ ਸੀ ਉਦੋਂ ਵੀ ਇਹੋ ਜੀ ਚਰਚਾ ਚੱਲ ਪਈ ਸੀ ਲੀਡਰਸ਼ਿਪ ਬਦਲਣ ਵਾਲੀ ਹੁਣ ਸੰਗਰੂਰ ਸਭਾ ਸੰਗਰੂਰ ਦੀ ਲੋਕ ਲੋਕ ਸਭਾ ਚੋਣ ਤੋਂ ਬਾਅਦ ਦੁਬਾਰਾ ਉਹੀ ਚਰਚਾ ਚੱਲ ਰਹੀ ਹੈ ਸੰਧਾਲੀਆ ਸਭ ਦੇਖੋ ਇੱਕ ਗੱਲ ਤਾਂ ਮੰਨਣੀ ਪਊ ਕਿ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਆ 100 ਸਾਲ ਤੋਂ ਕੰਮ ਉੱਪਰ ਹੋ ਗਿਆ ਦੇਸ਼ ਦੀ ਆਜ਼ਾਦੀ ਪ੍ਰਾਪਤੀ ਤੋਂ ਵੀ ਪਹਿਲਾਂ ਹੀ ਸੰਘਰਸ਼ ਮੋਰਚੇ ਬਹੁਤ ਐਨ ਆਲਾ ਦਰਜੇ ਦੇ ਲੜੇ ਲੀਡਰਸ਼ਿਪ ਕਮਾਲ ਦੀ ਰਹੀ ਆ ਅਕਾਲੀ ਦਲ ਦੀ ਪਰ ਹੁਣ ਜੇ ਥਾਂ ਦੇ ਉੱਤੇ ਆ ਕੇ ਅਕਾਲੀ ਦਲ ਖੜਾ ਗਿਆ ਤੁਸੀਂ ਦੇਖੋ ਕਿ 15 ਲੱਖ 69 ਹਜ਼ਾਰ ਕੁੱਲ ਵੋਟਾਂ ਸੰਗਰੂਰ ਦੀਆਂ 7 ਲੱਖ 8000 ਵੋਟ ਪੋਲ ਹੁੰਦੀ ਆ ਤੇ ਅਕਾਲੀ ਦਲ ਨੂੰ 44000 ਵੋਟ ਮਿਲਦੀ ਆ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਤਾਂ ਸਿੱਧੇ ਤੌਰ ਦੇ ਉੱਤੇ ਇਹ ਨਿਕਲਦਾ ਕਿ 7 ਲੱਖ ਤੇ 7-8000 ਵੋਟ ਦੇ ਵਿੱਚੋਂ ਵੀ 6.5 ਲੱਖ ਤੋਂ ਵੱਧ ਬੰਦਾ ਅਕਾਲੀ ਦਲ ਦੇ ਖਿਲਾਫ ਭੁੱਗਤਿਆ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਉਹ ਤਾਂ ਹੱਕਦੇ ਨਹੀਂ ਯਾਨੀ ਸਿਰਫ 6% ਕੁੱਲ ਪੋਲ ਹੋਈਆਂ ਵੋਟਾਂ ਦੇ ਵਿੱਚੋਂ ਅਕਾਲੀ ਦਲ ਨੂੰ ਮਿਲਿਆ ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਬਾਰ ਬਾਰ ਕਿਹਾ ਗਿਆ ਜੀ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਚੋਣ ਲੜੀ ਸੀ ਠੀਕ ਹੈ ਪਰ ਸਿਮਰਨਜੀਤ ਸਿੰਘ ਮਾਨ ਸਾਹਿਬ ਵੀ ਤਾਂ ਪੰਥਕ ਮੁੱਦਿਆਂ ਤੇ ਚੋਣ ਲੜ ਰਿਆ ਸੀ ਕੀ ਕਾਰਨ ਹੋਇਆ ਕਿ ਪੰਜਾਬ ਦੇ ਤਿੰਨ ਜ਼ਿਲ੍ਹੇ ਮਲੇਰਕੋਟਲਾ ਬਰਨਾਲਾ ਤੇ ਸੰਗਰੂਰ ਦਾ ਜਿਹੜਾ ਪੰਥਕ ਵੋਟਰ ਹੈ ਉਹ ਅਕਾਲੀ ਦਲ ਦੇ ਪੱਖ 'ਚ ਭੁਗਤਣ ਦੀ ਜਗ੍ਹਾ ਦੇ ਉੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਰਣੂਪੁਰ ਜਿਹੜਾ ਭੁਗਤ ਗਿਆ ਕੀ ਪੰਜਾਬ ਦੀ ਪੰਥਕ ਰਾਜਨੀਤੀ ਦਾ ਕੇਂਦਰ ਬਿੰਦੂ ਤਬਦੀਲ ਹੋ ਰਿਹਾ ਹੈ ਇਹ ਗੱਲ ਠੀਕ ਹੈ ਤੁਹਾਡੀ ਕਿ ਚਰਚਾ ਚੱਲ ਪਈ ਸੀ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਨੈਤਿਕ ਜ਼ਿੰਮੇਵਾਰੀ ਤੋਂ ਬਾਅਦ ਅਸਤੀਫਾ ਦਿੱਤਾ ਪਰ ਨਹੀਂ ਭੁੰਦਰ ਸਾਹਿਬ ਨੇ ਕਲੀਅਰ ਕਰਤਾ ਇੱਕ ਦੋ ਹੋਰ ਲੀਡਰਾਂ ਨੇ ਕਲੀਅਰ ਕਰਤਾ ਕਿ ਭਾਈ ਇਦਾਂ ਦੀ ਤਾਂ ਗੱਲੇ ਹੀ ਕੋਈ ਨਹੀਂ ਅਸਤੀਫੇ ਵਾਲੀ ਨਹੀਂ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਪਰ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਸੋਚਣੀ ਪਊ 22000 ਵੋਟਾਂ ਭਾਜਪਾ ਦੀਆਂ ਵੀ ਅਕਾਲੀ ਦਲ ਤੋਂ ਵੱਧ ਨਿਕਲੀਆਂ 22000 ਤੇ ਸੰਗਰੂਰ ਲੋਕ ਸਭਾ ਹਲਕੇ ਚ ਕੋ ਵੱਡਾ ਸ਼ਹਿਰ ਨਹੀਂ ਆਉਂਦਾ ਸੰਗਰੂਰ ਨੂੰ ਛੱਡਦੀ ਏ ਬਰਨਾਲੇ ਨੂੰ ਛੱਡਦੀ ਏ ਦੋ ਹੀ ਨਿਓ ਵੀ ਕੋ ਬਹੁਤੇ ਵੱਡੇ ਸ਼ਹਿਰ ਨਹੀਂ ਨਰੋਲ ਪਿੰਡੂ ਲੋਕ ਸਭਾ ਹਲਕੇ ਚੋਂ ਵੀ ਜੇ ਆਕਾਲੀ ਦਲ ਪੰਜਵੇਂ ਤੇ ਆਉਂਦਾ ਬਸਪਾ ਦੀਆਂ ਵੋਟਾਂ ਵਿੱਚ ਨੇ ਕੁਝ ਪੰਥਕ ਤੇਰਾਂ ਦੀਆਂ ਵੋਟਾਂ ਵਿੱਚ ਨੇ ਭਾਜਪਾ ਤੋਂ ਵੀ ਜੇ ਆਕਾਲੀ ਦਲ ਥੱਲੇ ਰਹਿੰਦਾ ਇਹ ਉਹੀ ਭਾਜਪਾ ਸੰਧਾਲੀਆ ਸਭ ਜਿਹੜੀ ਮਾਲਵੇ ਦੇ ਵਿੱਚ ਮਿੰਤ ਤਰਲਾ ਕਰਦੀ ਹੁੰਦੀ ਸੀ ਆਕਾਲੀਆਂ ਦਾ ਦੋਕ ਸੀਟਾਂੇ ਬਟਾ ਲਓ ਦੋਕ ਦੁਆਬੇ ਮਾਝੇ ਚੋਂ ਲੈ ਲਓ ਸਾਨੂੰ ਮਾਲਵੇ ਚ ਦੇ ਦਿਓ ਆ ਸੰਗਰੂਰ ਵਾਲੀ ਬਰਨਾਲੇ ਵਾਲੀ ਸੀਟੋਂ ਮੰਗਦੇ ਹੁੰਦੇ ਹਮੇਸ਼ਾ ਕਿ ਸਾਨੂੰ ਆ ਦੋਕ ਸੀਟਾਂ ਦੇਰ ਦਿਓ ਅਸੀਂ ਇੱਥੇ ਚੋਣ ਲੜਨੀ ਹੈ ਹੁਣ ਭਲਕ ਨੂੰ ਜੇ ਮੰਨ ਲਓ ਬੀਜੇਪੀ ਤੇ ਅਕਾਲੀ ਦਲ ਦਾ ਸਮਝੌਤਾ ਕਦੇ ਜੇ ਗੱਲ ਵੀ ਚੱਲਦੀ ਹੈ ਅਗਲੇ ਕਹਿਣਗੇ ਕਿ ਸੰਗਰੂਰ ਲੋਕ ਸਭਾ ਹਲਕੇ ਦੇ 9 ਹਲਕੇ ਨੇ ਵਿਧਾਨ ਸਭਾ ਦੇ 4 ਲੈ ਲਓ 5 ਦੇ ਦੇਓ ਕਹਣਗੇ ਇਦਾਂ ਕਿਦਾਂ ਜਾਂ ਤੁਹਾਡੀਆਂ 44000 ਆ ਸਾਡੀਆਂ 66000 ਸੋ ਅਕਾਲੀ ਦਲ ਸੋਚੇ ਵਿਚਾਰੇ ਜ਼ਰੂਰ ਕਰਨੈਲ ਸਿੰਘ ਪੰਜੋਲੀ ਐਸਜੀਪੀਸੀ ਦੇ ਮੈਂਬਰ ਨੇ ਵੱਡੇ ਅਧਿਕਾਰੀ ਨੇ ਉਹ ਕਹਿੰਦੇ ਜੀ ਦੇਖੋ ਗੱਲ ਇਹ ਆ ਕਿ ਮੈਂ ਤਾਂ ਬੇਨਤੀ ਕਰਦਾ ਕਿ ਅਕਾਲੀ ਦਲ ਦੇ ਜਿਹੜੇ ਅਕਾਲੀ ਦਲ ਜੀ ਨੇ ਕਿ ਅਕਾਲੀ ਦਲ ਦੇ ਅਹੁਦੇਦਾਰ ਆਪਣੇ ਅਹੁਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਰਾਂ ਨੂੰ ਸੌਂਪ ਦੇਣ। ਉਹਨਾਂ ਨੇ ਇਹ ਵੀ ਕਿਹਾ ਉਹ ਕਹਿੰਦੇ ਪੰਥ ਇਹ ਮਹਿਸੂਸ ਕਰਦਾ ਹੈ ਕਿ ਅਕਾਲੀ ਦਲ ਸਹੀ ਤਰੀਕੇ ਪਿਛਲੇ ਸਮੇਂ ਦੇ ਵਿੱਚ ਪ੍ਰਤੀਨਿਧਤਾ ਨਹੀਂ ਸਿੱਖ ਭਾਈਚਾਰੇ ਦੀ ਕਰ ਸਕਿਆ। ਯਾਨੀ ਇੱਥੇ ਤੱਕ ਗੱਲ ਚਲੇਗੀ ਕਿ ਉਹਨਾਂ ਦੇ ਆਪ ਦਾ ਹੀ ਐਸ்சி ਪੀਸੀ ਦੇ ਇੱਕ ਮੈਂਬਰ ਨੇ ਇੱਥੋਂ ਤੱਕ ਕਹਿ ਦਿੱਤਾ। ਹਾਲਾਂਕਿ ਬਾਕੀ ਬੰਦੇ ਇਧਰਲੇ ਪਾਸੇ ਖੁੱਲ ਕੇ ਬੋਲ ਨਹੀਂ ਰਹੇ। ਪਰ ਲਗਾਤਾਰ ਦੋ ਵਿਧਾਨ ਸਭਾ ਦੀਆਂ ਚੋਣਾਂ ਫਿਰ ਲੋਕ ਸਭਾ ਦੀਆਂ ਚੋਣਾਂ ਫਿਰ ਆ 22 ਇਲੈਕਸ਼ਨ ਦੇ ਵਿੱਚ ਜ਼ਮਾਨਤ ਤੱਕ ਜ਼ਬਤ ਹੋ ਜਾਣੀ ਅਕਾਲੀ ਦਲ ਦੇ ਲਈ ਆਪਣੀ ਮੌਜੂਦਾ ਪਾਰਟੀ ਨੂੰ ਇਕੱਠੇ ਬੰਨ ਕੇ ਰੱਖਣਾ ਹੀ ਬੜਾ ਔਖਾ ਹੋ ਜਾਊਗਾ ਦੇਖੋ ਗੱਲ ਇਹ ਆ WhatsApp ਕੇ ਵੀ ਇਹ ਤੇ ਗੱਲ ਹੈਗੀ ਆ ਵੀ ਜੋ ਵੀ ਜਿਵੇਂ ਵੀ ਕੀਤਾ ਜਾਂਦਾ ਜੇ ਤੇ ਜਮੀਨੀ ਪੱਦਰ ਤੇ ਜਿਵੇਂ ਵਿਚਰਿਆ ਜਾਂਦਾ ਹੋਵੇ ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ ਉਹੋ ਜੀ ਬਿਆਨ ਆਉਣ ਜਾਂ ਉਹੋ ਜੀ ਵਿਚਾਰਧਾਰਾ ਹੋਵੇ ਤੇ ਫਿਰ ਹੌਲੀ ਹੌਲੀ ਲੋਕ ਉਹਨੂੰ ਸਮਝਣ ਲੱਗ ਜਾਂਦੇ ਵੀ ਨਹੀਂ ਯਾਰ ਲੋਕ ਜ਼ਮੀਨੀ ਪੱਧਰ ਤੇ ਵੀ ਉਹੀ ਕੰਮ ਕਰਦੇ ਨੇ ਜੋ ਕਹਿੰਦੇ ਨੇ ਜੀ ਐਸ ਵਿਸ਼ੇ 'ਚ ਮੈਂ ਸੁਣ ਰਿਹਾ ਸੀ ਇੱਕ ਆਈ ਥਿੰਕ ਉਹ ਸ਼ਰੋਮਣੀ ਅਕਾਲੀ ਦਲ ਅੰਮ੍ਰਿਤ ਸਰਦੇ ਦੇ ਨੁਮਾਇੰਦੇ ਸੀਗੇ ਉਹ ਕਹਿੰਦੇ ਵੀ ਸਾਡਾ ਸਟੈਂਡ ਸ਼ੁਰੂ ਤੋਂ ਕਲੀਅਰ ਸੀ ਅਸੀਂ ਜਿਹੜੇ ਕੰਮ ਦੇ ਲਈ ਸਿਰ ਸੁੱਟ ਕੇ ਲੱਗ ਪੈਂਦੇ ਸੀ ਉਸੇ ਕੰਮ ਲਈ ਲੱਗ ਪੈਂਦੇ ਸੀ ਐਂਡ ਉਹਦੇ 'ਚ ਜ਼ਿਕਰ ਕੀਤਾ ਉਹਨਾਂ ਨੇ ਮੇਰੇ ਖਲ ਤੋਂ ਯਾਦ ਹੋਣਾ ਜਿਹੜੇ ਵਾਰ-ਵਾਰ ਜੱਥੇ ਭੇਜੇ ਜਾਂਦੇ ਸੀ ਗ੍ਰਿਫਤਾਰੀਆਂ ਮੇਰਾ ਖਿਆਲ ਅਜੇ ਵੀ ਦਿੱਤੀਆਂ ਜਾਂਦੀਆਂ ਕਿ ਜਿਹੜਾ ਵਿਦਬੀ ਕਾਂਡ ਹੋਇਆ ਜਿਹੜਾ ਉੱਥੇ ਗੋਲੀ ਕਾਂਡ ਹੋਇਆ ਉਹਦੇ ਲਈ ਜਿਹੜਾ ਇਨਸਾਫ ਹੈ ਜੀ ਉਹ ਮਿਲਣਾ ਚਾਹੀਦਾ ਉਹ ਜੱਥਾ ਜਾਂਦਾ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਹ ਨਹੀਂ ਕਿ ਗ੍ਰਿਫਤਾਰੀ ਹੁੰਦੀ ਹੈ ਤੂੰ ਅਗਲੇ ਦਿਨ ਜਾਂਦੇ ਨਹੀਂ ਨਾ ਉਹ ਆਪਣੇ თავ ਨਾਲ ਰੂਟੀਨ ਦੇ ਵਿੱਚ ਤੁਰੇ ਹੀ ਆਉਂਦੇ ਨੇ ਉਹ ਕਿੰਨੇ ਚਿਰ ਤੋਂ ਕਹਿੰਦੇ ਵੀ ਅਸੀਂ ਲਗਾਤਾਰ ਉਹ ਕੰਮ ਕਰ ਰਹੇ ਹਾਂ ਹੁਣ ਤੁਸੀਂ ਇਹ ਦੇਖੋ ਕਿ ਇਹ ਜਿਹੜਾ ਮੈਸੇਜ ਆਇਆ ਜਿਹੜਾ ਸੁਨੇਹਾ ਉਹ ਜਦੋਂ ਪੰਥਕ ਹਲਕਿਆਂ ਦੇ ਵਿੱਚ ਜਾਂਦਾ ਹੋਊਗਾ ਇਹ ਉਹਨਾਂ ਦੇ ਪੁਆਇੰਟ ਤੇ ਉੱਥੋਂ ਦੇ ਸਮਰੂਰ ਦੇ ਵੋਟਰ ਨੇ ਵੀ ਤੇ ਸੋਚੇ ਹੋਊਗਾ ਨਾ ਵੀ ਯਾਰ ਗੱਲ ਤਾਂ ਠੀਕ ਹੈ ਵੀ ਜੇ ਆਪਾਂ ਸਿੱਖ ਮਸਲਿਆਂ ਦੀ ਗੱਲ ਕਰਦੇ ਆ ਤੇ ਇਹ ਭਾਵੇਂ ਪਾਰਟੀ ਛੋਟੀ ਆ ਭਾਵੇਂ ਵੱਡੀ ਆ ਭਾਵੇਂ ਵਰਕਰ ਵੱਧ ਨੇ ਭਾਵੇਂ ਘੱਟ ਨੇ ਉਹ ਜਿਹੜੀ ਚੀਜ਼ ਮੈਥ ਲੈਂਦੇ ਉਧਰ ਨੂੰ ਜਾਂਦੇ ਤੇ ਹੈਗੇ ਭਾਵੇਂ ਪੰਜ-ਪੰਜ ਜਾਣੇ ਇਕੱਠੇ ਹੋ ਕੇ ਜਾਣ ਨਹੀਂ ਇਹ ਗੱਲ ਠੀਕ ਹੈ ਤੁਹਾਡੀ ਕਿਉਂਕਿ ਲਗਾਤਾਰ ਸਾਲਾਂ ਬੱਧੀ ਜਿਹੜਾ ਉਹ ਕੰਮ ਚੱਲੀ ਜਾਂਦਾ ਹੈ ਸਾਲਾਂ ਬੱਧੀ ਤੁਸੀਂ ਇਹ ਦੇਖੋ ਸੰਧਾ ਵਾਲਿਆਂ ਸਭ ਕੇ ਕੁੱਲ ਮਿਲਾ ਕੇ ਜੇ ਹੁਣ ਕਿਉਂਕਿ ਇਹਨੇ ਰਾਜਨੀਤੀ ਬਦਲ ਦੇਣੀ ਆ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੁਣਨੇ ਬਿਲਕੁਲ ਰਾਜਨੀਤੀ ਬਦਲ ਦੇਣੀ ਮੈਂ ਦੇਖ ਰਿਆ ਸੀ ਕਿ 1999 ਚ ਮਾਨਸਾਬ ਐਮਪੀ ਬਣਦੇ ਆ ਫਿਰ 10 ਸਾਲ ਲੱਗਦੇ ਆ ਮੁੜ ਕੇ 99 ਚ ਬਣਦੇ ਆ ਉਹਦੇ ਤੋਂ ਬਾਅਦ 23 ਸਾਲ ਲੱਗਾ 23 ਸਾਲ ਇਲੈਕਸ਼ਨਾਂ ਬਹੁਤ ਲੜੀਆਂ 96 ਆਲੀ ਲੜੀ 98 ਆਲੀ ਲੜੀ ਨਹੀਂ ਜਿੱਤ ਸਕੇ 4 ਚ 9 ਚ 19 ਚ ਯਾਨੀ 5 6 ਚੋਣਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਹਾਰੀਆਂ ਪਰ ਲਗਾਤਾਰ ਲੱਗੇ ਰਹਿ ਤੇ ਆਖਰਕਾਰ ਜਿੱਤ ਜਿਹੜੀ ਹੈ ਉਹਨਾਂ ਨੂੰ ਨਸੀਬ ਹੋਈ ਹੈ ਤੀਜੀ ਵਾਰੀ ਐਮਪੀ ਬਣੇ ਨੇ ਹੁਣ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਚੰਗੇ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਲੋਕ ਸਭਾ ਦੇ ਵਿੱਚ ਪਾਈ ਉਹ ਚੰਗੇ ਤਰੀਕੇ ਦੇ ਨਾਲ ਬੁਲੰਦ ਕਰਨ ਪਰ ਇੰਨਾ ਜ਼ਰੂਰ ਹੈ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਬਹੁਤਾ ਘਾਟਾ ਪਿਆ ਨੁਕਸਾਨ ਦੇ ਵਿੱਚ ਕਾਂਗਰਸ ਵੀ ਰਹੀ ਇੱਕ ਧਿਰ ਜਿਹੜੀ ਮਾਨ ਸਾਹਿਬ ਤੋਂ ਬਿਨਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਤੋਂ ਬਿਨਾਂ ਫਾਇਦੇ 'ਚ ਰਹੀ ਮੈਨੂੰ ਸੰਧਾਲੀਆ ਸਭ ਉਹ ਭਾਜਪਾ ਲੱਗਦੀ ਹੈ ਉਹਦਾ ਕਾਰਨ ਇਹ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ 'ਚ 7% ਵੋਟਾਂ ਸੀ ਭਾਜਪਾ ਦੀਆਂ ਇੱਥੇ ਚੋਣ ਲੜਿਆ ਨਾ ਕੈਪਟਨ ਸਾਹਿਬ ਪ੍ਰਚਾਰ ਕਰਨ ਆ ਸਕੇ ਨਾ ਸੁਖਦੇਵ ਸਿੰਘ ਢੀਂਡਸਾ ਸਾਹਿਬ ਪ੍ਰਚਾਰ ਕਰਨ ਆ ਸਕੇ 9% ਦੀ ਵੋਟਾਂ ਲਈਆਂ ਉਹ ਇਹ ਮੰਨ ਕੇ ਚੱਲ ਸਕਦੇ ਆ ਕਿ ਸਾਡੀਆਂ 2% ਦੀਆਂ ਵੋਟਾਂ ਉਹ ਵੀ ਜ਼ਿਮਨੀ ਚੋਣ ਚ ਵੱਧ ਗਈਆਂ ਉਹ ਵੀ ਉਸ ਇਲਾਕੇ ਚ ਵੱਧ ਗਈਆਂ ਜਿੱਥੋਂ ਕਦੇ ਪਹਿਲਾਂ ਉਹਨਾਂ ਨੇ ਲੋਕ ਸਭਾ ਦੀ ਚੋਣ ਲੜੀ ਹੋਈ ਨਹੀਂ ਸੀ ਇਹ ਗੱਲ ਬਿਲਕੁਲ ਸਹੀ ਹੈ ਇਹਦੇ ਉੱਧਾ ਹੋ ਗਿਆ ਨਾ ਵੀ ਜਦਾਂ ਉਈ ਅੱਪੜ ਜੀ ਪਈ ਜ਼ਮੀਨ ਹੋਵੇ ਤੇ ਉਹ ਕਹਿੰਦਾ ਵੀ ਯਾਰ ਬਾਪੂ ਨੇ ਆਂਦੇ ਵੀ ਨੇ ਇੱਥੇ ਹੁੰਦਾ ਨਹੀਂ ਕੁਝ ਵੀ ਪਤਾ ਨਹੀਂ ਪਾਣੀ ਹੈ ਨਹੀਂ ਕਲਰੀ ਜੀ ਜ਼ਮੀਨ ਹੈ ਉਹ ਕਹਿੰਦਾ ਚਾ ਕੋਈ ਨਹੀਂ ਯਾਰ ਬਾਹੂ ਕੇ ਵੇਖੋ ਤਾਂ ਸਹੀ ਸੋ ਤੋਂ ਚਾਰ ਦਾਣੇ ਸ਼ਾਇਦ ਕੁਝ ਉੱਗੇ ਉਹ ਪਿਛਲੇ ਸਾਲ ਜਦੋਂ ਦੇਖਿਆ ਉਹ ਕਹਿੰਦਾ ਵੀ ਵਿਰਲੀ ਵਿਰਲੀ ਜੀ ਕਣਕ ਹੋਈ ਆ ਯਾਰ ਲੋਕ ਵੀ ਐਵੇਂ ਟਿਚਰਾਂ ਕਰਦੇ ਵੀ ਯਾਰ ਆਹ ਬੀਜੜ ਖਣੋਂ ਨਹੀਂ ਰਹਿੰਦੇ ਪਰਾਂ ਦਫਾ ਕਰਦੇ ਪਰ ਉਟਲੇ ਨਹੀਂ ਉਹ ਕਹਿੰਦੇ ਨਾ 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 ਇਦਾਂ ਕਹਿੰਦਾ ਟਰੈਕਟਰ ਫੇਰ ਭਾਵੇਂ ਗਵਾਂਡੀਆਂ ਦੇ ਮੰਗਵੇਂ ਲਿਆਓ ਇੱਕ ਰਾ ਫੇਰ ਵਾਹੋ ਦੂਰੇ ਬੀਜੂ ਦੁਬਾਰਾ ਬੀਜੀ ਉਹਨੇ ਅੱਗੇ ਨਾਲੋਂ ਚਾਰਕ ਦਾਣੇ ਹੁਣ ਹੁਣ ਘੱਟੋ ਘਾਟ ਅਗਲੇ ਨੂੰ ਹੌਸਲਾ ਹੋ ਗਿਆ ਵੀ ਯਾਰ ਜ਼ਮੀਨ ਵਾਉਣੀ ਸ਼ੁਰੂ ਕੀਤੀ ਆ ਐਸ ਸਾਲ ਨਹੀਂ ਅਗਲੇ ਸਾਲ ਸਈ ਅਗਲੇ ਸਾਲ ਨਹੀਂ ਉਦੋਂ ਅਗਲੇ ਸਾਲ ਸਈ ਖਾਦ ਬਦਲ ਕੇ ਵੇਖ ਲਾਂਗੇ ਟਰੈਕਟਰ ਬਦਲ ਕੇ ਵੇਖ ਲਾਂਗੇ ਦਵਾਈ ਬਦਲ ਕੇ ਵੇਖ ਲਾਂਗੇ ਜਿਹੜੀ ਉਹਨਾਂ ਜ਼ਮੀਨ ਵਾਉਣੀ ਸ਼ੁਰੂ ਕਰ ਦਿੱਤੀ ਆ ਇਹ ਮਤ ਸੋਚਣ ਦੂਜੀਆਂ ਪੋਲੀਟੀਕਲ ਪਾਰਟੀਆਂ ਵੀ ਉਹਨਾਂ ਨੇ ਹਟ ਜਾਣਾ ਇੱਕ ਨਾ ਇੱਕ ਦਿਨ ਉਹਨਾਂ ਨੂੰ ਉਸੇ ਜ਼ਮੀਨ ਚੋਂ ਸਾਰਾ ਕੁਝ ਲੱਭਣਾ ਜੀ ਇਹ ਸੰਧਾਲੀਆਂ ਸਭ ਗੱਲ ਤੁਹਾਡੀ ਠੀਕ ਹੈ ਉਹ ਲੱਗੇ ਉਹ ਆਪਣੇ ਪੱਧਰ ਦੇ ਉੱਤੇ ਪਰ ਕੁੱਲ ਮਿਲਾ ਕੇ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੇ ਇਹ ਜਿਹੜਾ ਫੈਸਲਾ ਕੀਤਾ ਸੰਗਰੂਰ ਦੇ ਲੋਕਾਂ ਨੇ ਉਹਦਾ ਪੰਜਾਬ ਦੇ ਲੋਕਾਂ ਨੂੰ ਲਾਹਾ ਹੋ ਸਕਦਾ ਸਾਢੇ 4 ਸਾਲ ਤੋਂ ਵੱਧ ਸਮਾਂ ਆਮ ਆਦਮੀ ਪਾਰਟੀ ਦੀ ਸਰਕਾਰ ਰਹੀਦੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਕੰਮ ਚੰਗੇ ਤਰ੍ਹਾਂ ਕਰਨੇ ਪੈਣੇ ਆ ਵਰਕਰ ਇਗਨੋਰ ਨਹੀਂ ਕੀਤਾ ਜਾ ਸਕਦਾ ਪੰਜਾਬ ਤੇ ਫੈਸਲੇ ਲੈਣੇ ਪੈਣਗੇ ਪੰਜਾਬ ਦੇ ਵਿੱਚੋਂ ਆ ਰਵਾਇਤੀ ਪਾਰਟੀਆਂ ਜਿਹੜੀਆਂ ਐ ਝੋਲੀ ਕਰਕੇ ਬੈਠੀਆਂ ਸੀ ਕਿ ਆਮ ਆਦਮੀ ਪਾਰਟੀ ਤੋਂ ਹੋਣਾ ਕੱਖ ਨਹੀਂ ਵੋਟਾਂ ਸਾਡੀ ਝੋਲੀ ਚ ਪੈ ਜਾਣੀਆਂ ਉਹਨਾਂ ਨੂੰ ਵੀ ਪਤਾ ਲੱਗਿਆ ਕਿ ਜੇ ਆਮ ਆਦਮੀ ਪਾਰਟੀ ਤੋਂ ਕੱਖ ਨਾ ਹੋਇਆ ਤਾਂ ਵੋਟਾਂ ਜ਼ਰੂਰੀ ਨਹੀਂ ਕਿ ਤੁਹਾਨੂੰ ਪੈ ਜਾਣੀਆਂ ਵੋਟਾਂ ਕਿਸੇ ਹੋਰ ਨੂੰ ਵੀ ਪੈਸੇ ਨਹੀਂ ਆ ਕਿਉਂਕਿ ਪੰਜਾਬ ਦੇ ਲੋਕ ਨੇ ਕੋਈ ਪਤਾ ਨਹੀਂ ਕਿਸ ਤਰੀਕੇ ਕਿਧਰਲੇ ਪਾਸੇ ਇਹਨਾਂ ਨੇ ਮਿਹਰਬਾਨ ਹੋ ਜਾਣਾ ਤੇ ਤੀਸਰੇ ਪਾਸੇ ਇਹ ਵੀ ਗੱਲ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਕਾਰਗੁਜ਼ਾਰੀ ਲੋਕ ਸਭਾ ਦੇ ਵਿੱਚ ਜਿਹੜੀ ਹੈ ਉਹ ਬਹੁਤ ਹੱਦ ਤੱਕ ਉਹਦੇ ਤੇ ਨਿਰਭਰ ਕਰੂਗਾ ਕਿ ਸਾਰੇ ਪੰਜਾਬ 'ਚ ਭਲਕ ਨੂੰ ਜਦੋਂ 13 ਦੀਆਂ 13 ਲੋਕ ਸਭਾ ਸੀਟਾਂ ਤੇ ਚੋਣ ਆਉਣੀਆਂ ਕੀ ਆਕਾਲੀ ਦਲ ਅੰਮ੍ਰਿਤਸਰ ਬਾਕੀ ਹਲਕਿਆਂ ਦੇ ਵਿੱਚ ਮਾਨ ਸਾਹਿਬ ਤਾਂ ਹਰਥਾਂ ਤੋਂ ਚੋਣ ਨਹੀਂ ਲੜ ਸਕਦੇ ਆਪਣੀ ਹੋਂਦ ਕਿੰਨੀ ਕੁ ਰੱਖਦਾ ਹੈ ਕਿਹੜੀ ਪਾਰਟੀ ਛੁਣ ਟੁੱਟ ਪੱਜ ਪੈਂਦੀ ਹੈ ਇਹ ਸਾਰਾ ਕੁਝ ਬੜਾ ਇੰਪੋਰਟੈਂਟ ਹੈ ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਇੱਕ ਤਰ੍ਹਾਂ ਦਾ ਸਦਾ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਦੇ ਲਈ ਸੈਮੀ ਫਾਈਨਲ ਹੋ ਗਿਆ ਜੀ ਇਹ ਫਾਈਨਲ 24 ਦੇ ਵਿੱਚ ਖੇਡਣਾ ਤੇ ਸਾਲ ਡੇਢ ਸਾਲ ਉਹਨਾਂ ਦੇ ਕੋਲ ਹੈਗਾ ਸਾਲ ਡੇਢ ਸਾਲ ਦੇ ਵਿੱਚ ਉਹਨਾਂ ਦੀ ਆਪਣੀ ਪਾਰਲੀਮੈਂਟ ਦੇ ਵਿੱਚ ਕਾਰਵਾਈ ਜਾਂ ਕਾਰਗੁਜ਼ਾਰੀ ਤੇ ਉਹਨਾਂ ਦੀ ਪਾਰਟੀ ਦੀ ਪੰਜਾਬ ਦੇ ਵਿੱਚ ਕਾਰਗੁਜ਼ਾਰੀ ਉਹਦੇ ਤੇ ਡਿਪੈਂਡ ਕਰੂਗਾ ਕਿ ਜਦੋਂ 24 ਵਾਲੀਆਂ ਇਲੈਕਸ਼ਨਾਂ ਹੁੰਦੀਆਂ ਉਹਨੇ ਉਦੋਂ 13 ਸੀਟਾਂ ਦੇ ਵਿੱਚੋਂ ਕਿੰਨੀਆਂ ਸੀਟਾਂ ਸੁਦਾਰ ਸਿਮਰਨਜੀਤ ਸਿੰਘ ਮਾਨ ਸਾਫ ਦੀ ਪਾਰਟੀ ਜਿੱਤੀ ਹੈ ਜਾਂ ਫਿਰ ਜਿਹੜੇ ਬਾਕੀ ਦੇ ਇਸ ਵਕਤ ਜ਼ਮਾਨਤਾਂ ਜ਼ਬਤ ਕਰਾਈ ਬੈਠੇ ਆ ਉਹਨਾਂ ਚੋਂ ਕੋਈ ਨਾ ਕੋਈ ਦੁਬਾਰਾ ਹਮਲਾ ਮਾਰਦਾ ਪਰ ਸਾਬ ਬਾਕੀ ਸਮਾਂ ਕਹਿੰਦਾ ਵੀ ਹੁਣ ਤੁਸੀਂ ਜਾਓ ਮਤਲਬ ਅਸੀਂ ਜਾਣਾ ਕਿਤੇ ਕਿੱਥੇ ਜਾਣਾ ਤੁਸੀਂ ਮਾਰੋ ਮਹਾਰਾਜ ਠੀਕ ਹੈ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਧੰਨਵਾਦ ਬਹੁਤ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸੰਪਾਦਿਤ ਕਰਦੇ ਆ ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਨੇ ਹੋ ਉਹਦੇ ਲਈ ਬੜੇ ਧੰਨਵਾਦੀ ਆ ਤੇ ਇੱਕ ਤਰ੍ਹਾਂ ਦਾ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ